ਸਵਾਗਤ ਹੈ ਜੀ ਤੁਹਾਡਾ ਮੁੜ ਤੋਂ ਰੇਡੀਓ ਵਰਸੈਂਸ 107 FM ਦੇ ਉੱਤੇ। ਕਲਿੱਪ ਭਾਈ ਸਾਹਿਬ ਦਾ ਸੁਣ ਲਿਆ ਤੁਸੀਂ, ਬੜਾ ਜ਼ਰੂਰੀ ਸੀਗਾ ਜੀ ਉਹ ਵਿਚਾਰਨੇ ਵਾਲਾ ਵੀ ਗੱਲ ਜਿਹੜੀ ਆਪਾਂ ਪਹਿਲਾਂ ਵੀ ਕਰਦੇ ਸੀ ਉਹ ਸਾਰੀ ਦੀ ਸਾਰੀ ਗੱਲ ਇਸੇ ਚੀਜ਼ ਦੇ ਉੱਤੇ ਖੜੀ ਆ ਵੀ ਜਿਹੜਾ ਸੁਧਾਰ ਅਸੀਂ ਚਾਹੁੰਦੇ ਹਾਂ, ਹਾਂਜੀ, ਜਿਹੜਾ ਸੁਧਾਰ ਅਸੀਂ ਲੋਚਦੇ ਹਾਂ, ਹਾਂਜੀ, ਠੀਕ ਹੈ, ਜਿਹੋ ਜਿਹਾ ਸਮਾਜ ਅਸੀਂ ਬਣਾਉਣਾ ਚਾਹੁੰਦੇ ਹਾਂ, ਹਾਂਜੀ, ਕਿਆ ਉਹਦੀ ਜਿਹੜੀ ਪੂਰੀ ਕਲਪਨਾ ਹੈ ਨਾ, ਹਾਂਜੀ, ਉਹਦਾ ਪੂਰਾ ਚਿੱਤਰਣ ਆ ਜਿਹੜਾ ਉਹ ਹੋਣਾ ਚਾਹੀਦਾ ਸਾਨੂੰ, ਠੀਕ ਹੈ ਜੀ, ਕੀ ਆ, ਠੀਕ ਹੈ, ਨਹੀਂ ਤਾਂ ਅਸੀਂ ਬਸ ਲੱਤ ਬਾਂਹ ਫੜ ਕੇ ਹੀ। ਹਾਂਜੀ, ਅੱਜ ਜਿਹੜੇ ਸਾਡੇ ਆਗੂ ਆ ਨਾ, ਜਿਹੜੇ ਸਮਾਜ ਦੇ ਜਿਹੜੇ ਮੂਹਰੀ ਹੋ ਕੇ ਤੁਰਿਓ ਆ, ਹਾਂਜੀ, ਉਹਨਾਂ ਨੂੰ ਧਿਆਨ ਨਾਲ ਦੇਖੋਗੇ ਤੁਸੀਂ, ਕੋਈ ਵਿਆਹ ਨੂੰ ਲੈ ਕੇ ਤਾਂ ਲੜਕੀਆਂ ਦੇ ਵਿਧਵਾਵਾਂ ਦੇ ਵਿਆਹਾਂ ਨੂੰ, ਕੋਈ ਗਰੀਬਾਂ ਨੂੰ ਪੈਸੇ ਦੇ, ਕੋਈ ਸਕੂਲ, ਹਾਂਜੀ, ਇੱਦਾਂ ਉਹਦੇ ਚ ਕਹੀ ਜਾ ਰਿਹਾ ਵੀ ਜੇ ਇਹ ਕੰਮ ਕਰਾਂਗੇ ਨੀ ਅਸੀਂ, ਹਾਂਜੀ, ਤੇ ਸੁਧਾਰ ਕਿੱਦਾਂ ਹੋਊਗਾ, ਠੀਕ ਹੈ ਜੀ, ਉਹਨੂੰ ਉਹਨਾਂ ਹਾਲਾਂਕਿ ਉਹ ਗੱਲਾਂ ਜਿੰਨਾ ਚਿਰ ਅਸੀਂ ਇਹ ਨਹੀਂ ਤੈਅ ਕਰਦੇ, ਹਾਂਜੀ, ਵੀ ਸਾਡੀ ਕੌਮ ਕਿਹੜੀ ਆ, ਹਾਂਜੀ, ਹੁਣ ਘਰ ਆ, ਹਾਂਜੀ, ਤੁਸੀਂ ਘਰ ਬਣਾਉਣ ਲੱਗਦੇ ਆ, ਠੀਕ ਹੈ ਜੀ, ਘਰ ਦੇ ਵਿੱਚ ਕਿਹਨੇ ਕਿਹਨੇ ਰਹਿਣਾ ਆ, ਹਾਂਜੀ, ਕਿਹਦੇ ਕਿਹਦੇ ਲਈ ਕੱਪੜੇ ਲੈ ਕੇ ਆਉਣੇ ਆ, ਹਾਂਜੀ, ਬੋਟੀ ਲਈ ਕਿੰਨੇ ਸੂਟ ਲੈਣੇ ਤੁਸੀਂ, ਹਾਂਜੀ, ਹੁਣ ਜਿੱਦਾਂ ਤੁਹਾਡਾ ਲੜਕਾ ਆ, ਹਾਂਜੀ, ਉਹਦੀ ਬੋਟੀ ਲਈ ਕਿੰਨੇ ਸੂਟ ਚਾਹੀਦੇ ਆ ਤੁਹਾਨੂੰ, ਠੀਕ ਹੈ ਜੀ, ਲੈ ਲੈ, ਨਹੀਂ ਜੀ, ਕਦੋਂ ਕੁ ਲੈਣੇ ਆ, ਜਦੋਂ ਲੈਣੇ ਹੋਣਗੇ, ਨਾ ਜਦੋਂ ਇਹ ਤੈਅ ਹੋ ਜਾਊਗਾ ਵੀ ਬੋਟੀ ਕੌਣ ਆ, ਹਾਂਜੀ, ਠੀਕ ਹੈ ਜੀ, ਹਾਂ ਇਹ ਵੀ ਸਹੀ ਹੈ, ਜੇ ਹੁਣ ਚੀਨਣ ਕੁੜੀ ਨਾਲ ਵਿਆਹ ਕਰਾ ਲਿਆ ਫਿਰ, ਹਾਂ ਠੀਕ ਹੈ ਜੀ, ਬਾਕੀ ਸਹੀ, ਹੁਣ ਹੁਣ ਅਜੇ ਤਾਈਂ ਅਸੀਂ ਕਹਿੰਦੇ ਕੌਮ ਦਾ ਭਲਾ ਕਰ ਰਹੇ ਹਾਂ, ਮੈਂ ਤਾਂ ਇੱਕੋ ਸਵਾਲ ਪੁੱਛਦਾ, ਕੌਮ ਕੌਣ ਆ, ਠੀਕ ਹੈ ਜੀ, ਅਸੀਂ ਬਰੀ ਖਰੀਦੀ ਜਾਂਦੇ, ਪੰਥ ਪੰਥ ਕਿਹੜਾ ਆ, ਕਿਹਨੂੰ ਕਹਿੰਦੇ ਆ ਪੰਥ, ਕਹਿੰਦੇ ਪੰਥ ਦਾ ਭਲਾ ਨੀ ਜੀ, ਪੰਥ ਦਾ ਨੁਕਸਾਨ ਬਹੁਤ ਹੋ ਰਿਹਾ, ਹਾਂਜੀ, ਪੰਥ ਕੌਣ ਆ, ਇਹ ਸਵਾਲ ਤਾਂ ਹੈ ਜੀ, ਠੀਕ ਆ, ਉਹ ਜਦੋਂ ਇਹ ਮਸਲਾ ਹੱਲ ਹੋ ਗਿਆ, ਹਾਂਜੀ, ਜਦੋਂ ਇਹ ਸਵਾਲ ਹੱਲ ਹੋ ਗਿਆ, ਹਾਂਜੀ, ਫਿਰ ਗਾਹਾਂ ਦਾ ਬਾਕੀ ਕੰਮ ਜਿਹੜਾ ਉਹ ਸ਼ੁਰੂ ਹੋਊਗਾ, ਠੀਕ ਹੈ ਜੀ, 7 ਵਜੇ ਇਹ ਨਹੀਂ ਹੱਲ ਹੋ ਰਿਹਾ, ਇਹਦੇ ਵੱਲ ਧਿਆਨ ਹੀ ਨਹੀਂ, ਕੌਮੀ ਕੰਸੈਪਟ ਦੀ ਗੱਲੇ ਹੀ ਨਹੀਂ ਕਰ ਰਹੇ, ਠੀਕ ਹੈ ਜੀ, ਠੀਕ ਹੈ, ਹਾਂਜੀ, ਧਰਮ ਜੇ ਨਾ ਜਾਣੀ ਜਦੋਂ ਦੀ ਡੈਮੋਕ੍ਰੇਸੀ ਚੱਲ ਪਈ ਆ, ਹਾਂਜੀ, ਜੇ ਗੁਰੂ ਨਾਨਕ ਦੇਵ ਜੀ ਇਹ ਤੋਂ ਬਾਅਦ ਆਏ ਹੁੰਦੇ, ਹਾਂਜੀ, ਠੀਕ ਆ, ਹਾਂਜੀ, ਤੇ ਸ਼ਾਇਦ, ਹਾਂਜੀ, ਉਹ ਧਰਮ ਦਾ ਨਾਂ ਹੀ ਨਾ ਵਰਤਦੇ, ਠੀਕ ਹੈ ਜੀ, ਜਦੋਂ ਨਾ ਉਹ ਗੱਲ ਕਹਿੰਦੇ ਆ ਵੀ ਇੱਕ ਓਂਕਾਰ, ਹਾਂਜੀ, ਹੈਨਾ, ਹਾਂਜੀ, ਹੁਣ ਉਹ ਇੱਕ ਆ, ਹਾਂਜੀ, ਫਿਰ ਉਹ ਵੀ ਕਹਿੰਦੇ ਆ ਇੱਕੋ ਧਰਮ ਜਿਹੜਾ ਸੱਚ ਕੋਈ, ਉਹ ਵੀ ਗੱਲ ਕਹਿ ਰਹੇ, ਉਹ ਵੀ ਕਹਿ ਰਹੇ ਜੀ, ਹਾਂਜੀ, ਜਿਹੜਾ ਇੱਕ ਆ, ਹਾਂਜੀ, ਉਹ ਸਿੱਖਾਂ ਨੂੰ ਕਿਹਾ ਵੀ ਤੁਹਾਡਾ ਇੱਕ ਆ, ਨਹੀਂ, ਹੁਣ ਜਿੱਦਾਂ ਮੁਹੰਮਦ ਬਾਰੇ, ਹਾਂਜੀ, ਉਹ ਕਹਿੰਦੇ ਵੀ ਇੱਕੋ ਹੀ ਆ, ਹਾਂਜੀ, ਉਹ ਮੁਸਲਮਾਨਾਂ ਨੂੰ ਕਹਿੰਦੇ ਵੀ ਤੁਹਾਡਾ ਇੱਕ ਆ, ਹਾਂਜੀ, ਜੀਸਸ ਬਾਰੇ ਉਹ ਸਾਈਆਂ ਨੂੰ ਕਹਿੰਦੇ ਆ ਵੀ ਸਾਡਾ, ਉਹ ਕਹਿੰਦੇ ਵੀ ਕਿਆਮਤ ਆਉਣੀ ਆ, ਹਾਂਜੀ, ਦਿਨ ਆਉਣਾ ਆ, ਹਾਂਜੀ, ਜਿਹੜੇ ਉਹਦੇ ਚ ਵਿਸ਼ਵਾਸ ਰੱਖਦੇ ਉਹਨੂੰ ਲੈ ਜਾਣਾ, ਉਹ ਕਹਿੰਦੇ ਸਾਡਾ ਇੱਕ ਆ, ਹਾਂਜੀ, ਗੁਰੂ ਨਾਨਕ ਦੇਵ ਜੀ ਨੇ ਇੱਦਾਂ ਕਿਹਾ, ਨਹੀਂ ਜੀ, ਵੀ ਸਿੱਖਾਂ ਦਾ ਇੱਕ ਆ, ਨਾ ਬਹੁਕਰਨ ਜੀ, ਸਾਰਿਆਂ ਦੇ ਇੱਕ ਆ, ਹੁਣ ਜਿਹਦੇ ਬਾਰੇ ਉਹ ਕਹਿੰਦੇ ਵੀ ਆਦ ਸੱਚ, ਹਾਂਜੀ, ਜੁਗਾਦ ਸੱਚ ਹੈ ਵੀ ਸੱਚ, ਹਾਂਜੀ, ਨਾਨਕ ਹੋਸੀ ਵੀ ਸੱਚ, ਹੈਗਾ ਵੀ ਆ ਤੇ ਹੋਊਗਾ ਵੀ, ਠੀਕ ਹੈ ਨਾ, ਉਹ ਕਿਹਦਾ ਆ, ਸਾਡਾ ਆ ਉਹ, ਨਹੀਂ ਜੀ, ਸਾਰਿਆਂ ਦਾ, ਸਾਰਿਆਂ ਦਾ, ਫਿਰ ਸਿੱਖ ਧਰਮ ਕਿੱਦਾਂ ਹੋ ਗਿਆ, ਹਾਂ ਇਹ ਵੀ ਸਹੀ, ਸਿੱਖ ਧਰਮ ਸ੍ਰਿਸ਼ਟੀ ਚ ਵੱਖਰਾ ਕਿੱਦਾਂ ਹੋ ਗਿਆ, ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਹਾਂਜੀ, ਘੱਟ ਘੱਟ ਮੈਂ ਹਰਜੂ ਵਸੈ, ਉਹ ਹਰਜੂ ਕਿਹਨਾਂ ਘਟਾਂ, ਸਿੱਖਾਂ ਦੀਆਂ ਘਟਾਂ ਚ ਵਸਦਾ, ਸਾਰਿਆਂ ਦੀਆਂ ਜੀ, ਸਾਰੇ, ਫਿਰ ਵੱਖਰੇ ਅਸੀਂ ਵੱਖਰੇ ਕਿੱਦਾਂ ਹੋ ਗਏ, ਉਹਨਾਂ ਨਾਲੋਂ ਵੱਖਰੇ ਕਿੱਦਾਂ ਹੋ ਗਏ, ਸਵਾਲ ਹੈ ਜੀ, ਠੀਕ ਹੈ, ਵੱਖਰੇ ਹਾਂ ਅਸੀਂ ਕੌਮ ਕਰਕੇ, ਹਾਂ ਠੀਕ ਹੈ ਜੀ, ਇੱਕ ਨੇਸ਼ਨ ਆ ਵੱਖਰੀ, ਹਾਂਜੀ, ਇਹ ਸੰਸਾਰ ਦੇ ਵਿੱਚ, ਹਾਂਜੀ, ਜੀਣ ਲਈ, ਹਾਂਜੀ, ਹਰੇਕ ਜਣੇ ਨੂੰ ਆਲੇ ਦੁਆਲੇ ਇੱਕ ਵੱਖਰਾ ਸਮਾਜ ਚਾਹੀਦਾ, ਸਾਡੀ ਭਾਸ਼ਾ, ਸਾਡਾ ਰੰਗ, ਸਾਡਾ ਖਾਣਾ ਪੀਣਾ, ਸਾਡਾ ਬਹਿਣਾ ਉੱਠਣਾ, ਬਾਕੀ ਕੁਛ ਲੋਕਾਂ ਨਾਲੋਂ ਵੱਖਰਾ ਹੈ, ਹਾਂਜੀ, ਬਿਲਕੁਲ ਜੀ, ਠੀਕ ਹੈ, ਹਾਂਜੀ, ਸਾਡਾ ਆਪਣੇ ਵਰਗਿਆਂ ਚ ਰਹਾਂਗੇ ਅਸੀਂ, ਹਾਂਜੀ, ਤੇ ਵਿਕਾਸ ਵਧੀਆ ਹੋਊਗਾ, ਠੀਕ ਹੈ ਜੀ, ਅੱਜ ਸੰਸਾਰ ਦੇ ਵਿੱਚ, ਹਾਂਜੀ, ਇਹ ਮੰਨੀ ਹੋਈ ਸੱਚਾਈ ਆ, ਹਾਂਜੀ, ਜਿਹੜੇ ਲੋਕ ਅੰਤਰਰਾਸ਼ਟਰੀ ਭਾਸ਼ਾਵਾਂ ਦੇ ਉੱਤੇ ਜ਼ੋਰ ਦੇ ਰਹੇ ਨਾ, ਹਾਂਜੀ, ਉਹ ਵੀ ਕਹਿੰਦੇ ਆ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਆਪਣੇ ਕਿਸੇ ਵੀ ਕੌਮ ਦਾ ਕਿਸੇ ਭਾਸ਼ਾ ਬੋਲਣ ਵਾਲੇ ਬੱਚੇ ਨੂੰ, ਹਾਂਜੀ, ਸਕੂਲੇ ਲੈ ਕੇ ਜਾਇਓ, ਠੀਕ ਹੈ ਜੀ, ਉਹਨਾਂ ਨੂੰ ਪੁੱਛਿਓ, ਹਾਂਜੀ, ਵੀ ਜਿਹੜੀ ਸਾਡੀ ਮਦਰ ਲੈਂਗੁਏਜ ਆ, ਹਾਂਜੀ, ਸਾਡੀ ਮਾਤ ਭਾਸ਼ਾ ਆ, ਹਾਂਜੀ, ਅਸੀਂ ਚਾਹੁੰਦੇ ਨਹੀਂ ਪਏ ਸਿੱਖੇ ਉਹ, ਅੱਛਾ ਜੀ, ਵੀ ਜੇ ਉਹ ਸਿੱਖੂਗਾ ਨਾ, ਹਾਂਜੀ, ਅੰਗਰੇਜ਼ੀ ਦੇ ਵਿੱਚ ਪ੍ਰੋਬਲਮ ਆਉਂਦੀ, ਅਸੀਂ ਬੜੀ ਪਿੱਛੇ ਦੇਖ ਕੇ ਆਏ ਹਾਂ,
ਠੀਕ ਹੈ ਜੀ, ਠੀਕ ਹੈ ਹਾਂਜੀ। ਮੈਂ ਕਹਿੰਦਾ ਵੀ 90% ਚਾਂਸ ਆ ਤੁਹਾਨੂੰ ਮਨਾ ਕਰਨਗੇ ਉਹ, ਠੀਕ ਹੈ ਜੀ, ਕਿਸੇ ਵੀ ਸਕੂਲ ਚ ਲੈ ਜਾਓ, ਓਕੇ, ਠੀਕ ਹੈ, ਠੀਕ ਹੈ, ਉਹ ਕਹਿਣਗੇ ਨਹੀਂ ਇਹ ਠੀਕ ਨਹੀਂ ਹੈਗਾ, ਅੱਛਾ ਜੀ, ਠੀਕ ਹੈ ਹਾਂਜੀ। ਇਹ ਮੰਨੀ ਹੋਈ ਸੱਚਾਈ ਆ ਵੀ ਜਿਹੜੀ ਮਦਰ ਲੈਂਗੁਏਜ ਹੈ ਨਾ ਬੱਚੇ ਦੀ, ਹਾਂਜੀ, ਮਾਤ ਭਾਸ਼ਾ ਆ, ਹਾਂਜੀ, ਜੇ ਉਹਨੂੰ ਉਹ ਆਉਂਦੀ ਹੋਊਗੀ ਹਾਂਜੀ ਉਹਦੇ ਉੱਤੇ ਜਿੰਨੀਆਂ ਮਰਜ਼ੀ ਭਾਸ਼ਾ ਟਕਾ ਲਿਓ ਉਹ ਸੌਖੀਆਂ ਆ, ਠੀਕ ਹੈ ਜੀ, ਓਕੇ, ਇਹ ਮੰਨੀ ਹੋਈ ਸੱਚਾਈ ਆ, ਓਕੇ, ਉਹਦੇ ਵਿਕਾਸ ਦੀ ਲੋੜ ਆ, ਲੋੜ ਆ। ਇਸੇ ਕਰਕੇ ਇਹ ਕਦੇ ਵੀ ਜਿਹੜੀ ਜਿਹੜੇ ਵੱਖਰੀ ਜਿਹੜੀ ਜਿਹੜੀ ਐਥਨਿਸਟੀ ਹੁਣ ਘੱਟ ਗਿਣਤੀ ਕਹਿੰਦੇ ਆ ਨਾ ਸਾਨੂੰ, ਸਾਨੂੰ ਵੱਖਰੀ ਕੌਮ ਥੋੜੀ, ਸਾਨੂੰ ਤਾਂ ਇੰਡੀਆ ਨੇ ਨੀ ਵੱਖਰੀ ਕੌਮ ਮੰਨਿਆ, ਇੱਕ ਤਾਂ ਮੰਨ ਲੈਣਗੇ, ਔਰ ਦੂਜੀ ਗੱਲ ਜਿਹੜੀ ਵੀ ਸਟੇਟ ਵਿੱਚ ਜਾਂਦੇ ਜੇ ਕੈਨੇਡਾ ਜਾ ਕੇ ਤੁਸੀਂ ਰਹਿਣ ਲੱਗੇ ਆ ਉਹ ਤੁਹਾਨੂੰ ਵੱਖਰੀ ਕੌਮ ਗਰਦਾਨੂਗੇ, ਮੰਨ ਲਓ, ਇਹਦਾ ਮਤਲਬ ਤੁਹਾਨੂੰ ਵੱਖਰੀ ਸਟੇਟ ਦੇਣ ਲਈ ਰਾਹ ਖੋਲ ਰਹੇ ਆ, ਹਾਂਜੀ ਹਾਂ ਬਿਲਕੁਲ, ਠੀਕ ਆ, ਉਹ ਤੁਹਾਨੂੰ ਵੱਖਰੀ ਕੌਮ ਤਾਂ ਮੰਨੂਗੇ ਜਿੱਦਣ ਓਰੀਜਨ ਤੁਹਾਡਾ ਮੰਨ ਲਿਆ, ਹਾਂਜੀ, ਤੇ ਇਹ ਲੋਕ ਫਲਾਨੇ ਮੁਲਕ ਵਿੱਚੋਂ ਆਏ ਆ, ਠੀਕ ਹੈ ਜੀ, ਕਿਉਂਕਿ ਇਹਨਾਂ ਕੋਲ ਉਹ ਸਟੇਟ ਹੈਗੀ ਆ, ਹਾਂਜੀ, ਠੀਕ ਹੈ, ਇਹ ਉਹ ਕੌਮ ਆ, ਇੱਥੇ ਘੱਟ ਗਿਣਤੀ ਆ, ਠੀਕ ਹੈ ਜੀ, ਠੀਕ ਹੈ, ਹਾਂਜੀ, ਆਪਣੇ ਆਪਣੇ ਮੁਲਕ 'ਚ ਤੁਹਾਨੂੰ ਉਹ ਹੋਂਦ ਨਹੀਂ ਦੇਣੀ ਚਾਹੁੰਦੇ, ਉਹ ਤਾਂ ਕਹਿੰਦੇ ਵੀ ਘੱਟ ਗਿਣਤੀ ਆ, ਹਾਂਜੀ, ਠੀਕ ਹੈ, ਹਾਂ ਉਹ ਸਹੀ ਵੀ ਉਸ ਪਾਸੇ, ਜਿਹੜੀ ਨੇਸ਼ਨ ਆ, ਹਾਂਜੀ, ਉਹ ਆਪਣੀ ਹੁਣ ਅਮਰੀਕਾ ਵੱਖਰੀ ਆ, ਹਾਂਜੀ, ਕੈਨੇਡਾ ਵੱਖਰੀ ਆ, ਹਾਂਜੀ, ਠੀਕ ਹੈ, ਹਾਂਜੀ, ਉਹਦੇ ਵਿੱਚ ਹਾਂ ਉੱਥੇ ਸੰਧੀ ਹੋ ਸਕਦੀ, ਸਮਝੌਤਾ ਹੋ ਸਕਦਾ, ਜੇ ਅੱਜ ਗੁਰੂ ਸਾਹਿਬ ਆਉਂਦੇ, ਹਾਂਜੀ, ਤੇ ਉਹ ਹੋ ਸਕਦਾ ਧਰਮ ਦੀ ਗੱਲ ਹੀ ਨਾ ਕਰਦੇ, ਠੀਕ ਹੈ ਜੀ, ਠੀਕ ਹੈ, ਕਿਉਂਕਿ ਬਾਕੀ ਸਾਰਾ ਕੁਛ ਕੰਮ ਸਟੇਟ ਕਰ ਰਹੀ ਹੈ, ਹਾਂਜੀ, ਠੀਕ ਹੈ, ਗੱਲ ਕੌਮ ਦੀ ਹੁੰਦੀ ਸ਼ਾਇਦ, ਅੱਛਾ, ਜਿਹੜਾ ਸਾਡੇ ਕੇਸ ਆ, ਸਾਡੀ ਦਾੜੀ ਆ, ਹਾਂਜੀ, ਠੀਕ ਹੈ, ਈਵਨ ਕਰ ਜੇ ਮੰਨ ਲਿਆ ਜਾਵੇ, ਹਾਂਜੀ, ਵੀ ਦਸਵੇਂ ਪਾਤਸ਼ਾਹ ਨੇ ਇਸ ਤਰੀਕੇ ਨਾਲ ਕੀਤਾ ਆ, ਠੀਕ ਹੈ ਜੀ, ਠੀਕ ਹੈ, ਹਾਂਜੀ, ਕਿਉਂਕਿ ਉਦੋਂ ਉਹ ਮੰਨਣ ਤੋਂ ਪਹਿਲਾਂ ਸਾਨੂੰ ਇੱਕ ਚੀਜ਼ ਤੈਅ ਕਰਨੀ ਪੈਣੀ ਆ, ਹਾਂਜੀ, ਵੀ ਦਸਵੇਂ ਪਾਤਸ਼ਾਹ ਤੋਂ ਪਹਿਲਾਂ, ਹਾਂਜੀ, ਕਿੱਦਾਂ ਹੁੰਦਾ ਸੀ, ਠੀਕ ਹੈ ਜੀ, ਕੌਮ ਦੇ ਵਿੱਚ ਦਾਖਲਾ ਜਿਹੜਾ ਆ, ਹਾਂਜੀ, ਉਹ ਕਿੱਦਾਂ ਹੁੰਦਾ ਸੀ, ਠੀਕ ਹੈ ਜੀ, ਉਹ ਪਹਿਲਾਂ ਤੈਅ ਕਰਨਾ ਪੈਣਾ, ਓਕੇ, ਹੁਣ ਜੇ ਅਸੀਂ ਇਹ ਕਹਿੰਦੇ ਆ ਵੀ ਜਿਹੜਾ ਕਿ ਹੁਣ ਤੱਕ ਕਿਹਾ ਗਿਆ ਸਾਨੂੰ, ਹਾਂਜੀ, ਦੱਸਿਆ ਗਿਆ, ਹਾਂਜੀ, ਵੀ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਨੌ ਪਾਤਸ਼ਾਹੀਆਂ ਆਪਣੇ ਪੈਰ ਦਾ ਗੂਠਾ ਧੋ ਕੇ ਪਾਉਣੀਆਂ ਪਿਆਉਣੀਆਂ ਸੀ, ਚਰਨਾਮ੍ਰਿਤ ਜਿਹਨੂੰ ਕਹਿੰਦੇ ਆ, ਓਕੇ ਜੀ, ਭਾਈ ਗੁਰਦਾਸ ਨੇ ਵੀ ਉਹ ਪੰਕਤੀ ਲਿਖ ਦਿੱਤੀ ਨਾ, ਅੱਛਾ ਜੀ, ਵੀ ਚਰਨਾਮ੍ਰਿਤ ਸਿੱਖਾਂ ਪੜਾਇਆ, ਠੀਕ ਹੈ ਜੀ, ਉਹ ਤੋਂ ਫਿਰ ਆਧਾਰ ਬਣਾ ਕੇ ਸਾਡੇ ਬੰਦੇ ਕਹਿ ਰਹੇ ਆ, ਅੱਛਾ ਜੀ, ਜਿਹੜੀ ਕਿ ਬਹੁਤ ਖਤਰਨਾਕ ਆ, ਠੀਕ ਹੈ ਜੀ, ਠੀਕ ਆ, ਹਾਂਜੀ, ਇਹ ਨਹੀਂ ਹੋ ਸਕਦਾ ਇੱਦਾਂ, ਨਹੀਂ ਜੀ, ਗੁਰੂ ਸਾਹਿਬ ਇੱਦਾਂ ਪੈਰ ਨਾਲੇ ਭਾਈ ਕਹਿੰਦੇ ਹੋਣ, ਨਹੀਂ ਜੀ, ਤੇ ਨਾਲੇ ਪੈਰ ਦਾ ਅੰਗੂਠਾ ਧੋ ਕੇ ਪਲਾਉਂਦੇ ਹੋਣ ਜਾਣੇ, ਫਿਰ ਮਰਦਾਨੇ ਮੂਹਰੇ ਸ਼ਰਤ ਰੱਖੀ ਵੀ ਮੇਰਾ ਪਹਿਲਾਂ ਪੈਰ ਦਾ ਅੰਗੂਠਾ ਪੀ, ਫਿਰ ਤਾਂ ਮੈਂ ਬਰਾਬਰ ਲੈ ਕੇ, ਨਾਲੇ ਹਾਂ ਨਾਲੇ ਤਗਲੇ ਉਹਨਾਂ ਨੂੰ ਕਹਿੰਦੇ ਹੋਣ ਵੀ ਤੁਸੀਂ ਉੱਥੇ ਉਸ ਵੇਲੇ ਵੀ ਜਿੱਥੇ ਮੁਸਲਮਾਨਾਂ ਦੇ ਵਿੱਚ ਸਾਰਿਆਂ ਨੂੰ ਬਰਾਬਰ, ਉੱਥੇ ਜਾਤ ਪਾਤ ਹੈ ਨਹੀਂ, ਨਹੀਂ, ਉਹ ਤਾਂ ਖਾਣਾ ਇੱਕ ਥਾਂ ਖਾਂਦੇ ਆ, ਹਾਂਜੀ, ਉਹ ਕਿੱਦਾਂ ਖਿੱਚੇ ਜਾਂਦੇ, ਸੋਚਣ ਦੀ ਗੱਲ, ਮਰਦਾਨਾ ਤਾਂ ਮੁਸਲਮਾਨ ਸੀ, ਹਾਂਜੀ, ਹਿੰਦੂ ਸ਼ੂਤ ਕਹਿੰਦਾ ਸੀ ਉਹਨੂੰ, ਮੁਸਲਮਾਨਾਂ ਚ ਥੋੜੀ ਕਹਿੰਦੇ, ਮੁਸਲਮਾਨਾਂ ਚ ਕਹਿੰਦੇ, ਠੀਕ ਹੈ, ਹਾਂਜੀ, ਉੱਥੇ ਤਾਂ ਬਰਾਬਰ ਬਿਠਾਉਂਦੇ ਆ ਸਾਰਿਆਂ ਨੂੰ, ਉਹ ਹੁਣ ਸਾਨੂੰ ਉਹ ਪਹਿਲਾਂ ਤੈਅ ਕਰਨਾ ਪੈਣਾ, ਠੀਕ ਹੈ ਜੀ, ਵੀ ਉਹ 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 ਉੱਥੇ ਕੀ ਹੋ ਰਿਹਾ ਆ, ਓਕੇ ਜੀ, ਠੀਕ ਆ, ਜਿੱਦਣ ਉਹ ਹੋ ਗਿਆ, ਹਾਂਜੀ, ਫਿਰ ਅਸੀਂ ਅੰਮ੍ਰਿਤ ਸੰਚਾਰ ਬਾਰੇ ਕਰ ਸਕਦੇ ਹਾਂ, ਪਰ ਜਾਣੀ ਜਿਹੜੀ ਗੱਲ ਆ ਵੀ ਜਿੱਦਣ ਅੰਮ੍ਰਿਤ ਸੰਚਾਰ ਬਾਰੇ, ਹਾਂਜੀ, ਅਸੀਂ ਗੱਲ ਕਹਿਣੀ ਆ, ਹਾਂਜੀ, ਇਹ ਵੀ ਇੱਦਾਂ ਹੋਇਆ ਆ, ਹਾਂਜੀ, ਉੱਦਣ ਸਾਨੂੰ ਇਹ ਮੰਨਣਾ ਪੈਣਾ ਵੀ ਇਹ ਸੋਰੀ ਆਪਣਾ ਸਾਨੂੰ ਇਹ ਤੈਅ ਕਰਨਾ ਪੈਣਾ, ਹਾਂਜੀ, ਵੀ ਉਹ ਇਹਦੇ ਨਾਲ ਧਰਮ ਦਾ ਕੀ ਲੈਣਾ ਦੇਣਾ ਆ, ਜਿਹੜਾ ਇੱਕ ਓਂਕਾਰ ਆ, ਹਾਂਜੀ, ਜੇ ਉਹ ਗੱਲ ਮੰਨੀ ਤੁਸੀਂ, ਹਾਂਜੀ, ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਬਾਅਦ ਚ ਪੰਕਤੀਆਂ ਬਾਅਦ ਚ ਲਿਆਇਓ, ਠੀਕ ਹੈ ਜੀ, ਜਿਹੜਾ ਗੁਰੂ ਨਾਨਕ ਨੇ ਇੱਕ ਓਂਕਾਰ ਕਿਹਾ ਆ, ਹਾਂਜੀ, ਜੇ ਉਹ ਸੱਚ ਮੰਨਣਾ ਆ, ਹਾਂਜੀ, ਤੇ ਅਸੀਂ ਅੰਮ੍ਰਿਤ ਛੱਕ ਕੇ ਧਾਰਮਿਕ ਕਿੱਦਾਂ ਹੁੰਦੇ ਆ, ਧਾਰਮਿਕ ਕਿੱਦਾਂ ਹੋ ਗਏ ਅਸੀਂ, ਹਾਂਜੀ, ਇਹਦੇ ਉੱਤੇ ਬਹੁਤ ਵੱਡਾ ਸਵਾਲ ਉੱਠਣਾ, ਠੀਕ ਹੈ ਜੀ, ਕਿਉਂਕਿ ਸਿਆਣੇ ਬੰਦੇ ਨੇ ਕਹਿਣਾ ਵੀ ਦੋ ਗੱਲਾਂ ਕਰ ਰਹੇ ਤੁਸੀਂ, ਹਾਂਜੀ, ਨਾਲੇ ਤਾਂ ਤੁਸੀਂ ਕਹਿੰਦੇ ਇੱਕ ਆ ਉਹ, ਹਾਂਜੀ, ਅਸੀਂ ਉਹਦੇ ਆ, ਹਾਂਜੀ, ਸਾਰੇ ਉਹਨੂੰ ਬਣਾਏ ਆ, ਹਾਂਜੀ, ਸਾਡਾ ਟੀਚਾ ਉਹਦੇ ਨਾਲ ਆ, ਹਾਂਜੀ, ਨਾਲੇ ਤੁਸੀਂ ਕਹਿੰਦੇ ਵੀ ਇੱਥੇ ਵੱਖਰੇ ਹੋਣਾ ਸੀ, ਆਹ ਧਾਰਮਿਕ ਹੋਏ ਹਾਂ ਅਸੀਂ, ਕੀ ਅੰਮ੍ਰਿਤ ਉਹਨੇ ਬਣਾਇਆ, ਫਿਰ ਅਸੀਂ ਦਲੀਲਾਂ ਘਸੀਆਂ ਪੱਟੀਆਂ ਦਿੰਦੇ ਹਾਂ ਇੱਦਾਂ ਵੀ ਕੇਸ ਹੁਣ ਭੇਜੇ ਆ, ਉਹ ਜਿੱਦਾਂ ਦਾ ਚਾਹੁੰਦਾ ਸੀ ਇੱਦਾਂ, ਜਿੱਦਾਂ ਦਾ ਬਣਾਇਆ ਉਹਨ ਬੰਦਾ, ਹਾਂਜੀ, ਇੱਦਾਂ ਇੱਦਾਂ ਦਾ ਰਹੇ, ਫਿਰ ਅਸੀਂ ਕਹਿੰਦੇ ਸਾਰੀ ਦੁਨੀਆਂ ਸਿੱਖਿਆ, ਰੱਬ ਨੇ ਤਾਂ ਸਿੱਖ ਹੀ ਬਣਾਇਆ, ਇੱਕ ਸਿੱਖ ਨਾਂ ਤਾਂ ਅਸੀਂ ਦਿੱਤਾ, ਹਾਂਜੀ, ਸਾਡੀ ਲੈਂਗੁਏਜ ਚ ਤਾਂ ਸਾਡੀ ਲੈਂਗੁਏਜ ਵਿੱਚ ਆ, ਹਾਂਜੀ, ਠੀਕ ਆ, ਹੁਣ ਗੁਰੂ ਗ੍ਰੰਥ ਸਾਹਿਬ ਦੀ ਸਟੱਡੀ ਕਰਕੇ ਜਾਣੀ ਕੋਈ ਵਿਦਵਾਨ ਦੱਸ ਸਕਦਾ ਵੀ ਉੱਥੇ ਸਿੱਖ ਦੇ ਅਰਥ ਕੀ ਆ, ਹਾਂਜੀ, ਠੀਕ ਆ, ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖ ਦੇ ਅਰਥ ਅੰਮ੍ਰਿਤ ਛਕਣ ਵਾਲਾ ਨਹੀਂ ਹੈਗੇ, ਨਹੀਂ ਜੀ, ਕਿਉਂਕਿ ਅੰਮ੍ਰਿਤ ਛਕਣ ਦੀ ਗੱਲ ਹੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਠੀਕ ਹੈ ਜੀ, ਉੱਧਰ ਦਸਵੇਂ ਪਾਤਸ਼ਾਹ ਦੇ ਵੇਲੇ ਆਈ ਆ, ਠੀਕ ਹੈ ਜੀ, ਠੀਕ ਹੈ, ਨਾ ਚਰਨਾਮ੍ਰਿਤ ਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਨਹੀਂ ਜੀ ਹੈਗੀ, ਠੀਕ ਹੈ, ਠੀਕ ਹੈ, ਉਹ ਤਾਂ ਉਹ ਸਾਡੀ ਵੱਖਰੀ ਨੇਸ਼ਨ ਦੇ ਨਾਲ,
ਜਿਹੜੇ ਜਾਣੀ ਸਮਾਜ ਨੂੰ ਸੁਧਾਰਨਾ ਚਾਹੁੰਦੇ ਸੀ ਗੁਰੂ ਸਾਹਿਬ, ਹਾਂਜੀ, ਤੇ ਬੰਦੇ ਦੀ ਤਰੱਕੀ ਰੱਬ ਨੇ ਬਣਾ ਕੇ ਭੇਜਿਆ ਆ ਜਿੱਦਾਂ ਦਾ ਹੈਗਾ ਆ, ਇਹ ਜਿਹੜੇ ਮੁਸਲਮਾਨ ਆ ਧੱਕਾ ਕਰਦੇ ਆ, ਇਹ ਹਿੰਦੂ ਬੁੱਤਾਂ ਦੀ ਪੂਜਾ ਕਰਾਈ ਜਾਂਦਾ ਆ, ਕਾਜੀ ਝੂਠ ਫੁੱਲ ਜੋਗੀ ਛੱਡ ਕੇ ਚਲਾ ਗਿਆ, ਆ ਸੰਨਿਆਸੀ, ਜੇ ਬੰਦੇ ਤੀਵੀਆਂ ਨੂੰ ਛੱਡ ਛੱਡ ਕੇ ਜਾਣਗੇ ਤੇ ਤੀਵੀਆਂ ਨੂੰ ਚੱਕ ਕੇ ਹੋਰੇ ਕੋਲ ਜਾਊਗਾ, ਮਾਪਿਆਂ ਨੂੰ ਤਾਂ ਫਿਕਰ ਆ ਨਾ ਵੀ ਲੜਕੀ ਮੁਟਿਆਰ ਹੋ ਰਹੀ ਆ, ਉਹ ਵਿਆਹੁਣ ਦੇ ਯੋਗ ਹੋ ਗਈ ਆ, ਠੀਕ ਆ ਜੀ, ਜਿਹੜਾ ਬਾਪ ਆ ਹਾਂਜੀ ਜਿਹੜੀ ਮਾਂ ਆ ਉਹਨੂੰ ਤਾਂ ਫਿਕਰ ਹੁੰਦਾ ਨਾ ਇਸ ਗੱਲ ਦਾ ਜੀ ਵੀ ਸਾਡੀ ਲੜਕੀ ਵਿਆਹੁਣ ਦੇ ਯੋਗ ਹੋ ਗਈ, ਹਾਂਜੀ, ਹੁਣ ਆਲੇ ਦੁਆਲੇ ਲੜਕੇ ਨੀ ਮਿਲ ਰਹੇ, ਹਾਂਜੀ, ਫਿਰ ਕਿੱਥੇ ਜਾਊਗੀ ਉਹ, ਰਾਹ ਤਾਂ ਹੈ ਨੀ, ਹੁਣ ਉਦੋਂ ਜਦੋਂ ਮਾਪਿਆਂ ਨੂੰ ਫਿਕਰ ਹੁੰਦਾ ਫਿਰ ਉਹਨਾਂ ਨੂੰ ਇਹ ਹੁੰਦਾ ਵੀ ਹੁਣ ਵੀ ਇਹਦੀ ਗੱਲ ਤੋਰੀਏ ਕਿਤੇ ਰਿਸ਼ਤੇ ਤਾਂ ਕਿ ਇਹ ਬਿਜ਼ੀ ਹੋ ਜਾਵੇ, ਹਾਂਜੀ, ਠੀਕ ਹੈ, ਔਰ ਬਾਕੀ ਦੁਨੀਆਂ ਨੂੰ ਪਤਾ ਲੱਗ ਜਾਏ ਵੀ ਇਹ ਮੰਗੀ ਗਈ, ਇਹ ਵਿਆਹੀ ਗਈ, ਲੋਕ ਘੂਰ ਘੂਰ ਕੇ ਨਾ ਦੇਖਣ, ਸਾਰੇ ਨਾ ਸਿਟੀਆਂ ਮਾਰਦੇ ਫਿਰਨ, ਠੀਕ ਹੈ ਜੀ, ਹਾਂਜੀ, ਜਦੋਂ ਗੁੰਡਾ ਰਾਜ ਸੀ ਉਦੋਂ ਕੀ ਹੁੰਦਾ ਸੀ, ਉਦੋਂ ਤਾਂ ਲੱਭਦੇ ਫਿਰਦੇ ਹੋਣੇ, 14 ਸਾਲ ਦੀ ਹੋ ਗਈ, ਲਿਆਓ ਚੱਕ ਕੇ ਚੱਕ ਲਿਆਓ, ਠੀਕ ਹੈ ਜੀ, ਤਾਂ ਹੀ ਲੋਕ 10-12 ਸਾਲ ਦੀ ਚ ਵਿਆਹ ਦਿੰਦੇ ਸੀ, ਉਹਨਾਂ ਦੀ ਜ਼ਿੰਮੇਵਾਰੀ ਹੋ ਜਾਵੇ, ਅਗਲੇ ਨੂੰ ਵੀ ਹੁੰਦਾ ਸੀ ਵੀ ਤਾਂ ਵਿਆਹੀ ਗਈ ਆ, ਹਾਂਜੀ, ਜਦੋਂ ਕੁਆਰੀਆਂ ਹੈਗੀਆਂ ਉਹਨੂੰ ਕਦੇ ਲੈ ਜਾਈਏ ਚੱਕ ਕੇ, ਠੀਕ ਹੈ ਜੀ, ਡੋਲੇ ਡੋਲੇ ਲਿਜਾਂਦੇ ਸੀ ਲੁੱਟ ਕੇ ਉਹ ਜਦੋਂ ਵਿਆਹ ਕੇ ਲੈ ਕੇ ਆਉਂਦੇ ਸੀ, ਠੀਕ ਹੈ ਜੀ, ਵਹੀਆਂ ਔਰਤਾਂ ਨੂੰ ਥੋੜਾ ਲੈ ਕੇ ਜਾਂਦੇ ਸੀ, ਠੀਕ ਹੈ ਜੀ, ਹਾਂ ਮੇਕ ਸੈਂਸ, ਠੀਕ ਹੈ, ਹੁਣ ਉਹ ਸਾਰਾ ਕੁਝ ਜਿਹੜਾ ਆ ਅਸੀਂ ਬਣਾਇਆ, ਉਹ ਅਸੀਂ ਮਿਥਿਆ, ਠੀਕ ਹੈ ਜੀ, ਕਿਉਂਕਿ ਲੋਕ ਸਮਾਜ ਤੋਂ ਭਗੌੜੇ ਹੋ ਗਏ ਸੀ, ਹਾਂਜੀ, ਜਦੋਂ ਵਿਆਹ ਦੀ ਗੱਲ ਹੋਈ ਆ, ਵਿਧਵਾ ਵਿਵਾਹ ਦੀ ਗੱਲ ਹੋਈ ਆ, ਹਨਾ, ਵੀ ਜਦੋਂ ਜਦੋਂ ਸਮਾਜ ਗ੍ਰਸਥ ਦੀ ਗੱਲ ਕੀਤੀ ਆ ਗੁਰੂ ਸਾਹਿਬ ਨੇ, ਸਾਰਾ ਇਸ ਕਰਕੇ ਕੀਤਾ ਵੀ ਸਮਾਜ ਰੱਬ ਨੇ ਬਣਾਇਆ ਤੈਨੂੰ, ਇਸ ਕਰਕੇ ਤੇਰੀ ਜ਼ਿੰਮੇਵਾਰੀ ਆ, ਠੀਕ ਹੈ ਜੀ, ਜੇ ਸਾਰੀ ਦੁਨੀਆਂ ਧਾਰਮਿਕ ਹੋ ਗਈ ਇੱਦਾਂ, ਧਾਰਮਿਕ ਹੋਣਾ ਹੋਇਆ ਸੰਨਿਆਸੀ ਹੋਣਾ, ਫਿਰ ਸੰਸਾਰ ਦਾ ਕੀ ਬਣੂਗਾ, ਹੱਦ ਹੋ ਗਈ, ਤੁਸੀਂ ਤਾਂ ਰੱਬ ਦਾ ਪਹਿਲਾਂ ਵਿਰੋਧ ਕਰਨ ਲੱਗ ਪਏ, ਵਿਰੋਧ ਹੋ ਗਿਆ ਜੀ, ਹੁਣ ਰੱਬ ਦੇ ਹੱਕ ਵਿੱਚ ਜਾਣਾ ਕੇਸ ਰੱਖਣ ਨਾਲ ਥੋੜਾ ਚੱਲ ਜਾਣਾ ਤੁਸੀਂ, ਨਹੀਂ ਜੀ, ਗੱਲ ਤਾਂ ਜ਼ਿੰਮੇਵਾਰੀਆਂ ਪਹਿਚਾਨਣਾ, ਹਾਂਜੀ, ਠੀਕ ਹੈ ਜੀ, ਹੁਣ ਉਹਦੇ ਵਿੱਚ ਰੱਬ ਨੂੰ ਪਹੁੰਚਣ ਲਈ ਇਹ ਕੇਸ ਦਾੜੀ ਅੰਮ੍ਰਿਤ ਛੱਕ ਕੇ ਨਿਤਨੇਮ ਕਰਕੇ ਗੁਰਦੁਆਰੇ ਜਾ ਕੇ ਰੱਬ ਨੂੰ ਪਹੁੰਚਣ ਦਾ ਜਿਹੜਾ ਰਾਹ ਆ, ਉਹ ਫਿਰ ਦੁਨੀਆਂ ਬਾਕੀ ਕਿੱਦਾਂ ਪਹੁੰਚੂਗੀ, ਹਾਂਜੀ, ਹਾਂ, ਫਿਰ ਤਾਂ ਫਿਰ ਗੱਲ ਉੱਥੇ ਕੰਮ ਕਰਦੀ ਹੈ, ਫਿਰ ਤਾਂ ਫਿਰ ਰੱਬ ਨੇ ਇਕੱਲਾ ਨਾਨਕੇ ਕਿਉਂ ਭੇਜਿਆ ਪੰਜਾਬ ਦੇ ਵਿੱਚ, ਠੀਕ ਹੈ ਜੀ, ਰੱਬ ਨੇ ਬਾਕੀ ਦੁਨੀਆਂ ਦੇ ਵਿੱਚ ਉਹ ਬੰਦਿਆਂ ਦੇ ਅੰਦਰ ਇਹ ਗੱਲ ਕਿਉਂ ਨੀ ਪਾਈ ਪਈ, ਆਹ ਜ਼ਰੂਰੀ ਆ, ਇਹ ਤੋਂ ਬਿਨਾਂ ਨਹੀਂ ਸਮਾਜ ਚੱਲਣਾ, ਹਾਂਜੀ, ਔਰ ਸਮਾਜ ਹੈ ਬੜਾ ਸੋਹਣਾ ਆ ਉਹ ਤੋਂ ਬਿਨਾਂ, ਹਾਂਜੀ, ਇਹ ਵੀ ਗੱਲ ਸਹੀ ਹੈ, ਕਿਤੇ ਇਹਦਾ ਮਤਲਬ ਰੱਬ ਕਿਤੇ ਕੀ ਜਿਹੜਾ ਬੰਦਾ ਕੇਸ ਕਟਾਉਂਦਾ, ਹੁਣ ਦੇਖੋ ਗੁੱਸਾ, ਸਰੋਤਿਆਂ ਨੂੰ ਬੇਨਤੀ ਆ ਇਹਨਾਂ ਗੱਲਾਂ ਤੇ ਗੁੱਸਾ ਨਾ ਕਰਿਆ ਕਰੋ, ਵਿਚਾਰ ਕਰਿਆ ਕਰੋ, ਠੀਕ ਹੈ ਜੀ, ਫਿਰ ਸਾਨੂੰ ਪਤਾ ਅਸੀਂ ਵੱਡੇ ਹੋਣ ਲੱਗਾਂਗੇ, ਠੀਕ ਹੈ ਜੀ, ਆਪਣੇ ਆਪ ਦੇ ਵਿੱਚ ਨਾ ਅਸੀਂ ਜਿੱਦਾਂ ਅਡਲਟ ਨਹੀਂ ਹੁੰਦਾ ਬੰਦਾ, ਹਾਂਜੀ ਹਾਂਜੀ, ਜ਼ਿੰਮੇਵਾਰ ਹੁੰਦਾ, ਠੀਕ ਹੈ, ਅਸੀਂ ਹੁਣ ਅਸੀਂ ਤਾਂ ਨਿਆਣੇ ਵਾਂਗ ਫੜ ਕੇ ਬੈਠੇ ਹਾਂ, ਹਾਂਜੀ, ਆਪਣੇ ਆਪਣੇ ਖਿਡੌਣੇ ਨੂੰ, ਹੁਣ ਨਿਆਣਾ ਜਾਂਦਾ ਜਦੋਂ ਬਾਜ਼ਾਰ, ਹੁਣ ਜਿਹੜਾ ਖਿਡੌਣਾ ਲੈਣਾ ਹੁੰਦਾ ਉਹ ਕਹਿੰਦਾ ਸਰ ਪਹਿਲਾਂ ਉੱਥੇ ਚਲੋ ਤੁਸੀਂ, ਹਾਂਜੀ, ਉਹਨੂੰ ਕੋਈ ਫਿਕਰ ਨਹੀਂ ਵੀ ਕਾਰ ਪਾਰਕ ਕਿੱਥੇ ਹੋਈ ਹੋ, ਹੈ ਨਾ, ਉਹਨੂੰ ਜੇ ਤੁਸੀਂ ਸਮਝਾਓ ਵੀ 60 ਮਿੰਟ ਲਈ ਪਾਰਕਿੰਗ ਹੋਈ ਹੋ ਆ, ਹਾਂਜੀ, ਤੂੰ 15 ਮਿੰਟ ਹੋਰ ਲਾਉਣ ਨੂੰ ਕਹਿੰਦਾ ਤੂੰ ਹੋ ਜਾਣੀ ਗੱਡੀ ਮੇਰੀ, ਹਾਂਜੀ, ਤੇ ਪਹਿਲਾਂ ਗੱਡੀ ਲਾਈ, ਉਹ ਕਹਿੰਦਾ ਨਹੀਂ ਨਹੀਂ ਪਹਿਲਾਂ ਆ ਲਓ, ਅਸੀਂ ਨਿਆਣੇ ਕਰਦੇ, ਠੀਕ ਹੈ ਜੀ, ਠੀਕ ਹੈ, ਜਦੋਂ ਇੱਦਾਂ ਇੱਦਾਂ ਸੋਚਾਂਗੇ, ਦਿਮਾਗ ਨੂੰ ਵਰਤਾਂਗੇ ਅਸੀਂ, ਹਨਾ, ਕਰਕੇ ਇਹ ਇਹਦੇ ਨਾਲ ਇਹ ਨਹੀਂ ਵੀ ਤੁਸੀਂ ਕਾਮਰੇਡ ਹੋ ਜਾਂਦੇ ਆ, ਨਹੀਂ, ਰੱਬ ਦੇ ਨੇੜੇ ਹੀ ਜਾਂਦੇ ਆ, ਠੀਕ ਹੈ ਜੀ, ਤੁਸੀਂ ਵੱਡੇ ਹੋ ਜਾਂਦੇ ਇੱਦਾਂ, ਫਿਰ ਤੁਹਾਡੀ ਦਲੀਲ ਦੇ ਵਿੱਚ ਦਮ ਆ ਜਾਂਦਾ, ਹੱਠ ਨਹੀਂ ਕਰਦੇ, ਠੀਕ ਹੈ ਜੀ, ਫਿਰ ਤੁਸੀਂ ਬੱਚਿਆਂ ਖਿਡੌਣਾ ਲੈਣ ਲਈ ਜਿੱਦ ਨਹੀਂ ਕਰਦੇ, ਠੀਕ ਹੈ ਜੀ, ਜਦੋਂ ਸੋਚੂਗੇ ਤੁਸੀਂ, ਹਾਂਜੀ, ਠੀਕ ਹੈ, ਇੱਦਾਂ ਵੀ ਬਾਕੀ ਸੰਸਾਰ ਕਿੱਦਾਂ ਚੱਲਦਾ, ਠੀਕ ਹੈ, ਜਿਹੜਾ ਬੰਦਾ ਕੇਸ ਕਟਾਉਣਾ ਚਾਹੀਦਾ ਤਾਂ ਇਹ ਸੀ ਵੀ ਰੱਬ ਨੇ ਸਾਰਾ ਕੁਝ ਕਰਕੇ ਭੇਜਿਆ, ਜਿਹੜਾ ਬੰਦਾ ਉਹਦਾ ਵਿਰੋਧ ਕਰਦਾ ਹੈ, ਹਨਾ, ਹਾਂਜੀ, ਰੱਬ ਉਹਦੇ ਅੰਦਰ ਕੋਈ ਗੱਲ ਨਾ ਚੰਗੀ ਆਉਣ ਦਿੰਦਾ, ਬੋਲੋ ਹੀ ਨਾ ਹੁੰਦਾ ਉਹ ਤੋਂ, ਦੀਦਾ ਹੀ ਨਾ, ਉਹਦਾ ਦਿਮਾਗ ਹੀ ਨਾ ਕੰਮ ਕਰਦਾ, ਹਾਂਜੀ, ਹੁਣ ਅਸੀਂ ਦਲੀਲ ਦਿੰਦੇ ਹਾਂ ਵੀ ਕੇਸ ਰੱਖਣ ਨਾਲ ਐਨਰਜੀ ਜ਼ਿਆਦਾ ਆਉਂਦੀ ਹੈ, ਜਿਹੜੀ ਕਟਾਏ ਉਹਨਾਂ ਨੂੰ ਐਨਰਜੀ ਕਿੱਥੋਂ ਆਉਂਦੀ ਹੈ, ਸਮਾਜ ਵੀ ਉਹਨਾਂ ਦਾ ਸੋਹਣਾ, ਸਹਿਜ ਵੀ ਉਹਨਾਂ ਕੋਲ ਜ਼ਿਆਦਾ ਆ, ਟਕਾ ਵੀ ਉਹਨਾਂ ਕੋਲ ਜ਼ਿਆਦਾ ਆ, ਵੰਡ ਕੇ ਵੀ ਉਹ ਜ਼ਿਆਦਾ ਛੱਕਦੇ ਆ, ਹਾਂਜੀ, ਠੀਕ ਹੈ, ਆਲੇ ਦੁਆਲੇ ਦੂਜਿਆਂ ਨੂੰ ਅਡੋਪਟ ਵੀ ਜਾ, ਸਾਨੂੰ ਕਿੱਦਾਂ ਅਡੋਪਟ ਕਰ ਲਿਆ, ਜਾਣਦੇ ਹੋਏ ਸਾਡਾ ਸਾਰਾ ਕੁਛ, ਫਿਰ ਸਾਨੂੰ ਝੱਲੀ ਜਾਂਦੇ, ਝੱਲੀ ਜਾਂਦੇ, ਠੀਕ ਹੈ, ਠੀਕ ਹੈ, ਹੁਣ ਉਹ ਇੰਨਾ ਇੰਨਾ ਟਕਾ ਇਹਨਾਂ ਲੋਕਾਂ ਚ ਕਿੱਦਾਂ ਆ ਗਿਆ, ਹਾਂਜੀ, ਜਦੋਂ ਇਹ ਸਮਝ ਲਿਆ ਅਸੀਂ ਫਿਰ ਸਾਨੂੰ ਪਤਾ ਲੱਗਣਾ ਵੀ ਕੇਸ ਦਾੜੀ ਦਾ ਮਕਸਦ ਜਿਹੜਾ ਗੁਰੂ ਸਾਹਿਬ ਦਾ ਵੱਖਰੀ ਨੇਸ਼ਨ ਸੀ, ਵੱਖਰੀ ਕੌਮ ਸੀ, ਇਹਦੇ ਨਾਲ ਧਾਰਮਿਕ ਨਹੀਂ ਸੀ ਹੁੰਦੇ ਤੁਸੀਂ, ਟਕਸਾਲੀ ਨਿਹੰਗ, ਤਾਂ ਨਿਹੰਗ ਤਾਂ ਮੈਂ ਕਹਿੰਦਾ ਤੁਸੀਂ ਕੇਸ ਕਟਾਉਣ ਦੀ ਗੱਲ ਕਰਦੇ ਆ, ਹਾਂਜੀ, ਕੰਘਾ ਕਰਦੇ ਤੁਸੀਂ, ਹਾਂਜੀ, ਉਹਦੇ ਨਾਲ ਕੇਸ ਝੜਦੇ ਹੀ ਆ ਨਾ, ਹਾਂਜੀ, ਗੁੱਛੇ ਚ ਲੈਂਦੇ ਆ, ਤੇ ਨਿਹੰਗ ਜਿਹੜੇ ਇੱਕ ਇੱਕ ਸਾਲ ਪੱਗ ਬੰਨ ਕੇ ਖੋਲਦੇ ਹੀ ਨਹੀਂ, ਉਹ ਤਾਂ ਇੰਨੇ ਵੀ ਨੀ ਝੜਨ ਦਿੰਦੇ, ਕੰਘਾ ਵੀ ਨੀ ਕਰਦੇ, ਝੜਨਾ ਹੀ ਨਾ ਜਾਣੀ, ਠੀਕ ਹੈ ਜੀ,
ਉਤੋਂ ਉਹ ਬੰਦੇ ਜਿਹਨੇ ਜੱਟਾਂ ਬਣਾ ਲਈਆਂ ਇੱਦਾਂ, ਫਿਰ ਹੱਥ ਹੀ ਨਹੀਂ ਲਾਉਂਦੇ, ਇੰਨਾ ਸਤਿਕਾਰ ਕਰਦੇ ਆ ਉਹ। ਫਿਰ ਤਾਂ ਬਹੁਤ ਜ਼ਿਆਦਾ ਧਾਰਮਿਕ ਹੋਣੇ ਚਾਹੀਦੇ ਸੀ, ਜ਼ਿਆਦਾ ਸਿਆਣੇ ਹੋਣੇ ਚਾਹੀਦੇ ਸੀ, ਜ਼ਿਆਦਾ ਜ਼ਿੰਮੇਵਾਰ ਹੋਣੇ ਚਾਹੀਦੇ ਸੀ, ਤੇ ਸਮਾਜ 'ਚ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਵੀ ਹੋਣਾ ਚਾਹੀਦਾ। ਵੱਖਰੀ ਕੌਮ ਜਿਹੜੀ ਆ ਨਾ, ਅਸੀਂ ਵੱਖਰੇ ਹਾਂ ਸੰਸਾਰ ਦੇ ਵਿੱਚ, ਠੀਕ ਹੈ ਜੀ, ਅਸੀਂ ਸਿੱਖ ਹਾਂ, ਹਾਂਜੀ, ਅਸੀਂ ਪੱਗਾਂ ਵਾਲੇ, ਦਾੜੀਆਂ ਵਾਲੇ, ਕੇਸਾਂ ਵਾਲੇ ਹਾਂ, ਹਾਂਜੀ, ਇਹ ਸਾਡਾ ਇੱਕ ਦੂਜੇ ਵਾਂਗ, ਹਾਂਜੀ, ਇੱਕ ਦੂਜੇ ਵਾਂਗ ਦਿਸਣਾ, ਸਾਰਿਆਂ ਦਾ ਇੱਕੋ ਜਿਹਾ ਹੀ ਦਿਸਣਾ, ਹਾਂਜੀ, ਬਹੁਤ ਜ਼ਰੂਰੀ ਆ, ਠੀਕ ਹੈ ਜੀ, ਤਾਂ ਕਿ ਅਸੀਂ ਆਪਣੇ ਬਦੜ ਫੁੱਲਣ ਦੇ ਲਈ ਇੱਕ ਵੱਖਰਾ ਸਮਾਜ ਸਿਰ ਸਕੀਏ। ਹਾਂਜੀ, ਬਹੁਤ ਲੋੜ ਹੈ, ਅਸੀਂ ਇੱਕੋ ਜਿਹਾ ਹੋਈਏ, ਇੱਕੋ ਜਿਹਾ ਕਾਰ ਵਿਹਾਰ ਕਰੀਏ, ਇੱਕੋ ਹੀ ਭਾਸ਼ਾ ਬੋਲੀਏ, ਇੱਕ ਜਿਹਾ ਇਸ਼ਟ ਹੋਵੇ ਸਾਡਾ, ਇੱਕੋ ਜਿਹਾ ਧਾਰਮਿਕ ਕਰਮ ਹੋਣ ਸਾਡੇ, ਇੱਕ ਮਿਲਦਾ ਜੁਲਦਾ ਪਹਿਰਾਵਾ ਹੋਵੇ, ਮਿਲਦਾ ਜੁਲਦਾ ਖਾਣਾ ਪੀਣਾ ਹੋਵੇ, ਫਿਰ ਸਾਡਾ ਮਿਲਦਾ ਜੁਲਦਾ ਪਿਛੋਕੜ ਹੋਊਗਾ, ਇੱਕ ਸਾਂਝਾ ਇਤਿਹਾਸ ਹੋਊਗਾ, ਉਹ ਸਾਂਝੇ ਇਤਿਹਾਸ ਤੇ ਸਾਰੇ ਮਾਣ ਕਰੀਏ, ਉਹਦੇ ਲਈ ਇੱਕ ਦੂਜੇ ਲਈ ਲੜ ਮਰਨ ਲਈ ਤਿਆਰ ਹੋਈਏ, ਠੀਕ ਹੈ ਜੀ, ਉਹਨੂੰ ਬਚਾਉਣ ਦੇ ਲਈ ਤਤਪਰ ਰਹੀਏ, ਫਿਰ ਅਸੀਂ ਦੁਨੀਆਂ ਨੂੰ ਕਹਿ ਸਕਾਂਗੇ ਕਿ ਸਾਨੂੰ ਇੱਕ ਵੱਖਰੀ ਸਟੇਟ ਚਾਹੀਦੀ ਆ, ਠੀਕ ਹੈ ਜੀ, ਜਿਹੜੀ ਸਿੱਖਾਂ ਦੀ ਸਟੇਟ ਹੋਵੇ, ਉਹ ਕਿਸੇ ਵੀ ਤਰ੍ਹਾਂ ਦੀ ਹੋਵੇ, ਨਹੀਂ, ਠੀਕ ਹੈ ਜੀ, ਇਸ ਕਰਕੇ ਸਾਡਾ ਦਾੜੀ ਕੇਸ ਕਾਰ ਜੋ ਵੀ ਰੱਖਣਾ ਉਹ ਫਿਰ ਆ ਤਾਂ ਥਾਂ ਪੈਂਦੇ ਆ। ਜਦੋਂ ਅਸੀਂ ਕਹਿੰਦੇ ਤਾਂ ਜਿਹੜੇ ਬੰਦੇ ਇਹ ਕਹਿੰਦੇ, ਇਹ ਤਾਂ ਕੋਈ ਗੁਰਬਚਨ ਸਿੰਘ ਭਿੰਡਰਾਂ ਵਾਲੇ ਵਰਗਾ ਪਸ਼ੂ ਹੋ ਸਕਦਾ ਜਿਹੜਾ ਇਹ ਕਹਿੰਦਾ ਹੋਵੇ ਵੀ ਕੇਸ ਇਸ ਕਰਕੇ ਰਖਾਏ ਸੀ ਗੁਰੂ ਸਾਹਿਬ ਨੇ ਵੀ ਜੇ ਮੇਰਾ ਸਿੱਖ ਨਰਕਾਂ ਚ ਜਾਂਦਾ ਹੋਇਆ ਤਾਂ ਮੈਂ ਉਹਨੂੰ ਕੇਸਾਂ ਤੋਂ ਫੜ ਕੇ ਕੱਢ ਲਊਂਗਾ। ਇਹ ਕੋਈ ਪਸ਼ੂ ਹੋ ਸਕਦਾ ਕੋਈ, ਠੀਕ ਹੈ, ਮਾਫ ਕਰਨਾ, ਜੇ ਇਹ ਕਹਿਣ ਦੇ ਨਾਲ ਕਿਸੇ ਨੂੰ ਇਹ ਲੱਗਦਾ ਹੋਵੇ ਵੀ ਪਸ਼ੂਆਂ ਦੀ ਬੇਇੱਜ਼ਤੀ ਹੁੰਦੀ ਆ ਤਾਂ ਮੈਂ ਇਹਨੂੰ ਖਿਮਾ ਕਰ ਦਿਓ ਕਿ ਮੇਤੋਂ ਪਸ਼ੂ ਤੋਂ ਗਿਰਿਆ ਹੋਇਆ ਸ਼ਬਦ ਇਹਨਾਂ ਬੰਦਿਆਂ ਲਈ ਹੋਰ ਕੋਈ ਮੈਨੂੰ ਦਿਸ ਨਹੀਂ ਸਮਝ ਨਹੀਂ ਆ ਰਿਹਾ, ਜਿਸ ਕਰਕੇ ਅਸੀਂ ਇੱਦਾਂ ਕਹਿ ਰਹੇ। ਚਲੋ ਮੈਂ ਗਧਾ ਕੁੱਤਾ ਮੈਂ ਨਹੀਂ ਕਹਿਣਾ ਚਾਹੁੰਦਾ, ਉਹ ਤਾਂ ਪਰਟੀਕੁਲਰਲੀ ਗੁੱਸਾ ਕਰ ਸਕਦੇ ਪਸ਼ੂ, ਹੁਣ ਤੁਸੀਂ ਕੋਈ ਭੈੜਾ ਜਿਹਾ ਪਸ਼ੂ ਜਿਹੜਾ ਬਹੁਤ ਜ਼ਿਆਦਾ ਜੰਗਲੀ ਜਿਹਾ ਹੋਵੇ ਇੱਦਾਂ ਦਾ ਸੋਚ ਲਿਓ ਆਪਣੇ ਦਿਮਾਗ ਦੇ ਵਿੱਚ, ਠੀਕ ਆ, ਹੁਣ ਅਸੀਂ ਗਧਾ ਕਹਾਂਗੇ ਤੇ ਅਗਲਾ ਘੁਮਾਰ ਕੋ ਗੁੱਸਾ ਕਰੂ ਵੀ ਮੇਰਾ ਗਧਾ ਸਿਆਣਾ ਬਹੁਤ ਹੀ ਆ, ਕੰਮ ਕਰਨਾ ਕਰਦਾ ਨਾ ਵੀ ਉਹ ਸਿਗਾ ਨਾ, ਇੱਥੇ ਵੀਡੀਓ ਚੱਲਦੀ ਆ ਫੇਸਬੁੱਕ ਤੇ ਘੁੰਮਦੀ ਸੀ, ਉਹ ਬੰਦਾ ਰੇੜਾ ਲੈ ਕੇ ਕੁਛ ਵੇਚ ਰਿਹਾ ਆ ਪਿੰਡ ਦੇ ਵਿੱਚ, ਗਧਾ ਜੋੜਿਆ ਉਹਨੇ, ਠੀਕ ਹੈ, ਤੇ ਉਹ ਖੜਾ ਹੋ ਕੇ ਕਹਿ ਕੇ ਗਧੇ ਨੂੰ ਮੋੜਦਾ ਆ ਜਾਣਾ। ਅੱਛਾ ਜੀ, ਹਾਂ, ਠੀਕ ਹੈ, ਉਹ ਸਿਰਫ ਬੋਲਦਾ ਮੂੰਹ ਇੰਨਾ, ਅੱਛਾ ਜੀ, ਪਿੱਛੋਂ ਗਧਾ ਜਿੱਦਾਂ ਗੱਡੀ ਨੀ ਰਿਵਰਸ ਕਰੀ ਇੱਦਾਂ ਰਿਵਰਸ ਹੁੰਦਾ ਉਹ, ਠੀਕ ਹੈ ਜੀ, ਗੁੱਸਾ ਕਰੂਗਾ ਹੀ ਨਾ, ਪੂਰਾ ਕਰੂਗਾ। ਹੁਣ ਜਿਹੜੀ ਕੁੱਤੇ ਜੀ ਨੀ ਪਾਲੇ ਉਹ ਤਾਂ ਕੁੱਤਾ ਕਹਿਤੇ ਗੁੱਸਾ ਕਰਦੇ, ਉਹ ਕਹਿੰਦੇ ਨਾ ਲੈ ਕੇ ਗੱਲ ਕਰੋ ਯਾਰ, ਤੁਸੀਂ ਘਰ ਕਿਸੇ ਦੇ ਜਾਂਦੇ ਆ ਜਾ ਕੇ, ਹੁਣ ਜਿਹੜਾ ਘਰ ਦਾ ਬੰਦਾ ਆ ਉਹਨਾਂ ਤੁਸੀਂ ਇੱਦਾਂ ਗੱਲ ਕਰਦੇ ਆ ਵੀ ਆਹ ਬੰਦਾ, ਆਹ ਬੰਦੇ ਨੂੰ ਵੀ ਰੋਟੀ ਦੇ ਦਿਓ ਬਈ, ਬੰਦੇ ਨੂੰ ਪਾਣੀ ਦਿਓ, ਆਹ ਬੰਦੇ ਨੂੰ ਸਤਿ ਸ੍ਰੀ ਅਕਾਲ ਬੁਲਾ ਬਈ, ਨਿਆਣੀ ਨੂੰ ਤੁਸੀਂ ਇਹ ਕਹੋ ਵੀ ਆਹ ਬੰਦੇ ਨੂੰ ਸਤਿ ਸ੍ਰੀ ਅਕਾਲ ਬੁਲਾ, ਅਗਲਾ ਬੁਰਾ ਨੀ ਬੁਲਾਉਂਦਾ, ਪਹਿਚਾਣ ਅਗਲਾ ਕਹਿੰਦਾ ਮਾਸੜ ਜੀ ਕਹਿ, ਮਹਿੰਦਰ ਸਿੰਘ ਕਹਿ ਇਹਨੂੰ, ਫਲਾਨਾ ਨਾਂ ਆਇਆ ਇਹਦਾ, ਇੱਦਾਂ ਹੀ ਲੋਕ ਗੁੱਸਾ ਕਰਦੇ ਵੀ ਇਹਨੂੰ ਕੁੱਤਾ ਨਾ ਕਹੋ, ਹਾਂ ਇਹਦਾ ਨਾਂ ਆਇਆ ਟਾਈਗਰ ਆ ਨਾ ਇਹਦਾ, ਵਿਲੀਅਮ ਆ ਨਾ ਇਹਦਾ, ਠੀਕ ਹੈ ਜੀ, ਠੀਕ ਹੈ, ਇੱਦਾਂ ਸਾਡੇ ਨਾਲ ਸਰੋਤੇ ਆ ਜੀ ਇੱਕ, ਅੱਛਾ ਜੀ, ਹਾਂ ਸਵਾਗਤ ਹੈ ਜੀ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਫਤਿਹ ਜੀ, ਤੁਸੀਂ ਆਉਂਦੇ ਰਹੋ ਜੀ, ਰੇਡੀਓ ਵਿਰਸਾ ਤੇ ਪ੍ਰੋਗਰਾਮ ਚੱਲਦਾ ਇਸ ਵੇਲੇ। ਜੀ ਮੈਂ ਗੱਲ ਕਰਨਾ ਚਾਹੁੰਦਾ ਸੀ ਈਸਾਈ ਧਰਮ ਬਾਰੇ। ਹਾਂਜੀ, ਹੁਣ ਮੈਂ ਇੱਥੋਂ ਫਿਰੋਜ਼ਪੁਰ ਤੋਂ ਆ ਜੀ, ਹਾਂਜੀ, ਜਿੱਥੇ ਆਪਣੀ ਸ਼ੋਪ ਆ ਜੀ, ਆਪਣੀ ਸ਼ੋਪ ਦਾ ਨਾਮ ਅਪਗ੍ਰੇਡ ਤੁਹਾਨੂੰ ਦੱਸਿਆ ਸੀ ਉਹਦਾ ਨਾ, ਠੀਕ ਆ, ਠੀਕ ਆ ਜੀ, ਠੀਕ, ਤੇ ਉੱਥੋਂ ਨਾ ਨਾਲ ਹੀ ਆਪਣੇ ਦਾਣਾ ਮੰਡੀ ਪੈ ਜਿਸ ਭਾਈ ਸਾਹਿਬ ਦੇ ਦੁਕਾਨ ਲੱਗਦੇ ਹੁੰਦੇ ਫਿਰੋਜ਼ਪੁਰ ਦੇ ਵਿੱਚ, ਠੀਕ ਹੈ, ਦੇ ਵਿੱਚ ਪ੍ਰੋਗਰਾਮ। ਹਾਂਜੀ ਵੀਰ ਜੀ, ਮੈਂ ਉੱਥੇ ਕੱਲ ਉਹਨਾਂ ਦੇ ਇੱਥੇ ਜਾਣੀ ਕਿ ਰਾਤ ਦਾ ਪ੍ਰੋਗਰਾਮ ਸੀਗਾ, ਆਵਾਜ਼ ਵੀ ਆ ਰਹੀ ਸੀਗੀ ਇੱਥੇ, ਜਿਹੜੀ ਦੁਨੀਆਂ ਦਾ ਇਕੱਠ ਕਰਨ ਦਾ ਉਹਨਾਂ ਦਾ ਮਤਲਬ ਕੀ ਸੀਗਾ, ਜਿੰਨੇ ਵੀ ਉਹ ਸਾਰੇ ਸੀ ਨਾ, ਜਿੰਨੇ ਵੀ ਈਸਾਈ ਧਰਮ ਈਸਾ ਮਸੀਹ ਨੂੰ ਮੰਨਦੇ ਨੇ ਜਿਹੜੇ, ਹਾਂਜੀ, ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਚਰਚ ਹੈਗੇ ਨੇ, ਇੱਕ ਲੀਡਰ ਆ ਜੀ, ਜਾਣੀ ਕਿ ਮੇਰੇ ਹਿਸਾਬ ਨਾਲ ਹਿੰਦੁਸਤਾਨ ਦੇ ਆਪਣੇ ਇੰਡੀਆ ਦੇ ਵਿੱਚ ਇੱਕ ਹੀ ਹੋਏਗਾ, ਤੇ ਉਹਦੇ ਕਹਿਣੇ ਦੇ ਵਿੱਚ ਚੱਲਦੇ ਨੇ, ਉਹਨਾਂ ਨੂੰ ਇਹ ਨੀ ਗਾ ਜੀ ਉਹ ਉਹਦੀਆਂ ਵਿਚਾਰਾ ਕੀ ਨੇ ਤੇ ਉਹਦੀਆਂ ਵਿਚਾਰਾ ਕੀ ਨੇ, ਜਿਵੇਂ ਆਪਣੇ ਆ ਜੀ ਉਹ ਫਲਾਣਾ ਦਾ ਹੁਣ ਆਹ ਕੁਛ ਬੋਲਦਾ ਜੀ, ਅਸੀਂ ਉਹਨਾਂ ਨਾਲ ਏਕਤਾ ਕਿਉਂ ਕਰੀਏ, ਅਸੀਂ ਉਹ ਫਲਾਣਾ ਆਹ ਬੋਲਦਾ, ਅਸੀਂ ਉਹਦੀ ਏਕਤਾ ਉਹਦੇ ਨਾਲ ਏਕਤਾ ਕਿਉਂ ਕਰੀਏ, ਉਹਨਾਂ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝੀ ਤੇ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਪਲੇਟਫਾਰਮ ਤੇ ਖੜਾ ਕਰਤਾ ਉਹਨਾਂ ਨੇ ਗੱਲ, ਜਿੰਨੀ
ਆਪਣੀ ਮੰਡੀ ਘੱਟੋ ਘੱਟ ਜ਼ਿਆਦਾ ਨੀ ਵੀਹ ਬਾਈਆਂ ਕਿੱਲਿਆਂ ਦੇ ਵਿੱਚ ਵਿੱਚ ਹਾਂਜੀ ਤੇ ਖੜਨ ਨੂੰ ਜਗ੍ਹਾ ਨੀ ਹੈਗੀ ਸੀਗੀ ਉਹਦੇ ਵਿੱਚ ਜੀ ਉਹਨਾਂ ਨੇ ਕਿ ਜਿਹੜੀ ਗੱਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਉਹਨਾਂ ਨੇ ਦੁਨੀਆਂ ਨੂੰ ਇਕੱਠਾ ਕਿਉਂ ਕੀਤਾ ਉਹਨਾਂ ਨੇ ਕੀਤਾ ਜਿਹੜੇ ਤੁਸੀਂ ਉੱਥੇ ਐਂਡ ਦੇ ਵਿੱਚ ਜਿਵੇਂ ਆਪਾਂ ਮੰਨ ਲਓ ਆਪਾਂ ਅਰਦਾਸ ਕਰਦੇ ਹਾਂ ਉਹਨਾਂ ਦੇ ਕੋਈ ਹੋਣਾ ਹੈ ਵਿੱਚ ਆਪਾਂ ਗਏ ਨੀ ਕਿ ਨਾ ਆਪਾਂ ਨੂੰ ਪਤਾ ਇਸ ਬਾਰੇ ਤੇ ਪ੍ਰਾਰਥਨਾ ਹੋਏਗੀ ਤੇ ਉਹਦੇ ਵਿੱਚ ਹੀ ਤਾਂ ਜਿਹੜਾ ਵੀ ਕਿਸੇ ਨੂੰ ਕੋਈ ਮੰਗਣਾ ਚਾਹੁੰਦਾ ਹੈ ਤੇ ਉਹ ਮਿਲੂਗਾ ਉਹਨੂੰ ਜਿਵੇਂ ਆਪਣੇ ਹੁਣ ਕਹਿ ਦਿੰਦੇ ਨੇ ਜੀ ਤੁਹਾਨੂੰ ਤੁਸੀਂ ਪਾਠ ਕਰੋ ਤੁਹਾਨੂੰ ਆਹ ਕੁਛ ਮਿਲ ਜਾਏਗਾ ਤੁਹਾਨੂੰ ਆਹ ਫਲ ਮਿਲ ਜਾਏਗਾ ਠੀਕ ਹੈ ਜੀ ਹੁਣ ਅੱਜ ਉਹਨਾਂ ਦਾ ਦੂਸਰਾ ਪ੍ਰੋਗਰਾਮ ਹੈ ਜੀ ਠੀਕ ਹੈ ਜੀ ਹੁਣ ਉਹਨਾਂ ਨੇ ਅੱਜ ਮੇਰੇ ਹਿਸਾਬ ਨਾਲ ਉੱਥੇ ਆਪਣੇ ਗਾਤਰਿਆਂ ਵਾਲੇ ਵੀ ਤੁਰੇ ਫਿਰਦੇ ਸੀ ਜਿਹਨਾਂ ਦਾੜੀਆਂ ਰੱਖੀਆਂ ਸੀ ਉਹ ਵੀ ਤੁਰੀਆਂ ਤੁਰੇ ਫਿਰਦੇ ਸੀ ਤੇ ਮੈਂ ਨਾ ਸੋਚਦਾ ਹਾਂ ਗੱਲ ਉਹ ਹੀ ਭਾਈ ਸਾਹਿਬ ਕਹਿੰਦੇ ਪੈਣ ਜਿਹੜੇ ਜ਼ਰੂਰੀ ਤਾਂ ਨੀ ਬਾਹਰ ਇੱਕ ਕਾਰ ਪਾ ਕੇ ਬੰਦਾ ਮੱਤ ਲੈ ਜਾਂਦਾ ਹੈ ਗੱਲ ਤਾਂ ਅੰਦਰ ਦੀ ਹੈ ਜੀ ਠੀਕ ਹੈ ਜੀ ਉੱਥੇ ਇਹਨਾਂ ਨੂੰ ਜਾਂ ਪ੍ਰਭ ਦੀ ਭਰਾ ਵਰਗੇ ਨੂੰ ਉੱਥੇ ਬਹਾਇਆ ਹੋਵੇ ਦਿਖਾਇਆ ਹੋਵੇ ਬਈ ਆਹ ਬੰਦੇ ਵੇਖੋ ਇਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸਭ ਤੋਂ ਅੱਗੇ ਬੈਠੇ ਹੋਏ ਨੇ ਨਹੀਂ ਨਹੀਂ ਵੀਰੇ ਗੱਲ ਦੋ ਹੀ ਗੱਲਾਂ ਆ ਨਾ ਉਹਨਾਂ ਕੋਲ ਜਿਹਨਾਂ ਕੋਲ ਸਟੇਟਾਂ ਆ ਨਾ ਆਪਣੀਆਂ ਉਹਨਾਂ ਦੇ ਕੋਲ ਸਾਰਾ ਕੁਛ ਜਿਹੜਾ ਆ ਉਹਨੂੰ ਪ੍ਰਤੀਬੱਧ ਕਰਨ ਦੇ ਲਈ ਨਿਯਮਬੱਧ ਕਰਨ ਦੇ ਲਈ ਉਹਨਾਂ ਕੋਲ ਸਾਧਨ ਆ ਪਿੱਛੇ ਉਹਨਾਂ ਦੇ ਉਹ ਚਾਹੇ ਅਸੀਂ ਮੁਸਲਮਾਨਾਂ ਦੀ ਗੱਲ ਕਰੀਏ ਈਸਾਈਆਂ ਦੀ ਕਰੀਏ ਹਿੰਦੂਆਂ ਦੀ ਕਰੀਏ ਯਹੂਦੀਆਂ ਦੀ ਕਰੀਏ ਹਾਂਜੀ ਠੀਕ ਆ ਉਹਨਾਂ ਦੇ ਪਿੱਛੇ ਸਟੇਟਾਂ ਖੜੀਆਂ ਆ ਸਾਨੂੰ ਜਾਣੀ ਉਹ ਚੀਜ਼ ਜਿਹੜੀ ਆ ਉਹ ਤੋਂ ਸਟੇਟ ਦੇ ਹੁੰਦਿਆਂ ਹਰੇਕ ਜਣੇ ਨੂੰ ਸਿਕਿਉਰਿਟੀ ਹੋ ਜਾਂਦੀ ਆ ਉਹਨੂੰ ਪਤਾ ਹੁੰਦਾ ਵੀ ਆਹ ਹੈਡਿਆ ਆਹ ਇੱਥੇ ਆਹ ਕੁਛ ਪ੍ਰਾਪਤ ਕਰਨਾ ਚਾਹੁੰਦੇ ਆ ਜਿਹੜਾ ਜਿਹੜਾ ਵੀ ਬੰਦਾ ਉਹਦੇ ਹੱਕ ਚ ਕਰੀ ਜਾਂਦਾ ਉਹਨੂੰ ਚੱਕ ਕੇ ਉਹ ਭਾਰਤ ਰਤਨ ਕੁਛ ਕਰਕੇ ਸਨਮਾਨਿਤ ਕਰੀ ਜਾਂਦੇ ਆ ਠੀਕ ਹੈ ਉਹਨੂੰ ਚੱਕ ਕੇ ਸਿਸਟਮ ਚ ਲਈ ਜਾਂਦੇ ਆ ਕਿਉਂਕਿ ਸਟੇਟ ਵੀ ਚਾਹੁੰਦੀ ਆ ਨਾ ਵੀ ਸਾਡੇ ਲੋਕਾਂ ਲਈ ਸਾਡੇ ਆਪਣਿਆਂ ਲਈ ਕੰਮ ਕਰਨ ਵਾਲੇ ਵਲੰਟੀਅਰ ਹੋਣ ਬਿਲਕੁਲ ਜੀ ਔਰ ਦੂਜੀ ਗੱਲ ਸਟੇਟ ਹੋਣ ਤੋਂ ਬਾਅਦ ਤੁਹਾਨੂੰ ਟੀਚਾ ਮਿਸ਼ਨ ਮਿਲ ਜਾਂਦਾ ਸਾਡੇ ਕੋਲ ਜੇ ਵਿਪਤਾ ਸਟੇਟ ਨਾ ਹੋਣ ਕਰਕੇ ਸਾਡੀ ਵਿਪਤਾ ਇਹ ਆ ਸਾਡਾ ਟੀਚਾ ਮਿਥਿਆ ਨਹੀਂ ਗਿਆ ਸਾਡੇ ਕੋਲ ਇੱਕ ਟਕਸਾਲ ਧੜਾ ਖੜਾ ਆ ਟਕਸਾਲ ਕਹਿੰਦੀ ਆ ਵੀ ਜੋ ਕੁਛ ਅਸੀਂ ਕਰਦੇ ਹਾਂ ਇਹ ਮਿਸ਼ਨ ਹੋਣਾ ਚਾਹੀਦਾ ਇੱਕ ਨਾਨਕ ਸਰੀਏ ਖੜੇ ਆ ਉਹ ਕਹਿੰਦੇ ਇਹ ਮਿਸ਼ਨ ਹੋਣਾ ਨਿਹੰਗ ਆਪਣਾ ਕਹਿੰਦੇ ਆ ਕੋਈ ਬੇਈ ਸਾਫ਼ ਕਰੀ ਜਾਂਦਾ ਕੋਈ ਵਿਆਹ ਕਰੀ ਜਾਂਦਾ ਹੁਣ ਕਥਾਕਾਰ ਕਹਿੰਦੇ ਆ ਵੀ ਅਸੀਂ ਕਥਾ ਕਰਨੀ ਆ ਅਸੀਂ ਬੋਲਣਾ ਆ ਤੁਸੀਂ ਆ ਕੇ ਬੈਠੋ ਬਾਅਦ ਵਿੱਚ ਇੱਦਾਂ ਆਨੰਦ ਸਾਹਿਬ ਹੋਊਗਾ ਉਸ ਵੇਲੇ ਸਟੇਜ ਤੇ ਪੈਸੇ ਰੱਖਿਓ ਅਸੀਂ ਪੈਸੇ ਲੈ ਕੇ ਜਾਵਾਂਗੇ ਤੁਸੀਂ ਦਰੀਆਂ ਚੱਕਿਓ ਬਾਅਦ ਵਿੱਚ ਇਹ ਮਿਸ਼ਨ ਹੋਣਾ ਚਾਹੀਦਾ ਬਿਲਕੁਲ ਜੀ ਆਹ ਹੁਣ ਇਹਨਾਂ ਆਪਣੇ ਤੋਂ ਜਿਵੇਂ ਹੋਣਾ ਮਤਲਬ ਜਿਵੇਂ ਟਕਸਾਲ ਹੋ ਗਈ ਨਾਨਕਸਾਰੀ ਵਾਲੇ ਹੋ ਗਏ ਵੱਖ ਵੱਖ ਇਹਨਾਂ ਦਾ ਇਹ ਨੀ ਗਾ ਇਹਨਾਂ ਦਾ ਬਸ ਇੱਕ ਏ ਘੱਟੋ ਘੱਟ ਇੰਨਾ ਪਤਾ ਲੱਗ ਜਾਏ ਵੀ ਜਿਹੜਾ ਟੀਚਾ ਹੈਗਾ ਹੈ ਨਾ ਉਹਦੇ ਵਿੱਚ ਆਵੀ ਹੈ ਨੀ ਉਹ ਛੱਡ ਦਈਏ ਅਸੀਂ ਠੀਕ ਹੈ ਆਵੀ ਹੈ ਨੀ ਉਹ ਛੱਡ ਦਈਏ ਆਵੀ ਹੈ ਨੀ ਉਹ ਛੱਡ ਦਈਏ ਕਮ ਸੇ ਕਮ ਐਨਰਜੀ ਵੇਸਟ ਕਰਨੀ ਬੰਦ ਕਰੀਏ ਜਿਹੜੇ ਸਰੋਤੇ ਇਹ ਸਵਾਲ ਕਰਦੇ ਆ ਵੀ ਸਾਨੂੰ ਦੱਸੋ ਕਰਨਾ ਕੀ ਆ ਉਹਨਾਂ ਨੂੰ ਬੇਨਤੀ ਆ ਵੀ ਜ਼ਰੂਰੀ ਨੀ ਹੈਗਾ ਤੁਸੀਂ ਕੁਛ ਨਾ ਕੁਛ ਕਰਨਾ ਹੀ ਆ ਤੁਸੀਂ ਰੈਸਟ ਵੀ ਕਰ ਸਕਦੇ ਹੋ ਬੰਦਾ ਕਹਿੰਦਾ ਪੈਸੇ ਲਾਈਏ ਕਿੱਥੇ ਬੈਂਕ ਵਿੱਚ ਜਮ੍ਹਾਂ ਰਹਿਣ ਦਿਓ ਸੋਰੀ ਜੀ ਮੈਨੂੰ ਯਾਦ ਆ ਗਿਆ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦਾ ਜਿਹੜੀ ਉਹ ਜਗ੍ਹਾ ਆ ਪਰਮੇਸ਼ਰ ਦੁਆਰ ਉਹਨਾਂ ਦਾ ਅਕਾਊਂਟ ਜਿਹੜਾ ਅੰਤਰਰਾਸ਼ਟਰੀ ਅਕਾਊਂਟ ਆ ਉਹ ਚੱਲ ਪਿਆ ਆ ਠੀਕ ਹੈ ਜੀ ਮੈਂ ਫੇਸਬੁੱਕ ਦੇ ਉੱਤੇ ਸ਼ੇਅਰ ਕਰ ਦਿੱਤਾ ਆ ਤੇ ਇੱਥੋਂ ਨਿਊਜ਼ੀਲੈਂਡ ਤੋਂ ਵੀ ਬਹੁਤ ਸਾਰੇ ਵੀਰ ਪੁੱਛਦੇ ਸੀ ਬਾਕੀ ਵੀ ਆਲੇ ਦੁਆਲੇ ਜਿਹੜੇ ਹੈਗੇ ਆ ਉਸ ਅਕਾਊਂਟ ਦੇ ਉੱਤੇ ਹੋਰ ਕਿਤੇ ਨਾ ਕਿਸੇ ਨੂੰ ਆਪਣੇ ਪੈਸੇ ਜਿਹੜੇ ਬੰਦੇ ਅਸੀਂ ਸਾਰਿਆਂ ਨੂੰ ਨੀ ਕਹਿੰਦੇ ਜਦੋਂ ਨਾ ਜਿਹੜੇ ਹੁਣ ਟਕਸਾਲੀ ਆ ਹਾਂਜੀ ਜਿਹੜੇ ਇਹ ਪੰਥਪ੍ਰੀਤ ਹੋਣਾ ਵਾਲੇ ਤੂੰ ਉਹ ਰੌਲਾ ਪੈਂਦੇ ਰੌਲਾ ਪਾਉਣ ਲਓ ਜੀ ਇਹ ਕਹਿੰਦੇ ਉੱਥੇ ਪੈਸੇ ਉਹ ਗਦੇ ਉਹ ਤੁਹਾਨੂੰ ਨੀ ਕਹਿੰਦੇ ਅਸੀਂ ਜਿਹੜੇ ਜਿਹੜੇ ਧੁੰਦੇ ਪੰਥਪ੍ਰੀਤ ਨੂੰ ਪ੍ਰੋਫੈਸਰ ਨੂੰ ਮੰਨਣੇ ਵਾਲੇ ਜਿਹੜੇ ਟਕਸਾਲੀਆਂ ਨੂੰ ਮੰਨਣੇ ਵਾਲੇ ਆ ਉਹ ਜਿੱਥੇ ਮਰਜ਼ੀ ਤੇ ਤੁਹਾਨੂੰ ਥੋੜੀ ਕਹਿੰਦੇ ਅਸੀਂ ਤੁਹਾਨੂੰ ਤਾਂ ਅਸੀਂ ਇਹ ਵੀ ਨਹੀਂ ਆਸ ਕਰਦੇ ਤੁਸੀਂ ਸੁਣਦੇ ਹੋਵੋਗੇ ਸਰੋਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਸਾਡੇ ਤੇ ਭਰੋਸਾ ਕਰਦੇ ਉਹਨਾਂ ਨੂੰ ਸਰੋਤੇ ਕਹਿੰਦੇ ਅਸੀਂ ਹਨਾ ਤੁਸੀਂ ਤਾਂ ਇਹ ਤਾਂ ਬੰਦੇ ਵਿਰੋਧ ਕਰਨੇ ਨੂੰ ਸੁਣ ਰਹੇ ਸਾਡਾ ਤੁਹਾਡੇ ਲਈ ਥੋੜੋ ਆ ਤੁਸੀਂ ਤਾਂ ਜਿੱਥੇ ਮਰਜ਼ੀ ਕਰੋ ਹਨਾ ਵੀ ਉਹ ਜਿਹੜੇ ਬੰਦੇ ਇਸ ਗੱਲ ਤੇ ਵਿਸ਼ਵਾਸ ਕਰਦੇ ਉਹਨਾਂ ਨੂੰ ਬੇਨਤੀ ਆ ਵੀ ਜਿਹੜਾ ਅਸੀਂ ਕੰਮ ਕਰਨਾ ਗਾਹਾਂ ਚਾਹੁੰਦੇ ਆ ਹਨਾ ਉਹਨੂੰ ਕਿੱਦਾਂ ਕਰਨਾ ਆ ਉਹਦੇ ਲਈ ਫੰਡ ਜਿਹੜਾ ਆ ਇੱਕ ਇੱਕ ਧਾਰਾ ਦੇ ਰੂਪ ਦੇ ਵਿੱਚ ਇੱਕ ਬਹਿਣ ਦੇ ਰੂਪ ਵਿੱਚ ਆਉਣਾ ਚਾਹੀਦਾ ਸਾਡੇ ਕੋਲ ਤੇ ਉਹ ਹੁਣ ਅਕਾਊਂਟ ਬਣਿਆ ਆ ਉੱਥੇ ਕਰੀਏ ਜਿੰਨਾ ਚਿਰ ਗਾਹਾਂ ਅੰਤਰਰਾਸ਼ਟਰੀ ਸੰਸਥਾ ਜਾਂ ਕੋਈ ਗਾਹਾਂ ਦਾ ਪ੍ਰੋਗਰਾਮ ਹੋ ਕੇ ਉਹ ਸਾਨੂੰ ਨਹੀਂ ਪਤਾ ਲੱਗਦਾ ਵੀ ਕੀ ਹੋਣਾ ਗਾਹਾਂ ਠੀਕ ਹੈ ਜੀ ਉਹਨਾਂ ਚਿਰ ਜ਼ਰੂਰ ਇਹਦਾ ਖਿਆਲ ਰੱਖਿਓ ਹਾਂਜੀ ਬਾਕੀ ਹੁਣ ਆਪਣੇ ਇੱਥੇ
ਪਿੰਡ ਦੇ ਵਿੱਚ ਆਪਾਂ ਪਿੰਡ ਪਿੰਡ ਚ ਰਹਿੰਦੇ ਆ ਜੀ। ਹਾਂਜੀ ਉੱਥੇ ਨਾ ਗੁਰਮਤਿ ਪ੍ਰਚਾਰ ਸੇਵਾ ਲਹਿਰ ਦਾ ਇੱਕ ਮੈਂਬਰ ਸੇਵਾ ਦਲ ਦਾ ਮੈਂਬਰ ਉਹਨਾਂ ਦਾ ਕੋਈ, ਹਾਂਜੀ ਮੈਨੂੰ ਕਹਿੰਦਾ ਮੇਰਾ ਨਾਂ ਗੁਰਪ੍ਰੀਤ ਸਿੰਘ ਵੇਖਿਆ ਗੱਲ ਓਹੀ ਹੋਈ ਨਾ ਜਿਹੜੀ ਮੈਂ ਤੈਨੂੰ ਪਹਿਲੋਂ ਕਹਿੰਦਾ ਹੁੰਦਾ ਹਾਂ, ਮੈਂ ਤੂੰ ਮੈਨੂੰ ਗੱਲ ਕੀ ਕਹਿੰਦਾ ਹੈ ਉਹ ਢਿੰਡਰੀਆ ਓਹੀ ਬੋਲ ਗਿਆ ਜੋ ਹਰਨੇਕ ਸਿੰਘ ਬੋਲਦਾ ਜਿਹੜੀ ਪਿੱਛੇ ਦਾ ਆਖਿਆ ਸੀ ਨਾ ਗੁਰੂ ਸਾਹਿਬ ਜੀ ਆਪਣੇ ਵਰਗੇ ਹੀ ਸਨ। ਹਾਂਜੀ ਤੇ ਮੈਂ ਕਿਹਾ ਕੀ ਗੱਲ ਕੀ ਹੋ ਗਈ, ਕਹਿੰਦਾ ਲੈ ਉਹਨਾਂ ਦਾ ਹੁਣ ਢੰਡਰੀਆ ਉਹਨਾਂ ਕੁਛ ਹੋਰ ਆ, ਕਿਹਾ ਢੰਡਰੀਆ ਕਹਿੰਦਾ ਜੀ ਇਹ ਦੂਜਾ ਡਾਇਟਰ ਨਾਰ ਲਾਤਾ ਗੁਰੂ ਸਾਹਿਬ ਨੂੰ, ਡਾਇਟਰ ਕਿੱਥੇ ਗੁਰੂ ਸਾਹਿਬ ਕਿੱਥੇ। ਮੈਂ ਕਿਹਾ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਜੇ ਬਈ ਜਿਹੜਾ ਡਾਇਟਰ ਉਹ ਡਾਇਟਰ ਕਰਕੇ ਡਾਇਟਰ ਉਹਦਾ ਇੱਕ ਗੁਣ ਏ ਠੀਕ ਆ। ਮੈਂ ਉਹਨਾਂ ਨੇ ਨਹੀਂ ਡਾਇਟਰ ਹੋਣ ਜਿਹੜੇ ਨੇ ਉਹਨਾਂ ਡਾਇਟਰ ਨਾਲ ਲਾਤਾ, ਡਾਇਟਰ ਭਰੂਣ ਹੱਤਿਆ ਕਰਦੇ ਨੇ, ਫਲਾਣ ਕਰਦੇ ਟਮਕਾਣ ਕਰਦੇ ਆ। ਮੈਂ ਵੀਰ ਜੀ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਕਿਹੜੀ ਜੋਬ ਕਰਦੇ ਜੇ, ਕਹਿੰਦਾ ਮੈਂ ਪਟਵਾਰੀ ਚ ਆ ਪਟਵਾਰੀ ਆ। ਮੈਂ ਮੈਨੂੰ ਇਹ ਦੱਸ ਤੂੰ ਤੁਹਾਡੇ ਜਿਵੇਂ ਤੂੰ ਹੁਣ ਮੰਨ ਲਓ ਰਿਸ਼ਵਤ ਨਹੀਂ ਲੈਂਦਾ, ਸਾਰੇ ਰਿਸ਼ਵਤ ਨਹੀਂ ਲੈਂਦੇ ਨਹੀਂ ਲੈਂਦੇ ਨੇ ਠੀਕ ਆ। ਤੇ ਮੈਂ ਜਦ ਸਾਰੇ ਨਹੀਂ ਲੈਂਦੇ ਜ਼ਰੂਰੀ ਤਾਂ ਨਹੀਂ ਜਿਹੜੇ ਭਾਈ ਸਾਹਿਬ ਨੇ ਡਾਇਟਰ ਦੀ ਗੱਲ ਕੀਤੀ ਉਹ ਜਿਹੜੇ ਭਰੂਣ ਹੱਤਿਆ ਕਰਦੇ ਉਹਦੀ ਕੀਤੀ ਹੈ? ਨਹੀਂ ਨਹੀਂ ਭਰੂਣ ਹੱਤਿਆ ਬਾਰੇ ਵੀ ਵੀਰਾ ਇੱਕ ਸਵਾਲ ਆ ਇਹ ਪੰਥਪ੍ਰੀਤ ਵਾਲਿਆਂ ਨੂੰ ਵੀ ਤੇ ਦੂਜਿਆਂ ਨੂੰ ਵੀ, ਜਿਹੜੇ ਬੰਦੇ ਵੈਸੇ ਤਾਂ ਜੀਵ ਹੱਤਿਆ ਦੀ ਵੀ ਗੱਲ ਕਰਦੇ ਟਕਸਾਲੀਆਂ ਨੂੰ ਪੁੱਛਦੇ ਹੁੰਦੇ ਅਸੀਂ, ਪਰ ਇਹਨਾਂ ਨੂੰ ਵੀ ਪੁੱਛ ਲੈਂਦੇ ਭਰੂਣ ਹੱਤਿਆ ਵਾਲਿਆਂ ਨੂੰ ਵੀ, ਇਹਨਾਂ ਨੂੰ ਸਵਾਲ ਆ ਵੀ ਜਿਹਦੇ ਦੋ ਬੱਚੇ ਆ ਹਾਂਜੀ ਕੀ ਉਹ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਸਕਦੇ ਵੀ ਸਿਰਫ ਦੋ ਵਾਰੀ ਪਤਨੀ ਦੇ ਲਾਗੇ ਗਏ ਸੀ? ਉਹ ਜਿਸ ਬੰਦੇ ਨੂੰ 15 ਸਾਲ ਹੋ ਗਏ ਵਿਆਹ ਨੂੰ, ਹਾਂਜੀ ਜੇ 15 ਸਾਲਾਂ ਚ ਦੋਏ ਬੱਚੇ ਹੋਏ ਆ ਉਹਦੇ, ਹਾਂਜੀ ਜਿਹੜੇ ਬਾਕੀ ਆ, ਹਾਂਜੀ ਜਿਹੜੀਆਂ ਗੋਲੀਆਂ ਪਹਿਲਾਂ ਖਾਧੀਆਂ, ਹਾਂਜੀ ਉਹ ਭਰੂਣ ਹੱਤਿਆ ਨੀ? ਜੇ ਉਸੇ ਸੰਦਰਭ ਚ ਲੈਣੇ ਆ ਤੁਸੀਂ ਉਹ ਜਿਹੜੀ ਬੱਚਾ ਹੋਣ ਦੀ ਸੰਭਾਵਨਾ ਖਤਮ ਕਰ ਰਹੇ ਆ ਤੁਸੀਂ, ਹਾਂਜੀ ਇਹਦਾ ਰੌਲਾ ਜਿਹੜਾ ਪਾਉਣਾ ਵਜਾ ਨਾ ਪਾਇਆ ਕਰੋ ਭਾਈ। ਠੀਕ ਆ, ਸਾਨੂੰ ਕਰਨੇ ਵਾਲੇ ਕੰਮ ਹੋ ਰਿਹਾ ਸਾਡੇ ਉਹਨਾਂ ਦੇ ਉੱਤੇ ਕੰਮ ਅਸੀਂ ਸ਼ੁਰੂ ਕਰਾਂਗੇ ਤਾਂ ਆਪਣੇ ਆਪ ਹੀ ਇਹ ਪ੍ਰੋਬਲਮ ਆ ਜਿਹੜੀਆਂ ਖਤਮ। ਅਸੀਂ ਨਾ ਇੱਦਾਂ ਦਾ ਕੋਈ ਨੁਕਤਾ ਲੱਭ ਕੇ ਉਹਨੂੰ ਮੁੱਦਾ ਬਣਾ ਕੇ ਹੀਰੋ ਬਣਨਾ ਚਾਹੁੰਦੇ, ਆਹ ਦੇਖੋ ਜੀ ਆਹ ਦੇਖੋ ਕੀ ਕਰਦੇ ਆ, ਆਹ ਦੇਖੋ ਕੀ ਕਰਦੇ ਆ, ਹਾਂਜੀ ਉੱਥੇ ਹੀਰੋ ਬਣਨਾ ਚਾਹੁੰਦੇ ਆ। ਓਕੇ ਹਾਂ ਠੀਕ ਆ, ਉਹਨੂੰ ਕੰਟਰੋਲ ਕਰੀਏ। ਹਾਂਜੀ ਹਾਂਜੀ ਬਸ ਵੀਰ ਜੀ ਮੈਂ ਗੱਲ ਕਰਨੀ ਸੀਗੀ, ਬਾਕੀ ਜਲਨ ਜ਼ਿਆਦਾ ਹੁੰਦੀ ਪਈ ਇਸ ਟਾਈਮ ਤੇ ਵਧਣੀ ਆ ਜੀ, ਉਹ ਤਾਂ ਅਜੇ ਵਧੂਗੀ ਗਰੰਟੀ ਆ ਇਸ ਗੱਲ ਦੀ, ਉਹ ਤਾਂ ਅਜੇ ਇਹਨਾਂ ਨੂੰ ਤਾਂ ਅੰਦਾਜ਼ਾ ਹੀ ਨਹੀਂ, ਇਹਨਾਂ ਨੂੰ ਤਾਂ ਅਜੇ ਅੰਦਾਜ਼ਾ ਨਹੀਂ ਪੀ ਹੋਣਾ ਕੀ ਹੈ। ਤਾਂ ਇਸ ਜਿਹਨਾਂ ਨੂੰ ਇੰਨੀ ਗੱਲ ਨਹੀਂ ਸਮਝ ਆ ਰਹੀ ਪਈ ਉਹ, ਅਸੀਂ ਨਾ ਇੱਕ ਗੱਲ ਦੇਖਿਓ ਜਿਹੜਾ ਸਿਆਣੀ ਧਿਰਿਆ ਇਹਨਾਂ ਚੋਂ ਸਾਰਿਆਂ ਚੋਂ ਵੀਰਾ ਉਹ ਪ੍ਰੋਫੈਸਰ ਦਰਸ਼ਨ ਸਿੰਘ ਵਾਲੀ ਆ। ਸਿਆਣੀ ਮਤਲਬ ਇਸ ਪੱਖੋਂ ਵੀ ਉਹ ਉਹਨਾਂ ਨੂੰ ਡਰ ਨਹੀਂ ਕੋਈ ਵੀ ਹੈਗਾ, ਹਾਂਜੀ ਉਹ ਬਾਗੀ ਆ, ਅੰਮ੍ਰਿਤ ਸੰਚਾਰ ਤੋਂ ਵੀ, ਨਿਤਨੇਮ ਤੋਂ ਵੀ, ਸਾਰਿਆਂ ਤੋਂ ਬਾਗੀ ਆ। ਠੀਕ ਹੈ ਜੀ, ਜਦੋਂ ਨਾ ਤੁਸੀਂ ਇੱਦਾਂ ਖੁੱਲੇ ਹੋ ਜਾਂਦੇ ਆ ਫਿਰ ਤੁਹਾਨੂੰ ਇਹ ਨਹੀਂ ਕੋਈ ਹੈਗਾ ਵੀ ਜੇ ਆਹ ਗੱਲ ਕੀਤੀ ਤਾਂ ਆਹ ਨੁਕਸਾਨ ਹੋਣਾ, ਖੁੱਲ ਕੇ ਕਰ ਲੈਂਦੇ ਆ। ਤੇ ਜਿਹੜੀ ਇਹਨਾਂ ਚੋਂ ਖੁੱਲ ਕੇ ਗੱਲ ਕਰਨ ਵਾਲੀ ਧਿਰੇ ਆ ਉਹ ਇੰਨੀ ਕਨਫਿਊਜ਼ ਆ, ਉਹ ਕਹਿੰਦੇ ਵੀ ਇਹ ਚੋਂ ਗੁਰੂ ਕੌਣ ਆ ਚੇਲਾ ਕੌਣ ਆ, ਇਹ ਗੁਰੂ ਚੇਲਾ ਗੁਰੂ। ਠੀਕ ਹੈ, ਇਹਨਾਂ ਗਧਿਆਂ ਨੂੰ ਇੰਨੀ ਸਮਝ ਨਹੀਂ ਆ ਰਹੀ ਵੀ ਜਿਹੜੇ ਕੈਲੀਵਰ ਆ ਨਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ, ਹਾਂਜੀ ਠੀਕ ਆ, ਉਹਦੇ ਵਿੱਚ ਵੈਸੇ ਨਾ ਤੁਸੀਂ ਦੁਨੀਆਂ ਦੇ ਵਿੱਚ ਜਿਹੜੇ ਵੀ ਗਿਆਨ ਦੀ ਗੱਲ ਕਰਨੀ ਆ ਉਹ ਕਿਤੇ ਨਾ ਕਿਤੇ ਉਹਦਾ ਪਹਿਲਾਂ ਹੋਈ ਹੋਊਗੀ, ਬਿਲਕੁਲ ਆਉਂਦੀ ਹੈ ਜੀ। ਹੁਣ ਜਦੋਂ ਇਹ ਕਹਿੰਦੇ ਆ ਵੀ ਜਿਹੜੀ ਗੱਲ ਹਰਨੇਕ ਨੇ ਕੀਤੀ ਆ ਉਹੀ ਉਹਨੇ ਕਰ ਦਿੱਤੀ, ਜਾਂ ਤਾਂ ਇਹ ਮੰਨ ਲੈਣ ਵੀ ਜਿਹੜੀਆਂ ਗੱਲਾਂ ਰੇਡੀਓ ਵਿਰਸਾ ਤੇ ਹੋ ਰਹੀਆਂ ਉਹ ਸੰਸਾਰ ਵਿੱਚ ਪਹਿਲਾਂ ਨਹੀਂ ਹੋਈਆਂ ਕਦੇ ਵੀ, ਜਾਂ ਤਾਂ ਇਹ ਮੰਨ ਲੈਣ ਫਿਰ ਇਹ ਕਹਿਣ ਵੀ ਇਹ ਖੋਜਾਂ ਕਰੀਆਂ ਰੇਡੀਓ ਵਾਲਿਆਂ ਨੇ ਤੇ ਇਹ ਉਹਨਾਂ ਦੀ ਗੱਲ ਕਰੀ ਜਾਂਦਾ। ਇੱਕ ਪਾਸੇ ਤਾਂ ਹੋਊਗਾ ਫਿਰ ਵੀਰ ਜੀ ਕਹਿਣ ਲੱਗਾ ਕਹਿੰਦਾ ਨਹੀਂ ਜੀ ਹੁਣ ਕਹਿੰਦਾ ਲੈ ਗੁਰੂ ਗ੍ਰੰਥ ਸਾਹਿਬ ਨੂੰ ਨੀ ਮੰਨਣਾ ਚਾਹੀਦਾ ਯਾਰ। ਮੈਂ ਯਾਰ ਕਿੱਥੇ ਗੱਲ ਤੂੰ ਕਿਹੜੀ ਗੱਲ ਕਰਦਾ, ਮੈਂ ਮੈਨੂੰ ਇਹ ਦੱਸ ਕਹਿੰਦਾ ਮੈਂ ਤੂੰ ਗੁਰੂ ਕਿਹਨੂੰ ਮੰਨਦਾ ਹੈ, ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਤੇ ਮੈਂ ਮੰਨ ਲਓ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਹੋਇਆ ਆਪਾਂ ਨੂੰ ਬਾਹਰ ਕੱਢ ਦਈਏ ਉਹਨੂੰ ਤੂੰ ਮੰਨੇਗਾ? ਕਹਿੰਦਾ ਨਹੀਂ ਫਿਰ ਤਾਂ ਨੀ ਮੰਨੂਗਾ। ਫਿਰ ਮੈਂ ਗੱਲ ਤਾਂ ਆ ਹੈ, ਮੈਂ ਵਿਚਲੀ ਗੱਲ ਇਹ ਆ ਆਪਾਂ ਮੰਨਦੇ ਗਿਆਨ ਗੁਰੂ ਏ ਠੀਕ ਆ ਨਾ। ਮੈਂ ਚੱਲ ਉਹ ਆਪਣਾ ਇੱਕ ਜ਼ਰੀਆ ਹੈ, ਚੱਲ ਆਪਾਂ ਤੁਸੀਂ ਹੁਣ ਸ਼ਰਧਾ ਵੱਲੋਂ ਮੰਨਦੇ ਜਿਵੇਂ ਮੰਨਦੇ ਹੋ ਤੁਹਾਡੀ ਅਲੱਗ ਸੋਚ ਹੈ, ਮੈਂ ਬਾਕੀ ਤੁਸੀਂ ਹੁਣ ਜਿਹੜਾ ਸੋਚਣਾ ਜਿਹੜਾ ਨਹੀਂ ਸੋਚਣਾ, ਤੁਸੀਂ ਵਿਰੋਧ ਕਰਨਾ ਜਾਂ ਨਹੀਂ ਕਰਨਾ ਉਹ ਤੁਹਾਡੀ ਅਲੱਗ ਵਿਸ਼ਾ ਹੈ, ਤੁਸੀਂ ਵੈਸੇ ਹੁਣ ਵਿਰੋਧ ਕਰਨਾ ਚਾਹੁੰਦੇ ਜੇ
ਉਹ ਗੱਲ ਵੱਖਰੀ ਹੈ, ਤੁਸੀਂ ਕਰੀ ਜਾਓ ਫਿਰ ਤਾਂ ਉਹਦਾ ਕੋਈ ਬੰਦਾ ਦਲੀਲ ਵੀ ਨੀ ਦੇ ਸਕਦਾ ਜਾਂ ਤੁਸੀਂ ਕਰਨ ਵਿਰੋਧ ਖੜੇ ਹੋਏ। ਨਹੀਂ ਨਹੀਂ ਉਹਨਾਂ ਦਾ ਵੀਰੇ ਵੈਸੇ ਵੀ ਜਦੋਂ ਹੁਣ ਸਾਡਾ ਬੱਚਾ ਪੜ੍ਹਨ ਜਾਂਦਾ, ਜਦੋਂ ਪੰਜਾਬੀ ਪੜ੍ਹਦਾ ਅੰਗਰੇਜ਼ੀ ਪੜ੍ਹਦਾ, ਹੁਣ ਪੰਜਾਬੀ ਪੜ੍ਹਦਾ ਉਹਨੂੰ ਊੜਾ ਐੜਾ ਸਿਖਾ ਦਿੱਤਾ ਜਾਂਦਾ, ਸਿਹਾਰੀ ਬਿਹਾਰੀ ਸਿਖਾ ਦਿੱਤੀ ਜਾਂਦੀ, ਫਿਰ ਨਾ ਕੁਛ ਗੱਲਾਂ ਕੁਛ ਅੱਖਰ ਉਹਨੂੰ ਜਿੱਦਾਂ ਘੱਗਾ ਰਾਰਾ ਘਰ ਮੁਕਤੇ ਦੇ, ਹਾਂਜੀ ਹਨਾ, ਕੱਕੇ ਨੂੰ ਕੰਨਾ ਰਾਰਾ ਕਾਰ, ਹਾਂਜੀ ਹਨਾ, ਹਾਂਜੀ ਚਿੱਚੇ ਨੂੰ ਸਿਹਾਰੀ, ਇੜਾੜੇ ਨੂੰ ਬਿਹਾਰੀ ਚਿੜੀ, ਹਾਂਜੀ ਕੁਛ ਗੱਲਾਂ ਸਿਖਾਈਆਂ ਜਾਂਦੀਆਂ, ਸਾਊਂਡ ਜਿਹੜੀ ਦੱਸਦੀ, ਬਾਕੀ ਬਾਅਦ ਵਿੱਚ ਤਾਂ ਫਿਰ ਆਪੇ ਕਰੀ ਜਾਂਦਾ ਬਾਹਰ ਹੀ ਸਭ ਲਈ। ਹੁਣ ਬੱਚਾ ਇੱਦਾਂ ਥੋੜੀ ਜਦੋਂ ਕੰਨੇ ਦੀ ਗੱਲ ਕਰਦਾ ਆ, ਜਿਹੜੀ ਗੱਲ ਉਹਨੂੰ ਉੱਥੇ ਪੜ੍ਹੀ ਆ ਉਹੀ ਥੋੜਾ ਸਾਰੀ ਉਮਰ ਐਗਜ਼ਾਮਪਲ ਦੇਈ ਜਾਂਦਾ। ਨਹੀਂ ਜੀ, ਬਸ ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਗੁਰੂ ਆ ਸਾਡੇ, ਗਿਆਨ ਗੁਰੂ ਜਿਹੜਾ ਨਾ ਸਾਡੇ ਲਈ ਇੱਦਾਂ ਆ, ਠੀਕ ਹੈ ਜੀ। ਉਹ ਗੱਲਾਂ ਜਿਹੜੀਆਂ ਆ ਉਸ ਵੇਲੇ ਦੀ, ਉਹ ਸਾਡੇ ਲਈ ਇੱਕ ਮਾਣ, ਬਹੁਤ ਵੱਡਾ ਮਾਣ ਮਹਿਸੂਸ ਕਰਨ ਵਾਲੀ ਗੱਲ ਆ ਕਿ 12ਵੀਂ 13ਵੀਂ ਸਦੀ ਵਿੱਚ ਜਿਨ੍ਹਾਂ ਨੂੰ ਅਸੀਂ ਆਗੂ ਮੰਨਦੇ ਹਾਂ ਉਹਨਾਂ ਨੇ ਉਸ ਵੇਲੇ ਵੀ ਇੱਦਾਂ ਗੱਲਾਂ ਕੀਤੀਆਂ ਸੀ। ਹੁਣ ਇਹ ਨਹੀਂ ਹੈਗਾ ਵੀ ਉਹਨਾਂ ਗੱਲਾਂ ਦੇ ਘੋਟੇ ਲਾ ਕੇ ਅਸੀਂ ਅੱਜ ਉਹੀ ਕਰਨੀਆਂ ਆ, ਉਹ ਗੱਲ ਕਬੀਰ ਸਾਹਿਬ ਵੇਲੇ ਕਿਸੇ ਹੋਰ ਦੇ ਵਿਰੁੱਧ ਹੋ ਰਹੀ ਆ, ਨਾਮਦੇਵ ਜੀ ਵੇਲੇ ਹੋਰ ਵਿਰੁੱਧ ਹੋ ਰਹੀ ਆ, ਠੀਕ ਹੈ, ਮਿਥਿਹਾਸਿਕ ਕਹਾਣੀ ਪ੍ਰਹਲਾਦ ਦੀ ਆ ਹੋਰ ਕਿਸੇ ਵਿਰੁੱਧ, ਉਸ ਵੇਲੇ ਹਰਨਾਕਸ਼ ਆ, ਗੁਰੂ ਨਾਨਕ ਦੇਵ ਜੀ ਵੇਲੇ ਬਾਬਰ ਆ, ਪੰਜਵੇਂ ਪਾਤਸ਼ਾਹ ਵੇਲੇ ਜਹਾਂਗੀਰ ਆ, ਦਸਵੇਂ ਪਾਤਸ਼ਾਹ ਵੇਲੇ ਔਰੰਗਜ਼ੇਬ ਆ, ਅੱਜ ਕੋਈ ਹੋਰ ਆ। ਅਸੀਂ ਉਹ ਕਹਾਣੀ ਨੀ ਸੁਣਾਉਣੀ ਵੀ ਅਸੀਂ ਔਰੰਗਜ਼ੇਬ ਨੂੰ ਏਦਾਂ ਕਹਿੰਦੇ ਨੇ, ਉਹ ਸਾਡੇ ਵੱਡਿਆਂ ਨੇ ਕਹਿ ਕੇ ਉਹ ਘੱਗਰਾਰਾ ਘਰ ਦੱਸਿਆ ਸਾਨੂੰ, ਅੱਜ ਅਸੀਂ ਯੂਨੀਵਰਸਿਟੀ ਵੀ ਲਿਖ ਸਕਦੇ ਹਾਂ, ਯੇ ਨੂੰ ਦਲੈਂਕੜ, ਨੰਨੇ ਨੂੰ ਬਿਹਾਰੀ, ਉਹ ਵੀ ਲਿਖ ਸਕਦੇ ਹਾਂ, ਠੀਕ ਹੈ ਜੀ, ਅੱਜ ਜਿਹੜੀ ਲੋੜ ਆ। ਹਾਂਜੀ, ਉਹ ਕੱਲਾ ਪੰਜਾਬੀ ਚ ਨੀ, ਗੁਰਮੁਖੀ ਚ ਨੀ ਹੈਗਾ ਕੱਲਾ ਗਿਆਨ ਗੁਰੂ ਸਾਡਾ, ਅੱਜ ਸਾਨੂੰ ਅੰਗਰੇਜ਼ੀ, ਅੱਜ ਫ੍ਰੈਂਚ, ਜਿੰਨੀਆਂ ਭਾਸ਼ਾਵਾਂ ਸਾਰੀਆਂ ਕਰਨੀਆਂ ਪੈਣੀਆਂ। ਚਲੋ ਵੀਰੇ, ਥੈਂਕ ਯੂ, ਸਾਡੇ ਨਾਲ ਤਿੰਨਾਂ ਲਾਈਨਾਂ ਤੇ ਸਰੋਤੇ ਆ, ਅਸੀਂ ਦੇਖ ਲਈਏ ਉਹਨਾਂ ਨੂੰ। ਥੈਂਕ ਯੂ ਜੀ। 0107 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ, ਚੱਲ ਗਏ ਤੁਸੀਂ, ਧੰਨਵਾਦ ਜੀ। 0108 ਦੇ ਉੱਤੇ, ਹਾਂਜੀ, ਹੈਲੋ, ਹਾਂਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ, ਮੈਂ ਜੀ ਮੁੱਲਾਪੁਰ ਲੁਧਿਆਣਾ ਤੋਂ ਬੋਲ ਰਿਹਾ ਜੀ। ਹਾਂਜੀ, ਮੈਂ ਜੀ ਰੇਡੀਓ ਦੇ 2-3 ਮਿੰਟ ਲੈਣਾ ਚਾਹੁੰਦਾ ਜੀ, ਜੇ ਮੈਂ ਆਪਣੀ ਗੱਲ ਰੱਖ ਸਕਦਾ ਜੀ। ਕਰੋ ਜੀ, ਕਰੋ। ਹਾਂਜੀ ਭਾਈ ਸਾਹਿਬ, ਬਹੁਤ ਵਧੀਆ ਜੀ ਤੁਹਾਡਾ ਕਾਰਜ ਹੈਗਾ, ਬਹੁਤ ਜ਼ਿਆਦਾ ਵਧੀਆ ਤੁਸੀਂ ਸਾਰੀਆਂ ਗੱਲਾਂ ਕਰ ਰਹੇ ਹੋ ਜੀ। ਕੁਝ ਕੁਝ ਵਿੱਚ ਪਹਿਲਾਂ ਡਾਊਟਸ ਹੋਣ ਲੱਗੀਆਂ ਸੀਗੀਆਂ, ਸੁਣਨ ਲੱਗੀਆਂ ਜਦੋਂ ਪਿਛਲੇ 1 ਸਾਲ ਤੋਂ, ਲਗਭਗ 1 ਸਾਲ ਹੋ ਗਿਆ ਜੀ ਸੁਣਦਿਆਂ ਨੂੰ। ਹਾਂਜੀ, ਤੇ ਹੁਣ ਠੀਕ ਚੱਲ ਰਿਹਾ ਸੀਗਾ ਜੀ ਸਾਰਾ ਕੁਛ। ਪਹਿਲਾਂ ਗੁਰੂ ਵਾਲੀ ਗੱਲ ਤੇ ਵੀ ਥੋੜੀ ਜਿਹੀ ਹੋ ਗਿਆ ਸੀ ਮਨ ਨੂੰ ਵੀ ਇਹ ਕੀ ਗੱਲ ਕਹਿ ਦਿੱਤੀ ਆਮ ਖਾਸ ਵਾਲੀ ਗੱਲ ਤੇ, ਪਰ ਸਮਾਂ ਪਾ ਕੇ ਸਮਝ ਆ ਗਈ। ਤੇ ਪਰ ਹੁਣ ਇੱਕ ਗੱਲ ਦੀ ਸਟੇਟਮੈਂਟ ਜਿਹੜੀ ਤੁਸੀਂ ਦਿੱਤੀ ਹੈਗੀ, ਉਸ ਚੀਜ਼ ਦੀ ਨੀ ਸਮਝ ਆ ਰਹੀ ਜੀ, ਉਹ ਠਹਿਰ ਕੇ ਆਊਗੀ। ਜਿਹੜੀ ਗੁਰੂ ਸਾਹਿਬ ਵਾਲੀ ਗੱਲ ਸੀ ਉਹ ਕਿੰਨੇ ਚਿਰ ਬਾਅਦ ਪਤਾ ਲੱਗ ਗਈ ਸੀ ਤੁਹਾਨੂੰ? ਹਾਂਜੀ, ਆਏ ਤਾਂ ਸਮਝ ਆਉਣ ਨੂੰ ਆਈ ਜਾਂਦੀ ਹੈ ਜੀ ਬੰਦਾ ਗਾ, ਪਰ ਕਈ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਵੀ ਵਿੱਚ ਕਲਿੱਕ ਨਹੀਂ ਕਰਦੀਆਂ ਜੀ। ਉਸ ਲਈ ਮੈਂ ਸਿਰਫ ਤੁਹਾਡੇ 2 ਮਿੰਟ ਲੈਣੇ ਆ ਜੀ। ਹਾਂ, ਪਰ ਹੋ ਸਕਦਾ ਉਹ ਅਜੇ ਜਿਹਦਾ ਹੁਣ ਗੁਰੂ ਵਾਲੀ ਗੱਲ ਆ, ਪਹਿਲਾਂ ਦਾ ਸੋਚਿਓ, 13 ਸਤੰਬਰ ਨੂੰ ਗੱਲ ਹੋਈ ਸੀ, ਉਹ ਕਿੰਨਾ ਚਿਰ ਤੁਹਾਡੇ ਦਿਮਾਗ ਦੇ ਵਿੱਚ ਦਾ ਘੋਲ ਚੱਲਿਆ ਵੀ ਠੀਕ ਨੀ ਗੱਲ ਹੈਗੀ? 15 ਦਿਨ 20 ਦਿਨ, ਮਹੀਨਾ ਕ, 2 ਮਹੀਨੇ, ਹਫ਼ਤਾ ਕ ਚੱਲਿਆ ਜੀ ਘੋਲ? ਫੇ ਇਹਦੇ ਲਈ ਵੀ ਜਿਹੜੀ ਜਿਹੜੀ ਵੀ ਗੱਲ ਹੁਣ ਵੀ ਲੱਗੀ ਉਹਨੂੰ ਵੀ ਹਫ਼ਤਾ ਕ ਵੇਟ ਕਰ ਲਓ, ਅਜੇ ਗੱਲ ਕਈ ਵਾਰ ਹੋਣੀ ਆ। ਅੱਛਾ, ਫੇ ਕਰ ਲਓ, ਫੇ ਦੱਸੋ। ਹਾਂਜੀ, ਇੱਕ ਦਿਨ ਹਾਂਜੀ ਅੰਗਰੇਜ਼ ਸਿੰਘ ਹੁਣਾਂ ਦਾ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਹਿੰਦੇ ਵੀ ਕੀ ਮਕੈਨਿਕ ਬਣਦਾ, ਕੀ ਜੇ ਆਪਾਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਾਰ ਖਰਾਬ ਹੋ ਗਈ ਤਾਂ ਕਾਰ ਠੀਕ ਕਰਨ ਦਾ ਫਾਰਮੂਲਾ ਹੈਗਾ ਜੀ? ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸਾਰਾ ਗਿਆਨ ਨੀ ਹੈਗਾ, ਸਾਰਾ ਗਿਆਨ ਨੀ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਮੰਨ ਲਓ ਕਿਸੇ ਦੀ ਕਾਰ ਖਰਾਬ ਹੋ ਗਈ, ਕਾਰ ਠੀਕ ਕਰਨੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੱਸ ਸਕਦਾ ਹੈਗਾ ਵੀ ਕਾਰ ਠੀਕ ਕਰਨੀ ਹੈ ਜੀ? ਵੀ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਪੱਧਰ ਤੇ ਲੈ ਰਹੇ ਹਾਂ ਜੀ? ਮੇਰਾ ਸਵਾਲ ਇਹ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਾਨੂੰ ਮਕੈਨਿਕ ਬਣਨਾ ਸਿਖਾਉਂਦੇ ਆ ਕਿ ਇਨਸਾਨ ਬਣਨਾ ਸਿਖਾਉਂਦੇ ਨੇ ਜੀ? ਅਸੀਂ, ਮੈਨੂੰ ਏਦਾਂ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਕੈਨਿਕ ਨੂੰ ਇਨਸਾਨ ਬਣਨਾ ਸਿਖਾਉਂਦੇ ਆ। ਮਕੈਨਿਕ ਕੋਈ ਵੀ ਹੋ ਸਕਦਾ, ਡਾਕਟਰ ਕੋਈ ਵੀ ਹੋ ਸਕਦਾ, ਇੰਜੀਨੀਅਰ ਕੋਈ ਵੀ ਹੋ ਸਕਦਾ, ਹਨਾ, ਜ਼ਰੂਰੀ ਨੀ ਹੈਗਾ ਗਾ ਵੀ ਇੰਜੀਨੀਅਰ ਇਨਸਾਨ ਹੋਵੇ, ਹਨਾ, ਇਨਸਾਨੀਅਤ ਮਰੀ ਹੋਈ ਹੋ ਸਕਦੀ ਆ ਉਹਦੇ ਵਿੱਚੋਂ, ਹਨਾ, ਤੇ ਮਕੈਨਿਕ ਵਿੱਚੋਂ ਵੀ ਇਨਸਾਨੀਅਤ ਮਰੀ ਹੋ ਸਕਦੀ ਹੈਗੀ, ਕੋਈ ਵੀ ਮਕੈਨਿਕ ਵੀ ਡਾਕਟਰ ਵੀ ਬਲਾਤਕਾਰੀ ਹੋ ਸਕਦਾ, ਹਨਾ, ਤੇ ਗੁਰੂ ਗ੍ਰੰਥ ਸਾਹਿਬ ਜੀ
ਕਰੈਕਟਰ ਠੀਕ ਕਰਨਾ ਸਿਖਾਉਂਦੇ ਆ ਬੰਦੇ ਦੇ ਵਿੱਚ ਬੰਦਾ ਤੁਸੀਂ ਤੁਸੀਂ ਜੇ ਨਾ ਜੇ ਨਾ ਆਪਣੀ ਜੇ ਆਪਣੀ ਗੱਲ ਛੋਟੀ ਰੱਖੋਗੇ ਤੁਸੀਂ ਸਵਾਲ ਦੇ ਰੂਪ ਚ ਰੱਖੋਗੇ ਫਿਰ ਉਹ ਗਾਹਾਂ ਕਰਨੀ ਕਿਉਂਕਿ ਜਿੰਨੀਆਂ ਸਟੇਟਮੈਂਟਾਂ ਤੁਸੀਂ ਜ਼ਿਆਦਾ ਦੇਈ ਜਾਣੀਆਂ ਮੈਨੂੰ ਉਹਦੇ ਬਰਾਬਰ ਉਨੀਆਂ ਜ਼ਿਆਦਾ ਕਹਿਣੀਆਂ ਪੈਣੀਆਂ ਜਾਣੀ ਛੋਟੇ ਸ਼ਬਦਾਂ ਚ ਕਰਾਂ ਤੇ ਤੁਸੀਂ ਇਹ ਕਹਿ ਰਹੇ ਆ ਕਿ ਗੁਰੂ ਗ੍ਰੰਥ ਸਾਹਿਬ ਇਨਸਾਨ ਬਣਾਉਣਾ ਸਿਖਾਉਂਦੇ ਆ ਹਾਂ ਇੰਜੀਨੀਅਰ ਡਾਕਟਰ ਕੋਈ ਵੀ ਬਣ ਸਕਦਾ ਕਿਤਿਓਂ ਵੀ ਲੈ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਇਨਸਾਨ ਬਣਾਉਣਾ ਸਿਖਾਉਂਦੇ ਉਹ ਕਰੈਕਟਰ ਉੱਚਾ ਕਰਦੇ ਆ ਗੱਲ ਤੁਹਾਡੀ ਬਹੁਤ ਵਧੀਆ ਜਚਦੀ ਬਹੁਤ ਆ ਜਾਣੀ ਪਰ ਜੇ ਸਾਨੂੰ ਕੋਈ ਸਵਾਲ ਪੁੱਛ ਲਵੇ ਵੀ ਤੁਸੀਂ ਤੁਸੀਂ ਪੰਜਾਬ ਚ ਰਹਿੰਦੇ ਆ ਪੰਜਾਬ ਦੇ ਵਿੱਚੋਂ ਜਿਹੜੇ ਤੁਹਾਡੇ ਆਲੇ ਦੁਆਲੇ ਕੰਮ ਕਰਦੇ ਜਿੰਨਿਆਂ ਨੂੰ ਤੁਸੀਂ ਜਾਣਦੇ ਆ ਜਿਹੜੇ ਵਧੀਆ ਵਧੀਆ ਇਨਸਾਨ ਬਣ ਗਏ ਉਹਨਾਂ ਦੇ ਨਾਂ ਲਓ ਤੇ ਫਿਰ ਤੁਸੀਂ ਇਹ ਦੱਸੋ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਦੇ ਉਹਨਾਂ ਦੇ ਵਿੱਚੋਂ ਇੰਜੀਨੀਅਰਾਂ ਡਾਕਟਰਾਂ ਦੇ ਨਾਂ ਲਵੋ ਇਹ ਕੰਮ ਕਰਿਓ ਤੁਸੀਂ ਕਾਪੀ ਪੈਨ ਲੈ ਕੇ ਹੋਰ ਵੀ ਬਹੁਤ ਇਸ ਤਰ੍ਹਾਂ ਦਾ ਹੋਊਗਾ ਗਿਆਨ ਅਧਿਆਤਮਕ ਗਿਆਨ ਹੋਰ ਵੀ ਬਹੁਤ ਕਿਤਾਬਾਂ ਵਿੱਚ ਹੋਰ ਵੀ ਬਹੁਤ ਕਿਸੇ ਵਿੱਚ ਹੋਊਗਾ ਇਹ ਗਿਆਨ ਉਸ ਗਿਆਨ ਨੂੰ ਅਸੀਂ ਮਾਨਤਾ ਦੇ ਸਕਦੇ ਹਾਂ ਉਸ ਗਿਆਨ ਨੂੰ ਅਸੀਂ ਰੱਦ ਨਹੀਂ ਕਰ ਰਹੇ ਹੈਗੇ ਉਸ ਉਹ ਗਿਆਨ ਕਿਤੋਂ ਵੀ ਕਿਉਂਕਿ ਇਹ ਤਾਂ ਗਿਆਨ ਥੋੜੀ ਆ ਵੀ ਮੁਸਲਮਾਨਾਂ ਵਿੱਚ ਜਾਂ ਗੋਰਿਆਂ ਵਿੱਚ ਜਾਂ ਹਿੰਦੂਆਂ ਵਿੱਚ ਕਿਸੇ ਦਾ ਕਰੈਕਟਰ ਉੱਚਾ ਹੀ ਨਹੀਂ ਹੈਗਾ ਵੀ ਇਕੱਲੇ ਸਿੱਖਾਂ ਦਾ ਹੀ ਕਰੈਕਟਰ ਉੱਚਾ ਗਾ ਸਿੱਖ ਵੀ ਜਿਹੜੇ ਨਹੀਂ ਪੜ੍ਹ ਰਹੇ ਉਹਨਾਂ ਦਾ ਵੀ ਕਰੈਕਟਰ ਉੱਚਾ ਨਹੀਂ ਹੈਗਾ ਜਿਹੜੇ ਮੰਨ ਨਹੀਂ ਰਹੇ ਪੜ੍ਹਨਾ ਵੱਖਰੀ ਗੱਲ ਆ ਮੰਨਣਾ ਵੱਖਰੀ ਗੱਲ ਆ ਹਨਾ ਪਰ ਇਹ ਗੱਲ ਤਾਂ ਬਿਲਕੁਲ ਹੀ ਹੈਗੀ ਬਈ ਇੱਕ ਪਾਸੇ ਅਸੀਂ ਸਾਇੰਸ ਨਾਲ ਜੋੜੀ ਜਾਈਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੱਸੋ ਜੀ ਹੁਣ ਗੁਰੂ ਗ੍ਰੰਥ ਸਾਹਿਬ ਤੇ ਮਕੈਨਿਕ ਬੰਨ ਦਾ ਤਰੀਕਾ ਨਹੀਂ ਨਹੀਂ ਉਹ ਪਤਾ ਮਕੈਨਿਕ ਬੰਨ ਸੀਗਾ ਉਹ ਪਤਾ ਗੱਲ ਕਾਹਦੇ ਵਿੱਚੋਂ ਨਿਕਲੀ ਆ ਜਦੋਂ ਪੰਥ ਪ੍ਰੀਤ ਹੁਣੀ ਸਾਡੇ ਪ੍ਰਚਾਰਕ ਇਹ ਸਟੇਟਮੈਂਟ ਦਿੰਦੇ ਆ ਕਿ ਸਾਡੇ ਲਈ ਜਿਹੜਾ ਗਿਆਨ ਆ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੀ ਗੁਰੂ ਆ ਤੁਸੀਂ ਉਹਨਾਂ ਦੇ ਸ਼ਬਦਾਂ ਨੂੰ ਤੁਸੀਂ ਆਪਣੀ ਤਰਜਮਾਨੀ ਦੇ ਕੇ ਉਹਦੇ ਵੱਖਰੇ ਅਰਥ ਨਾ ਦਿਓ ਜਦੋਂ ਪੰਥ ਪ੍ਰੀਤ ਹਾਂ ਮੈਂ ਉਹੀ ਕਹਿਣਾ ਜਦੋਂ ਪੰਥ ਪ੍ਰੀਤ ਹੁਣੀ ਇਹ ਗੱਲ ਕਹਿੰਦੇ ਆ ਕਿ ਸਾਡੇ ਲਈ ਜਿਹੜਾ ਗੁਰੂ ਆ ਨਾ ਉਹ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਗੁਰੂ ਆ ਪਰ ਤੁਸੀਂ ਕਹਿੰਦੇ ਆ ਵੀ ਜਿਹੜਾ ਕਰੈਕਟਰ ਉੱਚਾ ਚੱਕਣੇ ਵਾਲਾ ਗਿਆਨ ਆ ਉਹ ਕਿਸੇ ਵੀ ਧਰਮ ਵਿੱਚ ਕਿਤੇ ਵੀ ਹੋ ਸਕਦਾ ਅਸੀਂ ਸਾਰੇ ਨੂੰ ਮਾਨਤਾ ਦਿੰਦੇ ਹਾਂ ਪਰ ਉਹ ਕਥਾਕਾਰ ਨਹੀਂ ਇਹ ਗੱਲ ਕਹਿੰਦੇ ਹਾਂਜੀ ਨਹੀਂ ਕਹਿੰਦੇ ਉਹ ਕਹਿੰਦੇ ਇਹ ਗੱਲ ਦੇਖੋ ਇਹ ਤਾਂ ਹੋ ਸਕਦਾ ਵੀ ਕਿਸੇ ਦੀ ਸੋਚ ਦਾ ਪੱਧਰ ਕਿੱਥੇ ਖੜਾ ਹੋਵੇ ਪਰ ਤੁਸੀਂ ਇੱਦਾਂ ਨਹੀਂ ਤੁਸੀਂ ਕਰ ਸਕਦੇ ਵੀ ਇੱਦਾਂ ਹੁਣ ਤੁਹਾਡੀ ਗੱਲ ਅਸੀਂ ਮੰਨੀਏ ਹਨਾ ਤੇ ਦੂਜਿਆਂ ਬੰਦਿਆਂ ਦੀ ਗੱਲ ਇਹ ਕਹਿ ਕੇ ਛੱਡ ਦਈਏ ਵੀ ਉਹਦੀ ਸੋਚ ਦਾ ਪੱਧਰ ਕਿੱਥੇ ਆ ਤੇ ਹੁਣ ਅਸੀਂ ਸਟੇਟਮੈਂਟਾਂ ਤੁਹਾਡੀ ਸੋਚ ਨਾਲ ਨਹੀਂ ਨਾ ਦੇ ਸਕਦੇ ਸਾਡੇ ਮੂਹਰੇ ਜਿਹੜੇ ਆਗੂ ਬਣ ਕੇ ਬੈਠੇ ਆ ਗੱਲ ਤਾਂ ਪਰ ਇਹ ਬਿਲਕੁਲ ਹੈਗੀ ਜਿਹੜੀ ਤੁਸੀਂ ਮਕੈਨਿਕ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਜੋੜ ਦਮੋ ਨਹੀਂ ਉਹ ਗੱਲ ਉਸ ਗੱਲ ਦੇ ਜਵਾਬ ਵਿੱਚੋਂ ਨਿਕਲੀ ਆ ਵੀ ਸਾਡੇ ਲਈ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੀ ਗੁਰੂ ਆ ਜਦਕਿ ਵੀਰਾ ਸਾਡਾ ਮੰਨਣਾ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਹੈਗੇ ਸਾਡੇ ਪ੍ਰਤੀਕ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਨਹੀਂ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਸਾਡੇ ਕਿਰਦਾਰ ਨੂੰ ਉੱਚਾ ਚੱਕਣ ਦੇ ਲਈ ਸਹਾਈ ਆ ਇਹ ਗੱਲ ਮੈਂ ਬਹੁਤ ਵਾਰੀ ਸੁਣੀ ਹਾਂ ਮੈਂ ਇਹੀ ਸਵਾਲ ਪੁੱਛਦਾ ਹੁੰਦਾ ਵੀ ਤੁਸੀਂ ਦੱਸੋ ਗੁਰੂ ਗ੍ਰੰਥ ਸਾਹਿਬ ਚ ਕਿਹੜਾ ਪ੍ਰੋਸੀਜਰ ਆ ਜਿਹਦੇ ਨਾਲ ਕਿਰਦਾਰ ਉੱਚਾ ਹੁੰਦਾ ਤੁਸੀਂ ਦੱਸੋ ਉਹ ਕਿਹੜਾ ਬੰਦਾ ਤੁਹਾਡੇ ਆਲੇ ਦੁਆਲੇ ਆ ਜਿਹਦਾ ਇਹਨੂੰ ਪੜ੍ਹ ਕੇ ਕਿਰਦਾਰ ਉੱਚਾ ਹੋਇਆ ਇਦਾਂ ਨਾ ਕਰੋ ਫਿਰ ਸਾਡੀ ਵਿਚਾਰ ਕਿਸੇ ਸਿਰੇ ਨੀ ਲੱਗਣੀ ਤੁਸੀਂ ਸਟੇਟਮੈਂਟ ਦਿੱਤੀ ਆ ਦੋ ਤਿੰਨ ਸਟੇਟਮੈਂਟਾਂ ਪਹਿਲਾਂ ਮੈਂ ਤੁਹਾਨੂੰ ਸ਼ੁਰੂ ਚ ਵੀ ਕਿਹਾ ਵੀ ਇੰਨੀਆਂ ਜ਼ਿਆਦਾ ਸਟੇਟਮੈਂਟਾਂ ਨਾ ਦਿਓ ਜਿਹੜੀਆਂ ਮੈਨੂੰ ਕੱਟਣੀਆਂ ਪੈ ਜਾਣ ਹੁਣ ਜਿਹੜੀ ਵੀ ਤੁਸੀਂ ਸਟੇਟਮੈਂਟ ਪਹਿਲੀ ਗੱਲ ਪੰਥਪ੍ਰੀਤ ਸਿੰਘ ਦੀ ਦਿੱਤੀ ਹੋਈ ਸਟੇਟਮੈਂਟ ਨੂੰ
ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹਦੇ ਆਹ ਅਰਥ ਹੈ ਇਸ ਕਰਕੇ ਉਹਦੇ ਬਾਰੇ ਕੁਛ ਨਾ ਕਹੋ ਅਸੀਂ ਤੁਹਾਨੂੰ ਮੈਂ ਇਹ ਦੱਸਿਆ ਤੁਹਾਨੂੰ ਨਹੀਂ ਸਾਨੂੰ ਤਾਂ ਹੈਗਾ ਨਾ ਮਤਲਬ ਮੈਂ ਤੁਹਾਡੀ ਥੋੜੀ ਕੇਅਰ ਕਰਨੀ ਹੈ ਤੁਹਾਨੂੰ ਮਤਲਬ ਹੈਗਾ ਕਿ ਨਹੀਂ ਮੈਂ ਇਸ ਗੱਲ ਦੀ ਕਹਿ ਰਿਹਾ ਵੀ ਜਿਹੜੀ ਜੇ ਮੈਂ ਤੁਹਾਨੂੰ ਇਹ ਦੱਸਿਆ ਵੀ ਜਿਹੜੀ ਸਟੇਟਮੈਂਟ ਰੇਡੀਓ ਤੋਂ ਦਿੱਤੀ ਗਈ ਆ ਉਹ ਪੰਥਪ੍ਰੀਤ ਸਿੰਘ ਦੀ ਸਟੇਟਮੈਂਟ ਦੇ ਸੰਦਰਭ ਵਿੱਚ ਦਿੱਤੀ ਗਈ ਆ ਤੁਹਾਨੂੰ ਇੱਥੇ ਜਵਾਬ ਮਿਲ ਜਾਣਾ ਚਾਹੀਦਾ ਸੀ ਤੁਸੀਂ ਮੈਨੂੰ ਜਿਹੜਾ ਗਿਆਨ ਦੇ ਰਹੇ ਆ ਜਦੋਂ ਉਸ ਗਿਆਨ ਦੇ ਉੱਤੇ ਮੈਂ ਸਵਾਲ ਕੀਤਾ ਤੁਸੀਂ ਉਹਦਾ ਜਵਾਬ ਨਹੀਂ ਦੇ ਰਹੇ ਨਹੀਂ ਗਿਆਨ ਦਾ ਜੀ ਮੈਂ ਦੇ ਰਿਹਾ ਮੈਂ ਸਿਰਫ ਇੱਕ ਗੱਲ ਕਹਿ ਕੇ ਆਪਦੀ ਗੱਲ ਕੱਟਣ ਲੱਗਿਆ ਬਈ ਦੇਖੋ ਵਿਗਿਆਨ ਨਾਲ ਸਾਰੀ ਗੱਲ ਨਹੀਂ ਜੋੜੀ ਜਾ ਸਕਦੀ ਠੀਕ ਹੈ ਬੱਚੇ ਦਾ ਜੀਵਨ ਹੋ ਗਈ ਉਹ ਵਿਗਿਆਨ ਤੋਂ ਬਹੁਤ ਵੱਖਰਾ ਗਿਆ ਤੁਸੀਂ ਮੰਨ ਗਏ ਤੁਸੀਂ ਰੇਡੀਓ ਦੇ ਸਰੋਤਿਆਂ ਨੂੰ ਇਹ ਗੱਲਾਂ ਨਾ ਦੱਸੋ ਇਹ ਗੱਲਾਂ ਝੂਠ ਆ ਬਕਵਾਸ ਆ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਜਿਹੜੀ ਮੈਂ ਦੇਖ ਹੁਣ ਫੇਰ ਕਰੇਗਾ ਫਿਰ ਤੂੰ ਕਹਿਣਾ ਮੇਰਾ ਇਹਦੇ ਨਾਲ ਸੰਬੰਧ ਕੋਈ ਨੀ ਹੈਗਾ ਵੀਰਾ ਫਿਰ ਤੂੰ ਕਹਿਣਾ ਮੈਂ ਆਹੀ ਗੱਲ ਕਹਿ ਕੇ ਗੱਲ ਕੱਟ ਦੇਣੀ ਆਪਣੀ ਜਿਹੜਾ ਜਿਹੜਾ ਜਿਹੜੀਆਂ ਤੇਰੀਆਂ ਮਨੌਤਾਂ ਆ ਨਾ ਵੀਰਾ ਉਹ ਤੇਰੇ ਤੱਕ ਸੀਮਿਤ ਹੋ ਸਕਦੀਆਂ ਆ ਉਹ ਅਸੀਂ ਜ਼ਰੂਰੀ ਅਸੀਂ ਮੰਨੀਏ ਹਾਂ ਜਿਹੜੀਆਂ ਸਾਡੀਆਂ ਕਈਆਂ ਗੱਲਾਂ ਆ ਜੇ ਤੁਸੀਂ ਨਹੀਂ ਮੰਨਣੀਆਂ ਚਾਹੁੰਦੇ ਨਾ ਮੰਨੋ ਤੁਹਾਨੂੰ ਥੋੜਾ ਕਹਿੰਦੇ ਵੀ ਮੰਨੋ ਤੁਸੀਂ ਤੁਹਾਡੀ ਚੋਇਸ ਆ ਹੁਣ ਤੁਹਾਨੂੰ ਅਸੀਂ ਕਿਸੇ ਵੀ ਬੰਦੇ ਨੂੰ ਫੋਨ ਕਰਕੇ ਉਹਦੇ ਘਰੇ ਥੋੜਾ ਕਹਿੰਦੇ ਤੂੰ ਸਾਡੀ ਗੱਲ ਮੰਨ ਉਹਦੀ ਮਰਜ਼ੀ ਆ ਰੇਡੀਓ ਤੇ ਜਿਹੜਾ ਪ੍ਰੋਗਰਾਮ ਚੱਲਦਾ ਨਾ ਉਹਦੇ ਚ ਬੜੀ ਅਸੀਂ ਕਿਸੇ ਦੇ ਘਰ ਤੱਕ ਨਹੀਂ ਜਾ ਰਹੇ ਰੇਡੀਓ ਤੇ ਗੱਲ ਹੋ ਰਹੀ ਆ ਜਿਹਦਾ ਜੀ ਕਰਦਾ ਸੁਣ ਲੈਂਦਾ ਮੰਨ ਲੈਂਦਾ ਠੀਕ ਆ ਜਿਹਨੂੰ ਨਹੀਂ ਚੰਗੀ ਲੱਗਦੀ ਜੇ ਰਿਕਾਰਡਿੰਗ ਵੀ ਜਾਂਦੀ ਤੁਹਾਡੇ ਕੋਲ ਤੁਸੀਂ ਕੱਟ ਦਿਓ ਉਹਨੂੰ ਡਿਲੀਟ ਮਾਰ ਦਿਓ ਬਸ ਉਹ ਤਾਂ ਜੀ ਠੀਕ ਆ ਜੇ ਨਾ ਸੁਣਨੀ ਹੁੰਦੀ ਆਪਾਂ ਗੱਲ ਹੀ ਨਹੀਂ ਸੀ ਕਰਨੀ ਗੱਲ ਤਾਂ ਜਿਹੜੀ ਮੈਂ ਕੀਤੀ ਆ ਉਸ ਗੱਲ ਦਾ ਤੁਸੀਂ ਮੈਂ ਤੁਹਾਨੂੰ ਦੱਸ ਦਿੱਤਾ ਫਿਰ ਵੀਰਾ ਮੈਂ ਤੁਹਾਨੂੰ ਦੱਸ ਦਿੱਤਾ ਵੀ ਜਿਹੜੀ ਉਹ ਗੱਲ ਹੋਈ ਆ ਨਾ ਉਹ ਗੱਲ ਪੰਥਪ੍ਰੀਤ ਸਿੰਘ ਦੇ ਜਵਾਬ ਵਿੱਚ ਹੋਈ ਆ ਤੁਸੀਂ ਉੱਥੇ ਇਹ ਕਹਿ ਦਿੱਤਾ ਵੀ ਹੋ ਸਕਦਾ ਸੀ ਸਾਰਿਆਂ ਦੀ ਸੋਚ ਵੱਖਰੀ ਵੱਖਰੀ ਹੁੰਦੀ ਆ ਇਹ ਤੁਸੀਂ ਨਾ ਤੈਅ ਕਰੋ ਨਾ ਪਰ ਇਹ ਤਾਂ ਗੱਲ ਜੀ ਆਮ ਤੋਂ ਆਮ ਬੰਦੇ ਨੂੰ ਵੀ ਇਸ ਗੱਲ ਦਾ ਪਤਾ ਗਾ ਵੀ ਪੰਥਪ੍ਰੀਤ ਇਹ ਗੱਲ ਨਹੀਂ ਕਹਿ ਰਿਹਾ ਵੀ ਮਕੈਨਿਕ ਬਣਨ ਵਾਲੀ ਸਟੇਟਮੈਂਟ ਵੀ ਉਹਦੇ ਵਿੱਚ ਤੁਸੀਂ ਸਿਰਫ ਪੰਥਪ੍ਰੀਤ ਨੂੰ ਥੱਲੇ ਲਾਉਣ ਦੀ ਗੱਲ ਕੀਤੀ ਆ ਉਹ ਵੱਖਰੀ ਗੱਲ ਹੈ ਤੁਸੀਂ ਆ ਗਏ ਤੁਸੀਂ ਜਿਹੜੀ ਜਦੋਂ ਨਾ ਤੁਸੀਂ ਸ਼ੁਰੂ ਚ ਬਸ ਬਸ ਇੱਕ ਸੈਕਿੰਡ ਹਾਂ ਸਟੇਟਮੈਂਟ ਤੁਸੀਂ ਪਹਿਲਾਂ ਦੇ ਦਿੰਦੇ ਨਾ ਫਿਰ ਵਧੀਆ ਸੀ ਤੁਸੀਂ ਸ਼ੁਰੂ ਇੱਦਾਂ ਕਰਦੇ ਵੀ ਦੇਖੋ ਮੈਂ ਰੇਡੀਓ ਸੁਣਦਾ ਹਾਂ ਜੀ ਮੈਨੂੰ ਬਹੁਤ ਵਧੀਆ ਲੱਗਦਾ ਰੇਡੀਓ ਮੈਂ ਪੰਥਪ੍ਰੀਤ ਉਹਨਾਂ ਦਾ ਬੰਦਾ ਨਹੀਂ ਹੈਗਾ ਮੈਂ ਟਕਸਾਲੀ ਮੇਰੀ ਗੱਲ ਤਾਂ ਸੁਣ ਲਓ ਬਸ ਇਹ ਦੋਗਲਾ ਪਾਣਿਆ ਇੱਥੋਂ ਮੈਨੂੰ ਉਸੇ ਵੇਲੇ ਤੁਹਾਡੀ ਗੱਲ ਕੱਟ ਦੇਣੀ ਚਾਹੀਦੀ ਸੀ ਤੁਸੀਂ ਬਹੁਤ ਵਧੀਆ ਥਾਂ ਹੁਣ ਆਪਾਂ ਟਾਈਮ ਨਾ ਖਰਾਬ ਕਰੀਏ ਬਹੁਤ ਵਧੀਆ ਧੰਨਵਾਦ ਤੁਹਾਡਾ ਠੀਕ ਕਿੰਨੀਆਂ ਸਟੇਟਮੈਂਟਾਂ ਘੁਮਾ ਘੁਮਾ ਕੇ ਦੇ ਗਿਆ ਇੱਦਾਂ ਹਨਾ ਉਹੀ ਸੁਣੀਆਂ ਸੁਣਾਈਆਂ ਗੱਲਾਂ 19 ਦੇ ਸਕਣ ਹੁਣ ਮੈਂ ਸਰੋਤਿਆਂ ਨੂੰ ਦੁਬਾਰਾ ਪੁੱਛਦਾ ਜਿਹੜੇ ਬੰਦੇ ਇਹ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਕਰਤਾਰ ਨੂੰ ਉੱਚਾ ਚੱਕਦੇ ਆ ਇੱਦਾਂ ਹਨਾ ਇੱਦਾਂ ਮਤਲਬ ਉਹਦੇ ਚ ਕਿਹੜਾ ਪ੍ਰੋਸੈਸ ਆ ਹਾਂਜੀ ਸਾਨੂੰ ਦੱਸੋ ਵੀ ਉੱਥੇ ਕਿੱਥੇ ਕਿਹੜੀ ਗੱਲ ਇੱਦਾਂ ਦੀ ਆ ਜਿੱਥੋਂ ਇੱਦਾਂ ਇੱਦਾਂ ਕਰਦਾਰ ਹੁਣ ਸਕੂਲ ਦੇ ਵਿੱਚ ਆ ਹਾਂਜੀ ਹਨਾ ਉਹਦੇ ਵਿੱਚ ਜਾ ਕੇ ਬੱਚੇ ਨੂੰ ਪੰਕਚੁਅਲ ਹੋਣ ਲਈ ਉਹ ਕਰ ਉੱਥੇ ਕੋਈ ਇੱਦਾਂ ਲੈਕਚਰ ਥੋੜੀ ਦਿੰਦੇ ਆ ਹਨਾ ਉਹਨੇ ਟਾਈਮ ਰੱਖਿਆ ਆ ਇੱਦਾਂ ਤੇ ਇੰਨੇ ਮਿੰਟ ਦਾ ਪੀਰੀਅਡ ਆ ਇੰਨੇ ਵਜੇ ਇੱਦਾਂ ਇੱਥੇ ਕਲਾਸ ਖਤਮ ਹੋਣੀ ਆ ਜਦੋਂ ਕਹਿੰਦੇ 3 ਵਜੇ ਛੁੱਟੀ ਹੋਣੀ ਆ ਤੇ 3 ਵਜੇ 1 ਮਿੰਟ ਕੇ 1 ਮਿੰਟ ਦੇ ਉੱਤੇ ਬੱਚੇ ਬਾਹਰ ਹੁੰਦੇ ਆ ਠੀਕ ਆ ਹਾਂਜੀ ਬਸ ਉਹ ਹੁਣ ਇੱਦਾਂ ਇੱਥੇ ਕਿਹੜਾ ਕਿਹੜਾ ਜੇ ਕਿਸੇ ਨੂੰ ਕੱਢ ਕੇ ਅਸੀਂ ਕਹਿਣਾ ਹੋਵੇ ਵੀ ਆਹ ਦੇਖੋ ਹਾਂਜੀ ਇੱਕ ਸੈਮੀਨਾਰ ਕਰਨਾ ਹੋਵੇ ਕਿਸੇ ਨੇ ਹਾਂਜੀ ਠੀਕ ਆ ਤੇ ਤੁਸੀਂ ਮਰਜ਼ੀ ਨਾਲ ਫਿਰ ਪੰਕਤੀਆਂ ਚੱਕ ਚੱਕ ਕੇ ਮਰਜ਼ੀ ਨਾਲ ਅਰਥ ਕਰਨੇ ਆ ਉਹਦੇ ਹਾਂਜੀ ਸਾਡੇ ਬੰਦਿਆਂ ਨੇ ਹਾਂਜੀ ਤੇ ਆਹ ਦੇਖੋ ਜੀ ਆਹ ਗੱਲ ਲਿਖੀ ਹੋ ਆਹ ਗੱਲ ਲਿਖੀ ਹੋ ਉਹ ਪੰਕਤੀਆਂ ਸਾਰੀਆਂ ਸੰਦਰਭ ਨਾਲ ਤੋੜ ਤੋੜ ਕੇ ਦੱਸਣੀਆਂ ਫਿਰ ਜਾਣੀ ਠੀਕ ਹੈ ਹੁਣ ਸੌਖਾ ਕਰਨ ਲਈ ਸਾਨੂੰ ਸਾਡੇ ਨਾਲ ਸਰੋਤੀ ਹੈ ਜੀ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ
ਉਹੀ ਤਾਂ ਜੀ ਗੱਲ ਉੱਥੇ ਫਿਰ ਗੱਲ ਅਸਲ ਚ ਨਾ ਇਹਨਾਂ ਦੀਆਂ ਤਾਰਾਂ ਜੁੜੀਆਂ ਕਿਸੇ ਹੋਰ ਨਾਲ ਜਦੋਂ ਕੋਈ ਘਟਨਾ ਹੁੰਦੀ ਆ ਉਹਤੇ ਰਿਐਕਟਿਵ ਕਿੱਦਾਂ ਹੋਣਾ ਤੁਸੀਂ ਫਿਰ ਜਿਹੜਾ ਸਵਾਰਥੀ ਬੰਦਾ ਆ ਜਦੋਂ ਤੁਸੀਂ ਕੋਈ ਸਟੇਟਮੈਂਟ ਦੇਣ ਲੱਗਦੇ ਆ ਉਹ ਉਹਦੇ ਵਿੱਚੋਂ ਇਹ ਦੇਖੂਗਾ ਵੀ ਮੇਰਾ ਫਾਇਦਾ ਕਾਹਦੇ ਵਿੱਚ ਆ ਠੀਕ ਹੈ ਜੀ ਉਨੀ ਕੀ ਗੱਲ ਕਲਿੱਕ ਕਰਦਾ ਹਾਂ ਹੁਣ ਅੱਜ ਇੱਕ ਵੀਰ ਨੇ ਫੋਨ ਕੀਤਾ ਹਾਂਜੀ ਉਹ ਕਹਿੰਦਾ ਜੀ ਏਕਤਾ ਦੀ ਗੱਲ ਕਰਦੇ ਸੀ ਕਹਿੰਦੇ ਜੀ ਸਾਨੂੰ ਇੱਦਾਂ ਇਕੱਠੇ ਹੋਣਾ ਚਾਹੀਦਾ ਠੀਕ ਹੈ ਜੀ ਬਹੁਤ ਨੁਕਸਾਨ ਹੋ ਰਿਹਾ ਹਾਂਜੀ ਇੰਨੀਆਂ ਗੱਲਾਂ ਇੰਨਾ ਕੰਮ ਕੀਤਾ ਮਿਸ਼ਨਰੀ ਕਾਲਜਾਂ ਨੇ ਇੰਨਾ ਪ੍ਰਚਾਰਕਾਂ ਨੇ ਚੰਗਾ ਵੀ ਕਰਦੇ ਆ ਹਾਂਜੀ ਇੱਦਾਂ ਗੱਲਾਂ ਕਰੀਗਾ ਇੱਕ ਉਹਨੀ ਗੱਲ ਕਹੀ ਮੈਂ ਕਿਹਾ ਵੀ ਹੋਵੇ ਕਿੱਦਾਂ ਹਾਂਜੀ ਕਹਿੰਦੇ ਵੀ ਪਹਿਲਾਂ ਤਾਂ ਇਹ ਕਰੀਏ ਵੀ ਕੋਈ ਕਿਸੇ ਨੂੰ ਗਲਤ ਨਾ ਕਹੇ ਅੱਛਾ ਆਪਣਾ ਆਪਣਾ ਗਰੁੱਪ ਬਣਾਈਏ ਠੀਕ ਹੈ ਉਹ ਚ ਇੱਕ ਦੂਜੇ ਨੂੰ ਮਾੜਾ ਨਾ ਕਹੀਏ ਆਪਾਂ ਅੱਛਾ ਜੀ ਮੈਂ ਕਿਹਾ ਇੱਥੇ ਪੰਗਾ ਪੈਣਾ ਠੀਕ ਹੈ ਹੁਣ ਜਾਣੀ ਨਾ ਅਸੀਂ ਮੇਰਾ ਵਾਹ ਆ ਕੰਮ ਦੇ ਉੱਤੇ ਕਈ ਵਾਰ ਨਾ ਏਦਾਂ ਗੱਲ ਹੁੰਦੀ ਸਟੇਟਮੈਂਟ ਦੇਈ ਦੀ ਨਵੇਂ ਬੰਦੇ ਆਉਂਦੇ ਆ ਹਾਂਜੀ ਉਹਨੂੰ ਵੀਰਾ ਤੁਸੀਂ ਵੀ ਸੁਣਿਓ ਧਿਆਨ ਨਾ ਵੀ ਜਿੱਦਾਂ ਹੁਣ ਅਸੀਂ ਕੰਮ ਤੇ ਨਵਾਂ ਬੰਦਾ ਰੱਖਿਆ ਨਾ ਬੰਦੇ ਨੂੰ ਕਿਹਾ ਵੀ ਦੇਖ ਭਾਈ ਤੂੰ ਇੰਨੇ ਵਜੇ ਸਟਾਰਟ ਕਰੀਦਾ ਇੰਨੇ ਵਜੇ ਫਿਨਿਸ਼ ਕਰੀਦਾ ਠੀਕ ਹੈ ਜੀ ਠੀਕ ਹੈ ਇੰਨੀ ਬ੍ਰੇਕ ਹੁੰਦੀ ਆ ਬ੍ਰੇਕ ਸਾਡੀ ਆਪਣੀ ਆ ਕੰਪਨੀ ਪੇ ਕਰਦੀ ਆ ਸਮਾਨ ਕੰਪਨੀ ਨੇ ਦੇਣਾ ਤੁਸੀਂ ਆਪ ਲੈ ਕੇ ਆਉਣਾ ਠੀਕ ਹੈ ਜੀ ਹੈਲਥ ਐਂਡ ਸੇਫਟੀ ਦੇ ਲਈ ਇਹ ਗੱਲਾਂ ਦਾ ਖਿਆਲ ਰੱਖਿਓ ਇਹ ਰੱਖਿਓ ਹਾਂਜੀ ਟੀਮ ਦੇ ਵਿੱਚ ਤੁਸੀਂ ਕਹਿਣਾ ਮੰਨਣਾ ਆ ਸਾਰਾ ਕਿਉਂਕਿ ਕੋਸ਼ਿਸ਼ ਕਰੀ ਦੀ ਵੀ ਬੰਦਾ ਐਡਜਸਟ ਹੋ ਜਾਵੇ ਠੀਕ ਹੈ ਨਾਲ ਉਹਦੇ ਨੂੰ ਥੋੜੀ ਜਿਹੀ ਮੱਲਮ ਲਾਈ ਦੀ ਵੀ ਜੇ ਭਾਈ ਕੋਈ ਬੰਦਾ ਪਰੇਸ਼ਾਨ ਕਰੀ ਤੈਨੂੰ ਹਾਂਜੀ ਲੱਗੇ ਤੇ ਸਾਨੂੰ ਦੱਸ ਦੇ ਹਾਂਜੀ ਤੈਨੂੰ ਲੋੜ ਹੋਵੇ ਫੋਨ ਕਰਨੇ ਦੀ ਹਾਂਜੀ ਉੱਤੇ ਫੋਨ ਹੈਗਾ ਆ ਹਾਂਜੀ ਉਹ ਯੂਜ਼ ਕਰ ਲਈ ਠੀਕ ਹੈ ਜੀ ਹੁਣ ਉਹ ਬੰਦਾ ਕੀ ਕਰਦਾ ਨਾ ਆ ਕੇ 2-4 ਦਿਨ ਦੇ ਵਿੱਚ ਵਿੱਚ ਹਾਂਜੀ ਇੱਕ ਤਾਂ ਉਹ ਇਹ ਦਿਮਾਗ 'ਚ ਮੈਸੇਜ ਲੈ ਲੈਂਦਾ ਵੀ ਜਦੋਂ ਬੰਦਾ ਪਰੇਸ਼ਾਨ ਕਰੂਗਾ ਜਾ ਕੇ ਦੱਸਣਾ ਠੀਕ ਹੈ ਜੀ ਉਹ ਆ ਕੇ ਥੋੜੇ ਚਿਰ ਭਾਜੀ ਉਹ ਬੰਦੇ ਨੂੰ ਕਹੋ ਥੋੜਾ ਜਿਹਾ ਹਟਦਾ ਨਹੀਂ ਉਹ ਅੱਛਾ ਤੰਗ ਕਰਦਾ ਵੀ ਪਤਾ ਕਰੀ ਜਾਵੇ ਤੰਗ ਕੀ ਕਰਦਾ ਵੀ ਉਹਨੂੰ ਕੰਮ ਕਰਨ ਲਈ ਕਹਿ ਰਿਹਾ ਠੀਕ ਇਹ ਕਰਨਾ ਨਹੀਂ ਚਾਹੁੰਦਾ ਹਾਂਜੀ ਫਿਰ ਅਗਲੇ ਨੂੰ ਜਦੋਂ ਪੁੱਛੀਦਾ ਸੁਪਰਵਾਈਜ਼ਰ ਨੂੰ ਵੀ ਕਿੱਦਾਂ ਕੀ ਗੱਲ ਹੋਈ ਉਹ ਕਹਿੰਦਾ ਭਾਜੀ ਵੀ ਅੱਧੇ ਘੰਟੇ ਬਾਅਦ ਫੋਨ ਕਰਨ ਚੱਲ ਜਾਂਦਾ ਉੱਤੇ ਜਦੋਂ ਉਹਨੂੰ ਕਹੀਦਾ ਕਹਿੰਦਾ ਮੈਨੂੰ ਭਾਜੀ ਨੇ ਕਿਹਾ ਸੀ ਫੋਨ ਕਰ ਲਿਆ ਕਰੋ ਹੁਣ ਉਹਨੂੰ ਕੀ ਕੀਤਾ ਜਿਹੜੀ 25-30 ਮਿੰਟ 20 ਮਿੰਟ ਦੀ ਇੰਡਕਸ਼ਨ ਗੱਲਬਾਤ ਹੋਈ ਆ ਉਹ ਚ ਉਹਨੂੰ ਦੋ ਗੱਲਾਂ ਚੱਕ ਲਈਆਂ ਵੀ ਇੱਕ ਤਾਂ ਜੇ ਕੋਈ ਬੰਦਾ ਤੰਗ ਕਰੂਗਾ ਮੈਨੂੰ ਦੱਸ ਨਹੀਂ ਇੱਕ ਫੋਨ ਕਰ ਲਿਆ ਕਰ ਠੀਕ ਹੈ ਜੀ ਉਹ ਇੱਕ ਬੰਦੇ ਨੂੰ ਕਿਹਾ ਮੈਂ ਕਿਹਾ ਭਰਾਵਾ ਜਦੋਂ ਹਾਂ ਗੱਲ ਤੁਸੀਂ ਕਹਿਣੀ ਹੈ ਨਾ ਸਾਰੇ ਤੇਰੇ ਪ੍ਰਚਾਰਕਾਂ ਨੇ ਹਾਂ ਫੜ ਲੈਣੀ ਆ ਹਾਂਜੀ ਵੀ ਇਹ ਤੈਅ ਹੋਇਆ ਸੀ ਵੀ ਕਿਸੇ ਨੂੰ ਗਲਤ ਨਹੀਂ ਕਹਿਣਾ ਹਾਂਜੀ ਜਦੋਂ ਤੁਸੀਂ ਜਦੋਂ ਅਗਲੇ ਨੇ ਗਲਤੀ ਕਰਨੀ ਆ ਤੁਸੀਂ ਟੋਕਣ ਲੱਗਣਾ ਅਗਲੇ ਕਹਿਣ ਲੈ ਜੀ ਆ ਤਾਂ ਗੱਲ ਪਹਿਲਾਂ ਹੋਈ ਸੀ ਵੀ ਗਲਤ ਨਹੀਂ ਕਹਿਣਾ ਤੁਸੀਂ ਰੋਕਣਾ ਨਹੀਂ ਤਾਂ ਹੀ ਤਾਂ ਇਕੱਠੇ ਹੋਈ ਸੀ ਅਸੀਂ ਸਾਡਾ ਸੁਭਾਅ ਆ ਇਦਾਂ ਦਾ ਠੀਕ ਹੈ ਠੀਕ ਹੈ ਹਾਂਜੀ ਇਦਾਂ ਹੀ ਹੈ ਨਾ ਜੀ ਜਦੋਂ ਇੱਕ ਵਿਚਾਰ ਤਾਂ ਅਸੀਂ ਬਦਲਨੇ ਨਹੀਂ ਗਏ ਆਪਣੇ ਉਂਝ ਏਕਤਾ ਹੋ ਜਾਵੇ ਏਕਤਾ ਮੰਨ ਲਓ ਹੁਣ ਤੁਹਾਡੀ ਹੋ ਸਕਦਾ ਵੀ ਕਦੀ ਵੀ ਗੱਲ ਨਾ ਹੋਈ ਹੋਵੇ ਭਾਈ ਰਣਜੀਤ ਸਿੰਘ ਨਾਲ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਰਲਦੇ ਮਿਲਦੇ ਜਦੋਂ ਹੋ ਗਏ ਇਹਨਾਂ ਨੇ ਆਖਿਆ ਜੀ ਏਦਾਂ ਹੋ ਗਈ ਇਹ ਗੱਲ ਨਹੀਂ ਮੇਰੀ 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 ਨਿਊਟਨ ਨਾਲ ਵੀ ਨਹੀਂ ਹੋਈ ਗੱਲ ਹਾਂਜੀ ਹਾਂਜੀ ਜਿਹਨੇ ਜਹਾਜ਼ ਬਣਾਇਆ ਨਾ ਹਾਂਜੀ ਮੇਰੀ ਉਹਨਾਂ ਨਾਲ ਵੀ ਨਹੀਂ ਗੱਲ ਹੋਈ ਠੀਕ ਹੈ ਜੀ ਹਾਂਜੀ ਮੈਂ ਪਿੱਛੇ ਜਰਮਨ ਗਿਆ ਏਅਰ ਨਿਊਜ਼ੀਲੈਂਡ 'ਚ ਗਿਆ ਸੀ ਏਅਰ ਨਿਊਜ਼ੀਲੈਂਡ ਦੇ ਮੈਨੇਜਰ ਨਾਲ ਮੇਰੀ ਕਦੀ ਗੱਲ ਨਹੀਂ ਹੋਈ ਇਦਾਂ ਹੀ ਸਫਾਈ ਕਰਕੇ ਦੱਸੀ ਲੈ ਜ਼ਰੂਰੀ ਥੋੜਾ ਵਾ ਯਾਰ ਸਾਡੀ ਗੱਲ ਹੋਵੇ ਉਹਦੇ ਨਾਲ ਇਦਾਂ ਨਹੀਂ ਹੁਣ ਇਦਾਂ ਫੋਰ ਐਗਜ਼ਾਮਪਲ ਮੇਰੇ ਕੋਲ ਫੋਨ ਹੈ ਆਈਫੋਨ ਹੈ ਮੇਰੇ ਕੋਲ ਆਹ ਹਾਂਜੀ ਮੇਰੀ ਨਾ ਉਹਨਾਂ ਦੇ ਮਾਲਕ ਨਾਲ ਨਾ ਮੈਨੇਜਰ ਨਾਲ ਕਿਸੇ ਨੇ ਗੱਲ ਹੀ ਨਹੀਂ ਹੋਈ ਕਦੇ ਨਹੀਂ ਇਦਾਂ ਨਹੀਂ ਹੋ ਸਕਦਾ ਜਿਵੇਂ ਜਿਹੜੇ ਵੀਰ ਨੇ ਫੋਨ ਕੀਤਾ ਮੈਂ ਪੁੱਛਣਾ ਬਈ ਵੀਰੇ ਸੂਰਜ ਗੋਲ ਆ ਤੇ ਉਧਰੋਂ ਵੀਰਾ ਵੀ ਕਹਿ ਦੇ ਬਈ ਸੂਰਜ ਗੋਲ ਆ ਬਈ ਮੁੜ ਕੇ ਕਹੀ ਯਾਰ ਤੀਜਾ ਬੰਦਾ ਕਹੇ ਨਾ ਗੱਲ ਹੋਈ ਹੋਣੀ ਇਹ ਦੋਨੇ ਕਹੀ ਜਾਂਦੇ ਸੂਰਜ ਗੋਲ ਆ ਯਾਰ ਜਿਹੜੀ ਗੱਲ ਹੈ ਹੀ ਕਾਮਨ ਸੈਂਸ ਸੀ ਤਾਂ ਸਾਰਿਆਂ ਦੀ ਕਾਮਨ ਆ ਨਹੀਂ ਵੀਰਾ ਜਿਹੜੀ ਚੀਜ਼ ਸਹੀ ਆ ਨਾ ਹਾਂਜੀ ਜਿਹੜੀ ਚੰਗੀ ਆ ਹਾਂਜੀ ਉਹ ਵਰਤਨੇ ਆ ਅਸੀਂ ਹਾਂਜੀ ਹਨਾ ਅੱਛਾ ਵੀਰੇ ਤੁਸੀਂ ਫੋਨ ਕਰਦੇ ਆ ਹਾਂਜੀ ਤੁਸੀਂ ਇੰਟਰਨੈਟ ਯੂਜ਼ ਕਰ ਰਹੇ ਆ ਹੁਣ ਹਾਂਜੀ 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 ਓਕੇ ਇੰਟਰਨੈਟ ਦੀ ਖੋਜ ਕਿਹਨੇ ਕੀਤੀ ਆ ਭਲਾ ਇਹਦੇ ਬਾਰੇ ਤਾਂ ਵੈਸੇ ਜਾਣਕਾਰੀ ਨਾਮ ਤਾਂ ਪਤਾ ਨਹੀਂ ਹੈ ਜੀ ਨਾ ਕੋਈ ਜਾਣਕਾਰੀ ਬਸ ਫਿਰ ਹੁਣ ਕਿਸੇ ਕੰਪਨੀ ਨੇ ਤੁਹਾਨੂੰ ਡਾਟਾ ਦਿੱਤਾ ਹਾਂਜੀ ਤੁਸੀਂ ਪੈਸੇ ਦੇ ਕੇ ਡਾਟਾ ਲੈ ਲਿਆ ਹਾਂਜੀ ਠੀਕ ਹੈ ਹੁਣ ਇਹਨੂੰ ਵਰਤਣ ਲੱਗਿਆ ਨੇ ਤੁਸੀਂ ਇਦਾਂ ਕੀਤਾ ਵੀ ਪਹਿਲਾਂ ਵੀ ਇਹਨੂੰ ਮੈਂ ਵਰਤਾਂ ਕਿ ਨਾਮ ਵਰਤਾਂ ਬੰਦਾ ਕੌਣ ਆ ਕਿਤੇ ਇਦਾਂ ਤਾਂ ਨਹੀਂ ਹੋਊਗੀ ਮੇਰੀ ਗੱਲ ਉਹਨਾਂ ਰਲ ਜਾਊਗੀ ਜੇ ਉਹ ਹਿੰਦੂ ਹੋਇਆ ਵੇ ਕਿੱਦਾਂ ਹੋਣੀ ਨਹੀਂ ਕਰਦੇ ਜੀ ਜਿਹੜੀ ਸਹੀ ਗੱਲ ਆ ਉਹ ਬਸ ਕਿਸੇ ਦੀ ਵੀ ਹੋਵੇ ਸਾਨੂੰ ਠੀਕ ਲੱਗੀ ਆ ਭਾਈ ਸਾਡੇ ਵੀ ਵਿਚਾਰ ਉੱਥੇ ਹੀ ਠੀਕ ਆ ਬਸ ਜਿਹੜੀ ਏਕਤਾ ਦੀ ਗੱਲ ਆ ਸਾਰੇ ਠੀਕ ਆ ਵੀ ਜੇ ਸਾਡੇ ਵਰਗੇ ਭਾਈ ਰਣਜੀਤ ਸਿੰਘ ਵਰਗੇ ਵਿਚਾਰ ਨਹੀਂ ਬਣਾ ਸਕਦੇ ਤੁਸੀਂ ਫਿਰ ਤਾਂ ਏਕਤਾ ਹੋ ਹੀ ਨਹੀਂ ਸਕਦੀ ਬਸ ਹਾਂ ਜੇ ਤੁਸੀਂ ਵਿਚਾਰ ਉਹਨਾਂ
ਆਪਣੀ ਗੱਲ ਚੇਤੇ ਰੱਖਿਓ, ਜਦੋਂ ਨਾ ਤੁਹਾਡੀ ਗੱਲ ਮਿਲ ਜਾਂਦੀ ਆ ਹਨਾ, ਉਦੋਂ ਤੁਸੀਂ ਕਹਿੰਦੇ ਨਹੀਂ ਸਾਡੀ ਕੋਈ ਸਾਡੀ ਕੋਈ ਮਿਲਣੀ ਨੀ ਹੋਈ ਹਨਾ, ਅਗਲਾ ਕਹਿੰਦੇ ਨਹੀਂ ਨਹੀਂ ਹੋਈ ਆ, ਝੂਠ ਬੋਲਦੇ ਆ, ਠੀਕ ਹੈ ਨਾ। ਹੁਣ ਇੱਕ ਪਾਸੇ ਦਾ ਵੀਰਾ ਇਹ ਬੰਦੇ ਆ, ਇਹ ਤਰਲੇ ਕਰਨਗੇ ਵੀ ਏਕਤਾ ਕਰ ਲੋ, ਹਾਂਜੀ ਹਨਾ, ਹਾਂਜੀ। ਦੂਜੇ ਪਾਸੇ ਅਸੀਂ ਕਹਿੰਦੇ ਆ ਵੀ ਨਹੀਂ ਯਾਰ, ਅਸੀਂ ਮਿਲੇ ਹੀ ਨਹੀਂ, ਹਾਂਜੀ ਹਨਾ, ਤੁਸੀਂ ਧੱਕੇ ਨਾ ਕਹੀ ਜਾਂਦੇ ਆ। ਹੁਣ ਗੱਲ ਇਹ ਆ ਵੀ ਜਦੋਂ ਸਾਂਝਾ ਮਿਸ਼ਨ ਲੈ ਕੇ ਤੁਰਨਾ ਤੁਸੀਂ, ਹਾਂਜੀ ਹਨਾ, ਕਿਸੇ ਨੂੰ ਕਹਿਣਾ ਨੀ ਪੈਣਾ ਵੀ ਸਾਡੀ ਏਕਤਾ ਹੈਗੀ ਜਾਂ ਨਹੀਂ ਹੈਗੀ, ਠੀਕ ਆ। ਦੁਨੀਆਂ ਨੇ ਦੇਖੋ, ਪਹਿਲਾਂ ਅਸੀਂ ਪੰਚਪ੍ਰੀਤ ਦੇ ਦੀਵਾਨ ਸੁਣਦੇ ਹੁੰਦੇ ਸੀ ਜੀ, ਉਹਨਾਂ ਦਿਨਾਂ ਦੇ ਵਿੱਚ ਅਸੀਂ ਢੱਡਰੀਆਂ ਵਾਲਿਆਂ ਨੂੰ ਆਪਾਂ ਸਾਧ ਕਹਿੰਦੇ ਹੁੰਦੇ ਸੀ ਜੀ, ਇਹ ਕੋਈ ਗੱਲ ਠੀਕ ਆ, ਉਹਨਾਂ ਦਿਨਾਂ ਦੇ ਵਿੱਚ ਵੀ ਹੋ ਸਕਦਾ ਉਹਨਾਂ ਦੇ ਦਿਲ ਚ ਬੇਈਮਾਨੀ ਨਾ ਹੋਈ ਹੋਵੇ, ਪਾਲਣ ਪੋਸ਼ਣ ਉਹਨਾਂ ਦਾ ਇੱਦਾਂ ਦਾ ਸੀ ਪਹਿਲਾਂ ਬਚ ਰਹੇ ਸੀ ਸਾਧਾਂ ਦੇ, ਤੇ ਉਹਨਾਂ ਜੇ ਅੱਜ ਜਿਹੜੇ ਬੰਦੇ ਉਦੋਂ ਢੱਡਰੀਆਂ ਵਾਲੇ ਨੂੰ ਸੁਣਦੇ ਹੁੰਦੇ ਸੀ, ਉਹ ਅੱਜ ਉਹਨਾਂ ਨੂੰ ਵਿੱਚ ਬਹੁਤ ਆਤ ਬੰਦੇ ਹੈਗੇ ਢੱਡਰੀਆਂ ਵਾਲਿਆਂ ਨੂੰ, ਜਿਹੜੇ ਜਾਣੀ ਦੀ ਕਹੀ ਜਾਂਦੇ ਆ ਜੀ ਇਹ ਗਲਤ ਹੋ ਗਏ ਗਲਤ ਹੋ ਗਏ, ਉਹਨਾਂ ਨੂੰ ਫਿਰ ਕਹੀਦਾ ਵੀ ਜੇ ਢੱਡਰੀਆਂ ਵਾਲੇ ਗਲਤ ਹੋ ਗਏ ਤੁਸੀਂ ਅੱਜ ਪੰਤਪ੍ਰੀਤ ਸੁਣ ਲਓ, ਪੰਤਪ੍ਰੀਤ ਸੁਣ ਲਓ, ਉਦੋਂ ਤੁਸੀਂ ਪੰਤਪ੍ਰੀਤ ਨੂੰ ਗਲਤ ਕਹਿੰਦੇ ਸੀ, ਤੁਸੀਂ ਅੱਜ ਪੰਤਪ੍ਰੀਤ ਸੁਣ ਲਓ, ਅਸੀਂ ਅੱਜ ਇੱਧਰ ਹੋ ਗਏ ਹਾਂ। ਦੇਖੋ ਨਾ, ਮੈਂ ਦਰਚਨਾ ਇਸੇ ਬੰਦਿਆਂ ਨੂੰ ਜਾਣਦਾ, ਅੱਛਾ ਜੀ, ਜਾਣਦਾ ਮਤਲਬ ਭਈ ਇੱਦਾਂ ਇੱਦਾਂ ਨੀ ਭੀ ਮੈਂ ਕੋਈ ਬੰਦਾ ਕਹੇ ਬਿਨਾਂ ਨਹੀਂ, ਮੈਨੂੰ ਤਾਂ ਮਿਲਿਆ ਨੀ ਕਦੇ, ਇਹਦਾ ਫੋਨ ਨੀ ਆਇਆ, ਇਹਨੂੰ ਪਤਾ ਹੀ ਨੀ ਹਰਨੇਕ ਨੂੰ ਮੇਰਾ ਪਿੰਡ ਕਿਹੜਾ ਆ, ਉਦਾਂ ਝੂਠ ਬੋਲਦਾ, ਇੱਦਾਂ ਨੀ ਜਾਣਦਾ, ਮਤਲਬ ਮੈਂ ਉਹਨਾਂ ਦੇ ਬਾਰੇ ਪਤਾ ਮੈਨੂੰ, ਠੀਕ ਹੈ ਜੀ। ਜਿਹੜੇ ਬੰਦੇ ਹੈਗੇ ਮਿਸ਼ਨਰੀ ਜਾਂ ਪੰਥਪ੍ਰੀਤ ਵਾਲੇ ਆ, ਹਾਂਜੀ, ਤੇ ਉਹ ਢੱਡਰੀਆਂ ਵਾਲਿਆਂ ਨੂੰ ਮਿਲ ਰਹੇ ਆ, ਜਾਂ ਕੋਈ ਸਟੇਜ ਤੇ ਬੈਠਾ ਹੁੰਦਾ, ਕਿਸੇ ਨੂੰ ਕੋਈ ਇੱਦਾਂ ਦੀ ਮੀਟਿੰਗ ਹੁੰਦੀ, ਕੋਈ ਫੋਟੋ ਪਾਉਂਦਾ, ਹਾਂਜੀ, ਜਿਹੜੇ ਦਿਖਾਵਾ ਇਹ ਕਰਦੇ ਆ ਵੀ ਅਸੀਂ ਇਹਨਾਂ ਦੇ ਨੇੜੇ ਆ, ਹਾਂਜੀ, ਪਰ ਅੰਦਰੋਂ ਪੂਰੀ ਕਮੀਨਗੀ ਕਰ ਰਹੇ ਆ, ਦਰਜਨਾ ਐਸੇ ਬੰਦੇ ਨੂੰ ਮੈਂ ਜਾਣਦਾ, ਠੀਕ ਹੈ ਜੀ। ਹੁਣ ਗੱਲ ਇੱਥੇ ਜੀ, ਢਿੱਡੇ ਧੁੰਦੇ ਵਰਗਿਆਂ ਤੇ ਨਾ ਵੀ ਅੱਜ ਕੱਲ ਜਾਣੀ ਦੀ ਤਰਸ ਵੀ ਬੜਾ ਆਉਂਦਾ ਵੀ ਇਹਨਾਂ ਕੋਲੇ ਨਾ ਅਕਲ ਹੋਣ ਦੇ ਬਾਵਜੂਦ ਵੀ ਇਹ ਬੰਦੇ ਗਰਕ ਗਏ, ਕੱਲ ਨੂੰ ਇਹਨਾਂ ਨੂੰ ਕਿਸੇ ਨੇ ਪੁੱਛਣਾ ਨੀ ਗਾ ਵੀ ਮੰਨ ਲਓ ਆਪਣੇ ਕੋਲੇ ਕਾਰ ਆ, ਕਾਰ ਹੋਣ ਦੇ ਬਾਵਜੂਦ ਵੀ ਆਪਾਂ ਆਪਦੇ ਜਾਣੀ ਦੀ ਟਿਕਾਣੇ ਤੇ ਪਹੁੰਚ ਨੀ ਸਕੇਗੇ। ਇੱਕ ਸੈਕਿੰਡ ਜਦੋਂ ਨਾ ਅਸੀਂ ਗੁਰਬਾਣੀ ਚ ਗੱਲ ਕਰਦੇ ਆ, ਅਸੀਂ ਇੱਦਾਂ ਅਸੀਂ ਬੜਬੜੀਆਂ ਵੀਰ ਕਹਿ ਗਿਆ ਵੀ ਗੁਰਬਾਣੀ ਕਰੈਕਟਰ ਉੱਚਾ ਚੱਕਦੀ ਆ, ਹੁਣ ਜੇ ਮੈਂ ਇੱਦਾਂ ਉਹਨੂੰ ਗਾਹਾਂ ਛੀੜਦਾ ਥੋੜਾ ਜਿਹਾ, ਉਹਨੂੰ ਕਹਿਣਾ ਸੀ ਗੁਰਬਾਣੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਕਰਨ ਦੀ ਗੱਲ ਕਰਦੀ ਆ, ਇੱਦਾਂ ਉਹ ਪਤਾ ਕੀ ਚੱਕਰ ਆ, ਗੱਲ ਇਹ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਧੁੰਦਾ ਜੀ ਹੁਣੀ ਅਕਲ ਹੋਣ ਦੇ ਬਾਵਜੂਦ ਇਹ ਕਰ ਨੀ ਸਕੇ ਕੁਛ, ਜੇ ਇੱਕ ਹੈਗੀ ਆ ਅਕਲ, ਇੱਕ ਹੈਗੀ ਆ ਜਜ਼ਬਾਤ, ਠੀਕ ਹੈ, ਜਿੱਥੇ ਵੀ ਜਜ਼ਬਾਤ ਹਾਵੀ ਹੋ ਜਾਂਦਾ ਨਾ, ਉਹ ਇੱਦਾਂ ਆ ਜਿੱਦਾਂ ਬਰਫ਼ ਪੈ ਗਈ, ਜਿੱਦਾਂ ਕੋਰਾ ਨਹੀਂ ਪੈ ਜਾਂਦਾ, ਇੱਦਾਂ ਹਾਂਜੀ 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 ਹਾਂਜੀ। ਹੁਣ ਜਿਹੜਾ ਲੋਭ ਆ, ਲੋਭ ਇੱਕ ਜਜ਼ਬਾਤ ਦੇ ਤੌਰ ਤੇ ਆ ਕੇ ਹਾਵੀ ਹੁੰਦਾ, ਹੁਣ ਅਕਲ ਤੁਹਾਡੀ ਕਹਿੰਦੀ ਆ ਵੀ ਮੈਨੂੰ ਆਹ ਕੰਮ ਕਰਨਾ ਚਾਹੀਦਾ, ਠੀਕ ਹੈ, ਅੱਛਾ, ਉੱਥੇ ਉੱਥੇ ਆ ਗਿਆ ਸਵਾਰਥ, ਉੱਥੇ ਆ ਗਿਆ ਲੋਭ, ਉੱਥੇ ਆ ਗਿਆ ਬੱਚੇ ਦਾ ਮੋਹ ਵੀ ਜੇ ਮੈਂ ਆਹ ਗੱਲ ਇੱਦਾਂ ਕਰਦੇ ਆ ਨਾ ਇਹਨਾਂ ਮੇਰੇ ਬੱਚੇ ਦਾ ਫਾਇਦਾ ਹੋ ਜਾਣਾ, ਠੀਕ ਹੈ, ਉਹ ਸਮਝ ਲਓ ਅਕਲ ਦੇ ਉੱਤੇ ਕੋਰਾ ਪੈ ਗਿਆ, ਹੁਣ ਅਕਲ ਤਾਂ ਹੈਗੀ ਆ ਪਰ ਜਜ਼ਬਾਤ ਨੇ ਫਿਰ ਅੰਦਰ ਤੁਹਾਡੇ ਹਾਵੀ ਹੋ ਕੇ, ਠੀਕ ਹੈ, ਫਿਰ ਤੁਹਾਡੇ ਮਨ ਨੇ ਵਿਕਾਰੀ ਹੋ ਕੇ ਉਹਨੇ ਦਲੀਲਾਂ ਦੇ ਦੇਣੀਆਂ ਆ, ਠੀਕ ਹੈ ਵੀ ਜੇ ਮੈਨੂੰ ਪੁੱਛੂਗੇ ਮੈਂ ਇੱਦਾਂ ਕਹਿ ਦੂੰਗਾ, ਆਹ ਗੁਰਬਾਣੀ ਦੀ ਪੰਕਤੀ ਹੈਗੀ ਆ, ਦੇਖੋ ਤਾਂ ਗੁਰੂ ਸਾਹਿਬ ਨੇ ਨੀ ਕੀਤਾ, ਆਹ ਨੀ ਹੋਇਆ, ਠੀਕ ਹੈ, ਏਦਾਂ ਬਸ, ਹਾਂ, ਜਿਹੜੀ ਤੁਸੀਂ ਗੱਲ ਕਹਿੰਦੇ ਆ ਆਹ ਕਾਰਨ ਆ ਉਹਦਾ, ਹਾਂਜੀ। ਬਾਕੀ ਗੱਲ ਨਾ ਜੀ ਸਮਝਣ ਦੀ, ਜੇ ਬੰਦਾ ਕੋਸ਼ਿਸ਼ ਕਰੇ ਅੰਦਰੋਂ, ਹੁਣ ਇੱਥੇ ਮੈਂ ਭਗਤਾ ਭਾਈ ਤੋਂ ਆ ਜੀ ਬੋਲਦਾ, ਐਗਰੀਕਲਚਰ ਨਾਲ ਸੰਬੰਧਿਤ ਵਰਕਸ਼ਾਪ ਦੇ ਵਿੱਚ ਕੰਮ ਕਰਦਾ, ਹਾਂਜੀ ਹਾਂਜੀ, ਇੱਥੇ ਖੜਕਾ ਵੀ ਹੋਈ ਜਾਂਦਾ, ਫਿਰ ਵੀ ਮੇਰਾ ਇੱਥੇ ਨਾ ਜਾਣੀ ਦੀ ਮੋਬਾਈਲ ਨਾਲ ਅਟੈਚ ਕਰਕੇ ਜਾਣੀ ਦੀ ਉੱਚੀ ਆਵਾਜ਼ ਵਾਲਾ ਸਪੀਕਰ ਜਿਹਾ ਲਾਇਆ ਹੋਇਆ, ਉਹਦੇ ਵਿੱਚ ਖੜਕੇ ਦੇ ਵਿੱਚ ਤੁਹਾਡਾ ਪ੍ਰੋਗਰਾਮ ਸੁਣੀ ਵੀ ਜਾਂਦਾ, ਵਿੱਚ ਕਦੇ ਗੱਲਾਂ ਵੀ ਨਹੀਂ ਵੀ ਪਤਾ ਸੁਣ ਲਈਆਂ, ਹਿੰਟ ਮਿਲੀ ਜਾਂਦੇ, ਹਿੰਟਾਂ ਦੇ ਨਾਲ ਹੀ ਬੰਦੇ ਨੂੰ ਕੋਸ਼ਿਸ਼ ਜਦੋਂ ਆਪਾਂ ਆਪਣੇ ਆਪ ਕਰਦੇ ਆ ਸਮਝ ਪਈ ਜਾਂਦੀ ਹੈ ਗੱਲ, ਬਸ ਬਸ ਬਸ, ਤੇ ਇਹ ਬੰਦੇ ਪਤਾ ਨੀ ਜਿੰਨ ਦਿਨ ਦੀ ਖਾਸ ਕਮਰੇ ਚ ਬੈਠ ਕੇ ਵੀ ਪਤਾ ਨੀ ਕਾਹਤੋਂ ਨੀ ਪਤਾ ਨੀ ਅੰਦਰੋਂ ਕੋਸ਼ਿਸ਼ ਕਰਦੇ, ਚਾਹੁੰਦੇ ਨੀ ਵੀਰਾ, ਚਾਹੁੰਦੇ ਨੀ ਅੰਦਰ ਕੁਛ ਹੋ ਰਿਹਾ, ਠੀਕ ਆ, ਪ੍ਰੋਬਲਮ ਜਿੱਥੇ ਨਾ ਉਹ ਗੁਰਬਾਣੀ ਦੀ ਪੰਕਤੀ ਆਉਂਦੀ ਆ ਵੀ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ, ਠੀਕ ਆ, ਹਨੇਰੇ ਦੇ ਵਿੱਚ ਰਾਹ ਲੱਭਿਆ ਆਉਂਦਾ ਆ, ਪਰ ਜਿਹਦੇ ਜਦੋਂ ਨਾ ਜਦੋਂ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰ,
ਉੱਥੇ ਪ੍ਰੋਬਲਮ ਬਣਦੀ ਹੈ। ਜਿਨ੍ਹਾਂ ਦੇ ਹੱਥ 'ਚ ਦੀਵਾ ਹੁੰਦੇ ਹੋਏ ਵੀ ਕਰ ਰਹੇ ਆ, ਇਹਦਾ ਮਤਲਬ ਕੋਈ ਹੋਰ ਕੁਛ ਏਜੰਡਾ ਹੋ ਰਿਹਾ, ਇਹ ਬੰਦੇ ਏਜੰਡਾ ਹੋਰ ਹਿਡਨ ਲੈ ਕੇ ਬੈਠੇ ਆ। ਇੱਕ ਨਾ ਵੀਰ ਜੀ, ਮੈਂ ਨਾ ਹੁਣ ਜਾਣੀ ਦੀ ਡਿਊਟੀ ਤੇ ਹੀ ਸੀਗਾ, ਮੈਥੋਂ ਰਹਿ ਨੀ ਹੋਇਆ, ਮੈਂ ਫੋਨ ਤੁਹਾਨੂੰ ਲਾ ਲਿਆ ਵੀ ਡਿਊਟੀ ਤੇ ਹੀ ਸੀਗਾ ਤੇ ਠੀਕ ਹੈ, ਤੁਸੀਂ ਕਰੋ ਕੈਰੀ ਔਨ, ਠੀਕ ਹੈ ਨਾ ਜੀ। ਥੈਂਕ ਯੂ, ਧੰਨਵਾਦ, ਮਾਫ ਕਰਨਾ ਜ਼ਿਆਦਾ ਚਿਰ ਗੱਲ ਨਹੀਂ ਕਰ ਸਕਿਆ ਤੁਹਾਡੇ ਨਾਲ। ਥੈਂਕ ਯੂ। ਨਹੀਂ ਨਹੀਂ ਕੋਈ ਨਹੀਂ ਕੋਈ, ਸਾਡਾ ਵੀ ਟਾਈਮ ਹੋ ਗਿਆ ਵੀਰੇ, 4 ਮਿੰਟ ਰਹਿੰਦੇ ਪ੍ਰੋਗਰਾਮ ਖਤਮ ਹੋਣ 'ਚ। ਠੀਕ ਹੈ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜਿਹੜੀ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। 0108 ਦੇ ਉੱਤੇ ਤੁਹਾਡਾ ਸਵਾਗਤ ਹੈ ਜੀ। ਹੈਲੋ। ਹਾਂਜੀ ਹਾਂਜੀ ਵੀਰ ਜੀ, ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਸੀ ਜੀ, ਮੇਰੀ ਗੱਲ ਵਿਚਾਲੇ ਰਹਿ ਗਈ, ਮੈਂ ਦੁਬਾਰਾ ਫੋਨ ਕਰ ਲਿਆ ਜੀ ਤੁਹਾਨੂੰ। ਕੀ ਤੁਹਾਡਾ ਨਾਂ ਕੀ ਆ? ਹਾਂਜੀ ਸੁਖਵਿੰਦਰ ਸਿੰਘ ਜੀ। ਅੱਛਾ, ਜਦੋਂ ਪਹਿਲਾਂ ਆਪਾਂ ਤਾਂ ਗੱਲ ਕੱਟ ਦਿੱਤੀ ਸੀ ਤੇ ਹੁਣ ਗੱਲ ਨਾ ਕਰੀਏ ਤੁਸੀਂ, ਹੁਣ ਨਹੀਂ ਫਾਇਦਾ, ਸਾਨੂੰ ਨਹੀਂ ਫਾਇਦਾ ਗੱਲ ਕਰਨ ਦਾ, ਤੁਹਾਡਾ ਏਜੰਡਾ ਹੀ। ਇੱਕ ਮਿੰਟ ਜੀ, ਮੈਨੂੰ ਆਪਣੇ ਪਹਿਲਾਂ ਉਹ ਬਾਅਦ ਚ ਵਿਰੋਧੀ ਵਿਚਾਰ ਨਾਲ ਆਉਣ, ਉਹ ਬਾਅਦ ਇੱਕ ਮਿੰਟ, ਐਦਾਂ ਪਹਿਲਾਂ ਮੇਰੀ ਗੱਲ ਸੁਣੋ। ਵਿਰੋਧੀ ਵਿਚਾਰਾਂ ਬਾਰੇ ਤਾਂ ਅਸੀਂ ਕਹੀਦਾ, ਅਸੀਂ ਕਮੀਣਿਆਂ ਨੂੰ ਨਹੀਂ ਕਹੀਦਾ, ਕਮੀਣਿਆਂ ਨੂੰ ਕਹੀਦਾ ਦੂਰ ਰਹਿਣ। ਮੈਂ ਦੱਸਦਾ, ਹੈਲੋ 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 ਹੈਲੋ, ਇੱਕ ਮਿੰਟ ਗੱਲ ਸੁਣੋ ਵੀਰੇ, ਗੱਲ ਸੁਣੋ। ਸ਼ੁਰੂ ਚ ਜਿੱਦਾਂ ਤੁਸੀਂ ਗੱਲ ਕੀਤੀ ਆ ਨਾ, ਉੱਥੋਂ ਕਰਦੇ 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 ਜਿੱਥੇ ਲੈ ਕੇ ਗਏ ਆ ਉਹਨੂੰ ਕਹਿੰਦੇ ਕਮੀਣਾ। ਹਾਂ ਬਿਲਕੁਲ, ਮੇਰੀ ਆ ਜਿਹੜੀ ਮੇਰੀ ਸੋਚਣੀ ਆ। ਇੱਕ ਮਿੰਟ, ਏਦਾਂ ਨਾ ਕਰ ਵੀਰਾ, ਆ ਦੇਖ ਵੀਰਾ, ਏਦਾਂ ਨਾ ਕਰੋ, ਮੇਰੀ ਵੀ ਗੱਲ ਸੁਣੀ ਜਾਓ ਨਾ। ਜਿਹੜੀ ਮੇਰੀ ਲਾਈਫ ਆ ਨਾ, ਜਿਹੜੇ ਮੇਰਾ ਆਪਣਾ ਕੰਮ ਆ, ਉਹ ਮੇਰੀ ਸੋਚਣੀ ਅਨੁਸਾਰ ਚੱਲਦਾ ਆ। ਮੈਂ ਆਪਣੀ ਮਰਜ਼ੀ ਨਾਲ ਸਟੇਟਮੈਂਟਾਂ ਦਿੰਦਾ। ਹਾਂ, ਫਿਰ ਤੁਸੀਂ ਆਪਣਾ ਕੰਮ ਆਪਣੀ ਸੋਚਣੀ ਨਾਲ ਜਿੱਦਾਂ ਮਰਜ਼ੀ ਚਲਾਓ। ਜਿਹੜਾ ਰੇਡੀਓ ਚੱਲਣਾ ਨਾ, ਉਹ ਸਾਡੀ ਮਰਜ਼ੀ ਨਾਲ ਚੱਲਣਾ, ਇੱਥੇ ਕਮੀਣੇ ਬੰਦੇ ਲਈ ਕੋਈ ਥਾਂ ਨਹੀਂ। ਉਹ ਬੰਦੇ ਨੂੰ ਜ਼ਰੂਰੀ ਨਹੀਂ, ਦੇਖ ਇੱਕ ਮਿੰਟ ਵੀਰੇ, ਹੁਣ ਜਿੱਦਾਂ ਤੁਸੀਂ ਆ, ਜੇ ਤੁਸੀਂ ਆਪਣੇ ਤੁਹਾਡੇ ਕੰਨਾਂ ਚ ਰੇਡੀਓ ਕਿਹੜੇ ਸਾਧਨ ਰਾਹੀਂ ਪਿਆ? ਵੀਰੇ ਏਦਾਂ ਨਾ, ਜੇ ਮੈਨੂੰ ਫਿਰ, ਮੈਂ ਫਿਰ ਫੋਨ ਕੱਟ ਦੂੰਗਾ, ਫਿਰ ਫਾਇਦਾ ਕੀ ਹੋਊਗਾ? ਹੁਣ ਮੇਰੀ ਗੱਲ ਦਾ ਜਵਾਬ ਤਾਂ ਦਿਓ, ਕਿਹੜੇ ਸਾਧਨ ਰਾਹੀਂ? ਓਕੇ, ਨਹੀਂ ਨੈਟ ਨਹੀਂ, ਮਤਲਬ ਤੁਸੀਂ ਐਪ ਚਲਾਈ ਆ ਜਾਂ ਵੈਬਸਾਈਟ ਚਲਾਈ ਆ, ਕਾਹਦੇ ਰਾਹੀਂ ਸੁਣਿਆ ਤੁਸੀਂ? ਉਹ ਐਪ ਡਿਲੀਟ ਕਰ ਦਿਓ ਫੋਨ ਵਿੱਚੋਂ, ਮੈਂ ਗਰੰਟੀ ਦਿੰਦਾ ਦੁਨੀਆਂ ਚ ਉਹ ਬੰਦਾ ਮੇਰਾ ਨਾਂ ਵਟਾਦਾ। ਜੇ ਤੁਸੀਂ ਰੇਡੀਓ ਬਿਰਸਾ ਦੀ ਐਪ ਡਿਲੀਟ ਕਰ ਦਵੋ ਨਾ, ਤੁਹਾਡੇ ਕੰਨਾਂ ਚ ਨੀ ਪਊਗਾ, ਗਰੰਟੀ ਆ। ਅਸੀਂ ਰੇਡੀਓ ਬਿਰਸਾ ਤੋਂ ਜਦੋਂ ਸ਼ੁਰੂ ਕੀਤਾ ਸੀ ਨਾ, ਅਸੀਂ ਸਿਸਟਮ ਪਾ ਦਿੱਤਾ ਸੀ ਇਹਦੇ ਵਿੱਚ ਵੀ ਜਿਹੜਾ ਬੰਦਾ ਐਪ ਨਹੀਂ ਚਲਾਊਗਾ ਉਹਦੇ ਕੰਨਾਂ ਚ ਨੀ ਪਊਗਾ। ਇੱਕ ਮਿੰਟ ਵੀਰੇ, ਗੱਲ ਤਾਂ ਸੁਣ ਲਾ, ਤੁਸੀਂ ਵਿਰੋਧੀ ਬਣ ਕੇ ਨੀ ਤੁਸੀਂ ਆਏ। ਨਹੀਂ ਇੱਕ ਮਿੰਟ, ਏਦਾਂ ਨਾ, ਏਦਾਂ ਵੀ ਤੁਹਾਡੀ ਏਦਾਂ ਥੋੜੀ ਆ, ਤਾਂ ਤੁਸੀਂ ਬਠਿੰਡੇ ਵਾਲੀ ਕਰਦੇ ਆ ਸਾਰੇ, ਤੁਸੀਂ ਏਦਾਂ ਦਾ ਹੀ ਆ। ਗੱਲ ਤਾਂ ਸੁਣ ਮੇਰੀ ਵੀਰਾ, ਜੇ ਵਿਰੋਧੀ ਬਣ ਕੇ ਆਉਣਾ ਹੈ ਨਾ, ਤਾਂ ਫਿਰ ਸਵਾਲ ਕਰੀ, ਉਹਦਾ ਜਵਾਬ ਲੈ ਲਈ, ਠੀਕ ਹੈ ਨਾ। ਜਵਾਬ ਲੈਣ ਤੋਂ ਬਾਅਦ ਤੇਰਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈਗਾ। ਦੇਖ, ਤੇਰਾ ਸਵਾਲ ਸੀਗਾ, ਸੁਣ ਵਿਰੋਧੀ, ਇੱਕ ਮਿੰਟ ਤੂੰ ਵੀਰਾ ਸਵਾਲ ਕੀਤਾ ਸੀ ਕਿ ਅੰਗਰੇਜ਼ ਸਿੰਘ ਨੇ ਸਟੇਟਮੈਂਟ ਦਿੱਤੀ, ਤੈਨੂੰ ਮੈਂ ਜਵਾਬ ਦੇ ਦਿੱਤਾ। ਹਾਂਜੀ, ਤੇਰਾ ਵਿਰੋਧੀ ਸਵਾਲ ਸੀ, ਅਸੀਂ ਦੇ ਦਿੱਤਾ ਜਵਾਬ। ਹਾਂਜੀ, ਤੂੰ ਉਹ ਤੋਂ ਬਾਅਦ ਬਹਿਸ ਲੈ ਨਾ ਸਾਡੇ ਨਾਲ, ਬਹਿਸ ਤਾਂ ਕਰਤੇ, ਮੈਂ ਥੋੜੀ ਤੈਨੂੰ ਕਿਹਾ ਮੈਂ ਤੈਨੂੰ ਮਨਾ ਦੇਣਾ ਆ। ਠੀਕ ਆ ਜੀ, ਇੱਕ ਸਵਾਲ ਆ ਜੀ ਮੇਰਾ, ਹੁਣ ਉਹਦਾ ਜਵਾਬ ਤੁਸੀਂ ਆਪਣੇ ਆਪ ਬਾਅਦ ਚ ਦੇ ਦਿਓ ਜੀ, ਮੈਂ ਜਵਾਬ ਨਹੀਂ ਮੰਗਦਾ। ਏਦਾਂ ਨਾ ਕਰਿਆ, ਤੂੰ ਕਾਹਦੇ ਲਈ ਸਵਾਲ ਕਰਨਾ, ਰਹਿਣ ਦੇ ਸਵਾਲ ਨਾ ਕਰੀ, ਅਸੀਂ ਨੀ ਤੇਰੀ ਗੱਲ ਦਾ ਜਵਾਬ ਦੇਣਾ। ਅਸੀਂ ਇਸ ਕਰਕੇ ਪਾਇਆ, ਜਿਹੜੇ ਪੰਥ ਪ੍ਰੀਤ ਵਰਗੇ ਗਧੇ ਕੌਮ ਦੇ ਸਿਰ ਦੇ ਉੱਤੇ ਬੈਠੇ ਨਾ, ਉਹਨਾਂ ਨੂੰ ਨੱਥ ਪਾਉਣ ਲਈ ਪਾਇਆ ਅਸੀਂ। ਉਹਨਾਂ ਦੀਆਂ ਸਾਰੀਆਂ ਸੁਣ ਕੇ ਪੰਥ ਪ੍ਰੀਤ ਨੂੰ ਕਹਿ, ਇੱਥੇ ਸਾਡੀਆਂ ਗੱਲਾਂ ਦੇ ਜਵਾਬ ਦੇ, ਦੇਖੀ ਕਿੱਦਾਂ ਨੱਥ ਪਾਉਣੀ ਉਹਨੂੰ, ਇਹਨਾਂ ਬੰਨ ਕੇ ਰੱਖਦੇ ਆ ਖੁੰਡ ਨੂੰ। ਫਿਰ ਤੇਰੇ ਨਹੀਂ, ਤੂੰ ਆਪਣੇ ਮਾਧਿਅਮ ਰਾਹੀਂ ਪੁੱਛ, ਰੇਡੀਓ ਦੇ ਮਾਧਿਅਮ ਰਾਹੀਂ ਕੋਈ ਪੁੱਛਣਾ ਬਈ? ਤੈਨੂੰ ਅਸੀਂ ਦੱਸਿਆ ਜਿਹੜਾ ਰੇਡੀਓ ਬਿਰਸਾ ਚੱਲਦਾ ਸਾਡੇ ਨਿਯਮਾਂ ਨਾਲ ਚੱਲਦਾ,
ਅਸੀਂ ਹੱਕ ਦੇ ਰਹੇ ਹਾਂ ਸਾਰਿਆਂ ਨੂੰ, ਕੋਈ ਸ਼ੱਕ ਨਹੀਂ ਉਹਦੇ ਵਿੱਚ, ਪਰ ਕਮੀਨਾ ਬਣ ਕੇ ਨਾ ਆਵੇ ਉਹ। ਕੋਈ ਇੱਕ ਵੀ ਬੰਦਾ ਜੇ ਤੇ ਇੱਦਾਂ ਨਹੀਂ ਆਇਆ ਵੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੈਗਾ, ਮੈਂ ਸਵਾਲ ਕਰਨੇ ਆ, ਮੇਰੀਆਂ ਗੱਲਾਂ ਦੇ ਜਵਾਬ ਦਿਓ। ਪਹਿਲਾਂ ਕਿੱਡੀ ਭੂਮਿਕਾ ਬਣਨੀ ਜਮੇ ਪੁੱਠੇ ਪਾਸੇ ਇੱਦਾਂ ਥੋੜੀ ਹੋਊਗਾ, ਇੱਦਾਂ ਤੇ ਤੁਹਾਡੀ ਮਰਜ਼ੀ ਨਾਲ, ਅਸੀਂ ਜੇ ਤੁਹਾਡੀ ਮਰਜ਼ੀ ਨਾਲ ਚੱਲਾਂਗੇ ਫਿਰ ਅਸੀਂ ਕਿੱਦਾਂ, ਅਸੀਂ ਕੀ ਹੋਏ ਫਿਰ? ਨਸਲਾਂ ਜਿਹੜੀਆਂ ਨਾ ਇਹ ਕਥਾਕਾਰਾਂ ਨੇ ਤਾਂ ਇੰਨੇ ਭੈੜੇ ਬਣਾ ਕੇ ਸੁੱਟ ਦਿੱਤੇ ਨਾ, ਜਿਹੜੇ ਜਾਗਰੂਕ ਲਾਣਾ ਆ, ਇਹ ਤਾਂ ਨਾ ਪਸ਼ੂਆਂ ਚ, ਨਾ ਇਹ ਮੁਰਦਿਆਂ ਚ, ਨਾ ਜੀਂਦਿਆਂ ਚ, ਐਡੇ ਕਮੀਣੇ ਆ ਨਾ ਇਹ। ਮੈਂ ਗੁਰਜੰਟ ਸਿੰਘ ਰੂਪਵਾਲੀ ਦੀ ਗੱਲ ਕਰਦਾ ਸੀ, ਇਹ ਤਾਂ ਬੰਦੇ ਟਕਸਾਲੀ ਜਿਹੜੇ ਆ ਨਾ, ਉਹਨਾਂ ਤੇ ਇੰਨਾ ਗੁੱਸਾ ਨਹੀਂ ਆਉਂਦਾ ਤੁਹਾਨੂੰ, ਠੀਕ ਹੈ, ਗੱਲਾਂ ਗਲਤ ਕਰਦੇ ਆ ਉਹ, ਪਰ ਕਮੀਣੇ ਥੋੜੋ ਆ ਉਹ, ਮੰਨਦੇ ਵੀ ਉਦਾਂ ਹੀ ਆ, ਉਹ ਤਾਂ ਖੁੱਲ ਕੇ ਕਹਿੰਦੇ ਆ ਵੀ ਇੱਦਾਂ ਆ। ਸਾਡੇ ਵਾਲੇ ਜਿਹੜੇ ਆ ਇਹ ਗੱਲਾਂ ਬੜਬੜੀਆਂ ਕਰੀ ਜਾਂਦੇ ਆ ਵੀ, ਜਦ ਤੇਰਾ ਪੰਥ ਪ੍ਰੀਤ ਨਾਲ ਕੋਈ ਲੈਣਾ ਦੇਣਾ ਨੀ, ਫਿਰ ਤੂੰ ਗਰੰਟੀ ਕਾਹਤੇ ਦੇਈ ਜਾਂਦਾ ਵੀ ਇੱਦਾਂ ਨੀ ਕਹਿ ਸਕਦਾ ਉਹ। ਤੈਨੂੰ ਉਹਨੇ ਸਾਫ ਸਟੇਟਮੈਂਟ ਇਹ ਦਿੱਤੀ ਆ ਵੀ ਸਿਰਫ ਸਿਰਫ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਆ ਉਹ ਸਾਡਾ ਗੁਰੂ ਆ, ਗਿਆਨ ਗੁਰੂ ਹੈਗਾ ਆ ਤੇ ਸਿਰਫ ਹੋ ਗਿਆ ਉਹੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ। ਹਾਂ, ਉਹਦੇ ਵਿੱਚੋਂ ਸਵਾਲ ਅੰਗਰੇਜ਼ ਸਿੰਘ ਦਾ ਨਿਕਲਿਆ, ਹਾਲਾਂਕਿ ਮੈਨੂੰ ਯਾਦ ਨਹੀਂ ਕਿਹੜੇ ਪ੍ਰੋਗਰਾਮ ਚ ਉਹਨੇ ਕਹੀ ਗੱਲ, ਠੀਕ ਆ। ਚਲੋ ਚੱਲਦੀ ਰਹਿੰਦੀ ਆ ਵੀ ਜੇ ਆਪਾਂ ਰੋਜ਼ਮਰਾ ਜਿਹੜੀ ਜ਼ਿੰਦਗੀ ਆ ਜਿਹੜਾ ਵੀ ਆਪਾਂ ਲੈਣੇ ਆ ਉਹ ਗਿਆਨ ਕਿੱਥੋਂ ਆਉਂਦਾ ਫਿਰ? ਬਸ ਵੀ ਜੇ ਲੋਕੀ ਸਾਨੂੰ ਇਹ ਸਵਾਲ ਕਰਨਗੇ, ਐ ਗੱਲ ਹੋਈ ਸੀ ਵੀ ਕੱਲ ਨੂੰ ਸਾਨੂੰ ਮੂਹਰੋਂ ਵੀ ਪੁੱਛ ਲਿਆ ਵੀ ਮੇਰੀ ਤਾਂ ਗੱਡੀ ਖਰਾਬ ਹੋਈ, ਹੁਣ ਤੁਸੀਂ ਤਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਚ ਸਾਰਾ ਗਿਆਨ ਆ, ਦੱਸੋ ਕਿੱਦਾਂ ਠੀਕ ਕਰੀ, ਐਂ ਗੱਲ ਜਾਂਦੀ ਸੀ, ਇੱਦਾਂ ਕੁਛ ਹੋਊਗੀ ਸੰਦਰਭ ਤੋਂ ਟੁੱਟ ਗਈ ਹੋਊਗਾ। ਚਲੋ ਠੀਕ ਆ ਜੀ, ਭਈ ਸਾਡੇ ਨਾਲ ਇੱਕ ਸਰੋਤੇ ਹੋ ਰਿਹਾ, ਉਹਨਾਂ ਨੂੰ ਬੇਨਤੀ ਆ ਜੀ ਭਈ ਅਸੀਂ ਜਿਹੜਾ ਟਾਈਮ ਸਾਡਾ ਖਤਮ ਹੋ ਗਿਆ, ਪੂਰੇ 9:01 ਹੋ ਗਿਆ, ਹਾਂਜੀ, ਤੇ ਆਪਾਂ ਹੁਣ ਪ੍ਰੋਗਰਾਮ ਖਤਮ ਕਰ ਰਹੇ ਹਾਂ, ਹਾਂਜੀ, ਹਨਾ। ਤੁਸੀਂ ਜਿਨ੍ਹਾਂ ਨੇ ਵਿਰੋਧੀ ਗੱਲ ਕਰਨੀ ਹੁੰਦੀ ਆ ਨਾ, ਉਹ ਪਹਿਲਾਂ ਸਾਨੂੰ ਮਾੜਾ ਮੋਟਾ ਇੱਦਾਂ ਟਾਈਮ ਬਣਾ ਲਿਆ ਕਰੋ, ਹਨਾ, ਜਦੋਂ ਤੁਹਾਨੂੰ ਪਤਾ ਹੁੰਦਾ ਵੀ ਤੁਸੀਂ ਤੁਸੀਂ ਟੇਢੇ ਚੱਲਣਾ, ਖੁੱਲਾ ਟਾਈਮ ਚਾਹੀਦਾ ਥੋੜਾ, ਤੇ ਨਾਲ ਦੂਜੀ ਗੱਲ ਇਹ ਵਿਰੋਧੀ ਗੱਲਾਂ ਜਿੰਨੀਆਂ ਮਰਜ਼ੀ ਕਰ ਲਿਓ, ਹਨਾ, ਪਰ ਉਹਦੇ ਵਿੱਚ ਗੱਲ ਇਹ ਕਰੋ, ਸਵਾਲ ਕਰ ਲਓ, ਉਹਦਾ ਜਵਾਬ ਲੈ ਲਓ। ਤੁਸੀਂ ਸਵਾਲ ਕੀਤਾ, ਸਰੋਤਿਆਂ ਨੇ ਸੁਣ ਲਿਆ, ਅਸੀਂ ਜਵਾਬ ਦਿੱਤਾ, ਉਹ ਵੀ ਸੁਣ ਲਿਆ, ਉਹ ਤੋਂ ਬਾਅਦ ਜਦੋਂ ਸਾਨੂੰ ਮਨਾਉਣ ਲੱਗ ਪਏ ਨੇ ਨਾ ਤੁਸੀਂ, ਉਦੋਂ ਪੰਗਾ ਪੈਂਦਾ, ਉਹ ਤੁਹਾਡੇ ਵਿਚਾਰ ਵੱਖਰੇ ਆ, ਸਾਡੇ ਵੱਖਰੇ ਆ, ਹਨਾ, ਫੈਸਲਾ ਸਰੋਤਿਆਂ ਨੂੰ ਕਰ ਲੈਣ ਦਿਓ। ਫਿਰ ਤੁਸੀਂ ਕਹਿੰਦੇ ਤੁਹਾਡੇ ਮਾਧਿਅਮ ਰਾਹੀਂ, ਹੁਣ ਇਸ ਮਾਧਿਅਮ ਰੇਡੀਓ ਵਿਰਸਾ ਦੇ ਮਾਧਿਅਮ ਰਾਹੀਂ ਕੋਈ ਬੰਦਾ ਮੰਨ ਲਓ ਟਕਸਾਲੀ ਆ, ਉਹ ਆ ਕੇ ਕਹੇ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਰਜਨੀ ਦੀ ਕਹਾਣੀ ਸੁਣਾਉਣੀ ਆ, ਸਾਡਾ ਦਿਮਾਗ ਖਰਾਬ ਹੋਇਆ ਆ। ਅਸੀਂ ਅਸੀਂ ਹੁਣ ਨਾਨਕ ਸਰੀਏ ਪੇ ਜਿਹੜਾ ਜਿਹੜਾ ਆਨੰਦ ਸਿੰਘ ਆ, ਉਹ ਕਿੱਦਾਂ ਮਹਾਰਾਜ ਦੇ ਸਰੂਪ ਨੂੰ ਇੱਦਾਂ ਘੁਮਾਉਂਦਾ ਹੁੰਦਾ ਸੀ ਕਿ ਉਹ ਥੱਕ ਜਾਂਦੇ ਸੀ ਗੁਰੂ ਸਾਹਿਬ, ਉਹ ਕਹਾਣੀ ਸਾਰੀ ਸੁਣਾਉਣੀ ਚਾਹੇ, ਸਾਡਾ ਦਿਮਾਗ ਖਰਾਬ ਹੋਇਆ ਉਹ ਤਾਂ। ਅਸੀਂ ਉਸ ਪ੍ਰਚਾਰ ਨੂੰ ਤਾਂ ਚਾਹੁੰਦੇ, ਉਹ ਤਾਂ ਸੀਡੀਆਂ ਕਿਤੇ ਰਿਕਾਰਡਿੰਗ ਜਿਹੜੀ ਜਾਣੀ ਨੀ ਚਾਹੀਦੀ, ਕਿਸੇ ਕੰਨਾਂ ਚ ਨੀ ਪੈਣੀ ਚਾਹੀਦੀ, ਤੇ ਤੁਸੀਂ ਚਾਹੁੰਦੇ ਆ ਸਾਡੇ ਮਾਧਿਅਮ ਰਾਹੀਂ ਲੋਕਾਂ ਦੇ ਕੰਨਾਂ ਚ ਪਾਵੋ। ਫਿਰ ਤੁਸੀਂ ਕਹਿੰਦੇ ਭਾਈ, ਅਸੀਂ ਦੱਸ ਦਿੰਦੇ ਦੁਬਾਰਾ ਸਰੋਤਿਆਂ ਨੂੰ ਵੀ ਜਦੋਂ ਨਾ ਅਸੀਂ ਰੇਡੀਓ ਵਿਰਸਾ ਸ਼ੁਰੂ ਕੀਤਾ ਸੀ, ਇਹਦੇ ਵਿੱਚ ਅਸੀਂ ਉਹ ਜਿਹੜਾ ਐਂਟੀਵਾਇਰਸ ਨੀ ਹੁੰਦਾ ਉਹ ਪਾਇਆ ਆ, ਠੀਕ ਹੈ ਜੀ, ਵੀ ਕਿਸੇ ਵੀ ਬੰਦੇ ਦੇ ਕੰਨਾਂ ਚ ਇਹ ਪਵੇ ਨਾ, ਠੀਕ ਹੈ ਜੀ, ਠੀਕ ਆ, ਹਾਂਜੀ, ਹਾਂ, ਤੁਸੀਂ ਵੈਬਸਾਈਟ ਆ, ਤੁਸੀਂ ਐਪ ਆ, ਹਨਾ, ਉਹ ਡਾਊਨਲੋਡ ਕਰਦੇ ਆ, ਫੇਰ ਪਵੇ ਉਹ, ਇਹਦੇ ਬਿਨਾਂ ਨੀ ਪੈਂਦਾ। ਹਾਂ, ਜਿਹੜੇ ਵੀ ਫੋਨ ਤੋਂ ਤੁਹਾਨੂੰ ਰਿਕਾਰਡਿੰਗ ਜਾਂਦੀ ਆ, ਹਾਂਜੀ, ਉਹ ਜਦੋਂ ਨਾ ਤੁਸੀਂ ਹੁਣ ਮੰਨ ਲਓ ਵਟਸਐਪ ਤੇ ਰਿਕਾਰਡਿੰਗ ਗਈ ਆ, ਹਾਂਜੀ, ਹੁਣ ਜਿਹੜਾ ਵੀ ਨੰਬਰ ਤੁਹਾਡੇ ਕੋਲ ਆ, ਨੰਬਰ ਦੇ ਟੌਪ ਦੇ ਉੱਤੇ ਜਾ ਕੇ ਐਡਿਟ ਦੇ ਉੱਤੇ ਜਾ ਕੇ, ਹਾਂਜੀ, ਦੱਬੋ ਉਂਗਲੀ, ਹਾਂਜੀ, ਉਹਨੂੰ ਥੱਲੇ ਲੈ ਜਾਓ, ਠੀਕ ਹੈ, ਥੱਲੇ ਉਹਦੇ ਆਉਂਦਾ ਆ ਬਲੌਕ, ਹਾਂਜੀ, ਠੀਕ ਆ, ਉਹਨੂੰ ਬਲੌਕ ਕਰ ਦਿਓ, ਬਸ ਕਹਾਣੀ ਖਤਮ ਆ। ਯੂਟਿਊਬ ਦੇ ਉੱਤੇ ਜਿਹੜੇ ਬੰਦਿਆਂ ਨੇ ਭੁਲੇਖੇ ਦੇ ਨਾਲ ਜਾਂ ਪੰਥਪ੍ਰੀਤ ਉਹਨਾਂ ਦੇ ਬੰਦੇ ਨੇ ਸਬਸਕ੍ਰਾਈਬ ਕੀਤਾ ਹੈ ਨਾ, ਅਸੀਂ ਕਿਸੇ ਨੂੰ ਪੈਸੇ ਨੀ ਦੇਣੇ, ਭਲਕੇ ਨੂੰ ਇਹਨਾਂ ਕਰਿਓ ਵੀ ਪੰਥਪ੍ਰੀਤ ਕਹਿੰਦਾ ਸੀ ਪੈਸੇ ਮਿਲੂਗੇ, ਖਬਰਦਾਰ, ਠੀਕ ਹੈ, ਅਸੀਂ ਤਾਂ ਡੰਗ ਦੀ ਰੋਟੀ ਨੀ ਪਾਉਣੀ ਕਿਸੇ ਨੂੰ। ਕੋਈ ਬੰਦਾ ਇੱਦਾਂ ਗਲੀਆਂ ਚ ਵਾਰਾ ਘੁੰਮਦਾ ਆ ਕੇ ਕਹੇ ਵੀ ਪੂਛਾ ਲਾਉਂਦਾ ਮੈਂ ਗਿਆ ਤੇ ਮੈਨੂੰ ਮੇਰੀ ਗੱਲ ਸੁਣੋ, ਕੰਮ ਕਰੋ ਜਾ ਕੇ ਆਪਣਾ ਅਨਸਬਸਕ੍ਰਾਈਬ ਕਰੋ ਉਹਨੂੰ, ਜੇ ਤੁਹਾਨੂੰ ਰਿਕਾਰਡਿੰਗ ਜਾਂਦੀ ਹੈ ਨੰਬਰ ਬਲੌਕ ਕਰੋ, ਜੇ ਤੁਹਾਡੇ ਫੋਨ ਦੇ ਵਿੱਚ ਐਪ ਆ ਉਹਨੂੰ ਡਿਲੀਟ ਮਾਰੋ। ਅਸੀਂ ਨਵੀਂ ਐਪ ਹਫ਼ਤੇ ਕੁ ਤੇ ਆਉਣੀ ਆ, ਅਸੀਂ ਨੀ ਦੱਸਣਾ ਉਹਦਾ ਨਾਂ ਕੀ ਆ, ਠੀਕ ਹੈ ਜੀ, ਹਾਂ, ਸਾਡੀ ਮਰਜ਼ੀ, ਜਿਹਨੂੰ ਦੱਸਣਾ ਹੋਊਗਾ ਦੱਸਾਂਗੇ, ਨਹੀਂ ਤਾਂ ਨਾ, ਅਸੀਂ ਖਬਰਦਾਰ ਜੀ ਕਿਸੇ ਬੰਦੇ ਨੇ ਆ ਕੇ ਸਾਨੂੰ ਇਸ ਗੱਲ ਦਾ ਰੂਪ ਸਾਡੇ ਦੀ ਝਾੜਿਆ। ਧੰਨਵਾਦ ਜੀ, ਆਪਾਂ ਮਿਲਾਂਗੇ ਹੁਣ ਸ਼ਨਿਚਰਵਾਰ 10 ਦਾ ਸੱਚ ਵਿੱਚ, ਉਦੋਂ ਤੱਕ ਕੱਲ ਨੂੰ ਪ੍ਰੋਗਰਾਮ ਚਿੱਟੀ ਸਿਉਂਕ ਬਲਜਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ,
ਤੇ ਉਹ ਤੋਂ ਬਾਅਦ ਆਪਾਂ ਸੈਚਰਡੇ ਤੇ ਸੰਡੇ ਪੱਖ ਦੇ ਮਸਲੇ ਵਿੱਚ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।